ਦੋਸਤੋ ਸਾਡੀ ਤਿੰਨ ਰੋਜ਼ਾ ਅਭਿਆਸ ਵਰਕਸ਼ਾਪ ਦੇ ਇਸ ਦੂਜੇ ਦਿਨ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਮੈਂ ਕੱਲ ਦੱਸਿਆ ਸੀ ਇਹ ਅਭਿਆਸ ਵਰਕਸ਼ਾਪਾਂ ਇਸ ਕਰਕੇ ਕੀਤੀਆਂ ਜਾਂਦੀਆਂ ਹਨ ਤਾਂ ਕਿ ਅਧਿਆਤਮਿਕ ਮਾਰਗ ਤੇ ਅਸੀਂ ਸਿਰਫ ਗੱਲਾਂបਾਤਾਂ ਹੀ ਨਾ ਕਰੀਏ ਬਲਕਿ ਤੁਰਿਏ ਵੀ ਅਸੀਂ ਸਿਰਫ ਗੱਲਾਂ ਨਹੀਂ ਕਰਾਂਗੇ ਬਲਕਿ ਉਹਨਾਂ ਉੱਤੇ ਅਮਲ ਵੀ ਕਰਾਂਗੇ ਰੋਹਾਨੀ ਮਾਰਗ ਇਕ ਅਨੁਭਵ ਦਾ ਮਾਰਗ ਹੈ ਇਹ ਇੱਕ ਅਕਾਦਮਿਕ ਬਹਿਸ ਨਹੀਂ ਹੈ ਇਸੇ ਕਾਰਨ ਅਸੀਂ ਇਹਨਾਂ ਅਭਿਆਸ ਵਰਕਸ਼ਾਪਾਂ ਦਾ ਆਯੋਜਨ ਕਰਦੇ ਹਾਂ ਤਾਂ ਕਿ ਇਸ ਨਾਲ ਤੁਹਾਨੂੰ ਨਿੱਜੀ ਅਨੁਭਵ ਹੋ ਸਕਣ ਇਹਨਾਂ ਵਰਕਸ਼ਾਪਾਂ ਦਾ ਦੂਜਾ ਉਦੇਸ਼ ਇਹ ਹੈ ਕਿ ਜੇ ਤੁਹਾਨੂੰ ਅਭਿਆਸ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਹਾਨੂੰ ਉਹਨਾਂ ਦੇ ਜਵਾਬ ਮਿਲ ਸਕਣ ਇਸੇ ਲਈ ਵਰਕਸ਼ਾਪ ਦੌਰਾਨ ਕੇਵਲ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ ਜਾਂਦੇ ਬਲਕਿ ਨਿੱਜੀ ਤੌਰ ਤੇ ਮੁਲਾਕਾਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਇਹ ਸਾਰੇ ਉਦੇਸ਼ ਪੂਰੇ ਹੋ ਰਹੇ ਹੋਣਗੇ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਰੇ ਇੱਥੇ ਹੋ ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਅਤੇ ਮਹਾਦੀਪਾਂ ਤੋਂ ਲੋਕ ਆਏ ਹਨ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤਾਂ ਵਿਚਾਰ ਮੌਜੂਦ ਹੋਣਾ ਬਹੁਤ ਵਧੀਆ ਹੈ ਮੈਂ ਕੱਲ ਤੁਹਾਡੇ ਨਾਲ ਅਭਿਆਸ ਬਾਰੇ ਸੰਖੇਪ ਰੂਪ ਵਿੱਚ ਗੱਲ ਕੀਤੀ ਸੀ ਉਸ ਤੋਂ ਬਾਅਦ ਮੈਂ ਤੁਹਾਡੇ ਵਿੱਚੋਂ ਬਹੁਤਿਆਂ ਨਾਲ ਨਿੱਜੀ ਮੁਲਾਕਾਤਾਂ ਕੀਤੀਆਂ ਜਿਸ ਦੌਰਾਨ ਮੈਨੂੰ ਅਭਿਆਸ ਵੇਲੇ ਸਭ ਨਾਲ ਆਉਂਦੀ ਇੱਕ ਆਮ ਸਮੱਸਿਆ ਬਾਰੇ ਪਤਾ ਲੱਗਾ ਉਹ ਸਮੱਸਿਆ ਇਹ ਹੈ कि ਸਾਨੂੰ ਅਜੇ ਵੀ ਨਹੀਂ ਪਤਾ ਕਿ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤੀਜੀ ਅੱਖ ਦੇ ਕੇਂਦਰ ਵਿੱਚ ਸਥਾਪਿਤ ਕਰਨਾ ਕਿੰਨਾ ਮਹੱਤਵਪੂਰਨ ਹੈ ਇਹ ਨਹੀਂ ਕਿ ਇਹ ਹੀ ਅਭਿਆਸ ਕਰਨ ਦਾ ਇੱਕੋ ਇੱਕ ਤਰੀਕਾ ਹੈ ਇੱਕ ਅਸਲ ਅਭਿਆਸ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸਾਨੂੰ ਪਹਿਲਾਂ ਪਤਾ ਲਗਾਉਣਾ ਚਾਹੀਦਾ ਹੈ ਕਿ ਅਸੀਂ ਕਿਹੜੀ ਜਗ੍ਹਾ ਤੇ ਅਭਿਆਸ ਕਰਨਾ ਹੈ ਇਸੇ ਕਰਕੇ ਮੈਂ ਪਹਿਲਾਂ ਦੱਸਿਆ ਕੁਝ ਜ਼ਰੂਰੀ ਚੀਜ਼ਾਂ ਨੂੰ ਦੁਹਰਾਉਣ ਜਾ ਰਹੇ ਹਾਂ ਅਭਿਆਸ ਵਿੱਚ ਸਾਨੂੰ ਆਪਣੀ ਤਵੱਜਾ ਨੂੰ ਕੇਂਦਰਿਤ ਨਹੀਂ ਕਰਨਾ ਹੁੰਦਾ ਬਲਕਿ ਵਾਪਸ ਖਿੱਚਣਾ ਹੁੰਦਾ ਹੈ ਤਵੱਜਾ ਦਾ ਖਿੱਚਣਾ ਉਦੋਂ ਸ਼ੁਰੂ ਹੁੰਦਾ ਹੈ ਜਿੱਥੇ ਅਸੀਂ ਹੋਈਏ ਅਸੀਂ ਆਪਣੀ ਤਵੱਜਾ ਨੂੰ ਵਾਪਸ ਖਿੱਚਦੇ ਹਾਂ ਜਾਗਦੀ ਅਵਸਥਾ ਵਿੱਚ ਅਸੀਂ ਆਪਣੀਆਂ ਅੱਖਾਂ ਪਿੱਛੇ ਹੁੰਦੇ ਹਾਂ ਸਾਡੀ ਚੇਤਨਾ ਪ੍ਰਤੀ ਸੇਰ ਇਕਾਈ ਦੇ ਰੂਪ ਵਿੱਚ ਬਿਨਾ ਮੰਨ ਦੇ ਬਿਨਾ ਸ਼ਰੀਰ ਦੇ ਬਿਨਾ ਇੰਦਰੀਆਂ ਦੇ ਇਹਨਾਂ ਸਭ ਤੋਂ ਬਿਨਾ ਇਸ ਸਸਤੂਲ ਸ਼ਰੀਰ ਵਿੱਚ ਇਹਨਾਂ ਅੱਖਾਂ ਦੇ ਪਿੱਛੇ ਤੋਂ ਸੰਚਾਲਿਤ ਹੁੰਦੀ ਹੈ ਇਸ ਲਈ ਜਦੋਂ ਅਸੀਂ ਇਸ ਸਸਤੂਲ ਸ਼ਰੀਰ ਵਿੱਚ ਅਭਿਆਸ ਕਰਦੇ ਹਾਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਇਹ ਜਾਣ ਲਈਏ ਕਿ ਅਸੀਂ ਚੇਤਨਾ ਦੀ ਇਕਾਈ ਵਜੋਂ ਕਿੱਥੇ ਹਾਂ ਅਤੇ ਫਿਰ ਆਪਣੇ ਆਪ ਨੂੰ ਉਸ ਪੁਆਇੰਟ ਵੱਲ ਖਿੱਚ ਲਈਏ ਜਿਸ ਦਾ ਮਤਲਬ ਹੈ ਕਿ ਅਸੀਂ ਆਪਣੀ ਤਵੱਜਾ ਨੂੰ ਉਸ ਪੁਆਇੰਟ ਵੱਲ ਵਾਪਸ ਖਿੱਚ ਕੇ ਉਥੇ ਰੱਖੀਏ ਇਹ ਹੀ ਹੈ ਸਭ ਕੁਝ ਸਾਰੀ ਅਭਿਆਸ ਦੀ ਪ੍ਰਕਿਰਿਆ ਇਹ ਹੀ ਹੈ ਦੂਸਰੀਆਂ ਸਾਰੀਆਂ ਚੀਜ਼ਾਂ ਜੋ ਅਸੀਂ ਕਰਦੇ ਹਾਂ ਜਿਵੇਂ ਸ਼ਬਦਾਂ ਨੂੰ ਦੁਹਰਾਉਣਾ ਅੰਦਰ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਜਾਂ ਧੁਨੀ ਨੂੰ ਫੜ ਕੇ ਉਸ ਉੱਤੇ ਯਾਤਰਾ ਕਰਨਾ ਇਹ ਸਭ ਉਸੇ ਮਕਸਦ ਲਈ ਹੀ ਕੀਤਾ ਜਾਂਦਾ ਹੈ ਇਹਨਾਂ ਸਭ ਦਾ ਇੱਕ ਹੀ ਮਨੋਰਥ ਹੈ ਕਿ ਆਪਣੇ ਆਪ ਨੂੰ ਆਪਣੇ ਅਸਲ ਸਵੈ ਤੱਕ ਵਾਪਸ ਲੈ ਕੇ ਜਾਣਾ ਜੇਕਰ ਅਜੀਹਾ ਹੁੰਦਾ ਹੈ ਤਾਂ ਅਸੀਂ ਆਪਣੇ ਆਪ ਹੀ ਹਰ ਤਰ੍ਹਾਂ ਦੀ ਹਕੀਕਤ ਦਾ ਸਫ਼ਰ ਤੈਅ ਕਰਦੇ ਹਾਂ ਜਿੰਨਾ ਜ਼ਿਆਦਾ ਅਸੀਂ ਆਪਣੇ ਸਵੈ ਵੱਲ ਵਾਪਸ ਜਾਵਾਂਗੇ ਉਨੀ ਹੀ ਉੱਚੀ ਅਸਲੀਅਤ ਦਾ ਅਸੀਂ ਅਨੁਭਵ ਕਰ ਸਕਾਂਗੇ ਅਖੀਰ ਵਿੱਚ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡਾ ਅਸਲ ਘਰ ਉੱਥੇ ਹੈ ਖੁਦ ਪਰਮਾਤਮਾ ਖੁਦ ਸਿਰਜਣਹਾਰ ਵੀ ਉੱਥੇ ਬੈਠਾ ਹੈ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਪਰਮਾਤਮਾ ਉਹ ਸਿਰਜਣਹਾਰ ਉਹ ਖੁਦ ਸਾਡੇ ਇਸ ਸਰੀਰ ਵਿੱਚ ਬੈਠਾ ਹੋਇਆ ਹੈ ਅਤੇ ਅਸੀਂ ਖੁਦ ਇੱਕ ਵਿਅਕਤੀਗਤ ਆਤਮਾ ਦੇ ਰੂਪ ਵਿੱਚ ਉਸ ਦੇ ਨਾਲ ਬੈਠੇ ਹਾਂ ਕਿੱਥੇ ਬੈਠੇ ਹੋਏ ਹਾਂ ਅਸੀਂ ਠੀਕ ਉੱਥੇ ਹੀ ਜਿੱਥੇ ਅਸੀਂ ਹੁਣ ਹਾਂ ਠੀਕ ਅੱਖਾਂ ਦੇ ਪਿੱਛੇ ਸਭ ਕੁਝ ਉੱਥੇ ਹੀ ਹੈ ਉਸ ਛੋਟੀ ਜਹੀ ਜਗ੍ਹਾ ਵਿੱਚ ਪਰ ਸਾਨੂੰ ਨਹੀਂ ਪਤਾ ਕਿ ਅਸੀਂ ਤਵੱਜਾ ਨੂੰ ਕਿਵੇਂ ਉਸ ਪੁਆਇੰਟ ਤੇ ਵਾਪਸ ਖਿੱਚੀਏ ਕਿਉਂਕਿ ਅਸੀਂ ਨਿਰੰਤਰ ਆਪਣੇ ਸਿਰ ਤੋਂ ਬਾਹਰ ਰਹਿੰਦੇ ਹਾਂ ਅਸੀਂ ਆਪਣੇ ਸਿਰ ਵਿੱਚ ਰਹਿੰਦੇ ਹੀ ਨਹੀਂ ਲੋਕ ਕਹਿੰਦੇ ਹਨ ਕਿ ਰੋਹਾਨੀ ਯਾਤਰਾ ਬਹੁਤ ਲੰਬੀ ਹੁੰਦੀ ਹੈ ਪਰ ਮੈਂ ਕਹਿੰਦਾ ਹਾਂ ਕਿ ਇਹ ਸਭ ਤੋਂ ਛੋਟੀ ਯਾਤਰਾ ਹੈ ਲੋਕ ਕਹਿੰਦੇ ਹਨ ਕਿ ਤੁਹਾਨੂੰ ਘਰ ਵਾਪਸ ਜਾਣ ਲਈ ਇਸ ਰੋਹਾਨੀ ਯਾਤਰਾ ਤੇ ਬਹੁਤ ਕਦਮ ਤੈਅ ਕਰਨੇ ਪੈਣਗੇ ਮੈਂ ਕਹਿੰਦਾ ਹਾਂ ਕਿ ਤੁਹਾਨੂੰ ਵਾਪਸ ਆਪਣੇ ਨਿੱਜੀ ਘਰ ਆਪਣੇ ਅਸਲ ਘਰ ਜਾਣ ਲਈ ਇਹ ਕਦਮ ਲੈਣੇ ਬੰਦ ਕਰਨੇ ਪੈਣਗੇ ਕਿਉਂਕਿ ਉਹ ਅਸਲ ਕਰ ਤੁਹਾਡੇ ਅੰਦਰ ਹੀ ਹੈ ਇਹ ਕਰ ਤੁਹਾਡੇ ਉਨਾ ਹੀ ਨੇੜੇ ਹੈ ਜਿੰਨਾ ਕਿ ਤੁਸੀਂ ਇਸ ਦੇ ਨੇੜੇ ਹੋ ਇਹ ਬਿਲਕੁਲ ਵੀ ਦੂਰ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਤੋਂ ਬਹੁਤ ਦੂਰ ਹਾਂ ਕਿਉਂਕਿ ਸਾਡੀ ਤਵੱਜੋ ਖਿੰਡੀ ਹੋਈ ਹੈ ਸਾਡੀ ਤਵੱਜੋ ਸਾਰੇ ਸੰਸਾਰ ਵਿੱਚ ਲੱਗੀ ਹੋਈ ਹੈ ਹਰ ਰੋਜ਼ ਅਸੀਂ ਇਸ ਸੰਸਾਰ ਨੂੰ ਵੇਖਦੇ ਹਾਂ ਅਤੇ ਹੋਰ ਜਿਆਦਾ ਤੋਂ ਜਿਆਦਾ ਚੀਜ਼ਾਂ ਨਾਲ ਜੁੜੇ ਚਲੇ ਜਾਂਦੇ ਹਾਂ ਜਿੰਨਾ ਜਿਆਦਾ ਸਮਾਂ ਅਸੀਂ ਇਸ ਸਥੂਲ ਸੰਸਾਰ ਵਿੱਚ ਬਿਤਾਉਂਦੇ ਹਾਂ ਉਨਾ ਹੀ ਅਸੀਂ ਇਹਨਾਂ ਚੀਜ਼ਾਂ ਨਾਲ ਜੁੜਦੇ ਜਾਂਦੇ ਹਾਂ ਜਿਉਂ-ਜਿਉਂ ਅਸੀਂ ਇਹਨਾਂ ਨਾਲ ਜੁੜਦੇ ਹਾਂ ਤਿਵੇਂ-ਤਿਵੇਂ ਸਾਡੀਆਂ ਇੱਛਾਵਾਂ ਕਈ ਗੁਣਾ ਵੱਧ ਜਾਂਦੀਆਂ ਹਨ ਉਹ ਘਟਦੀਆਂ ਨਹੀਂ ਬਲਕਿ ਵਧਦੀਆਂ ਜਾਂਦੀਆਂ ਹਨ ਅਤੇ ਇਹ ਵਧੇਰੇ ਲਗਾਵ ਦਾ ਕਾਰਨ ਬਣਦੀਆਂ ਹਨ ਇਹ ਲਗਾਵ ਅਖੀਰ ਵਿੱਚ ਸਾਨੂੰ ਇੱਥੇ ਬਨ ਲੈਂਦੇ ਹਨ ਆਪਣੀਆਂ ਇਛਾਵਾਂ ਅਤੇ ਆਪਣੇ ਖੁਦ ਦੇ ਲਗਾਓ ਦੇ ਬਿਨਾਂ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਸਾਨੂੰ ਬਨ ਸਕੇ ਇਸ ਲਈ ਇਹ ਪਤਾ ਲਗਾਉਣਾ ਕਿ ਅਸੀਂ ਕੌਣ ਹਾਂ ਇਸ ਦਾ ਇੱਕੋ ਇੱਕ ਰਸਤਾ ਹੈ ਆਪਣੇ ਆਪ ਨੂੰ ਵਾਪਸ ਖਿੱਚ ਕੇ ਆਪਣੇ ਤਵਜਹ ਨੂੰ ਉੱਥੇ ਕੇਂਦਰਿਤ ਕਰਨਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਯਾਦ ਨਹੀਂ ਰਹਿੰਦਾ ਕਿ ਅਸੀਂ ਅੱਖਾਂ ਦੇ ਪਿੱਛੇ ਹਾਂ ਅਸੀਂ ਤਾਂ ਇਹ ਜਾਣਦੇ ਹਾਂ ਕਿ ਕਿਸੇ ਕੁਰਸੀ ਤੇ ਬੈਠੇ ਹਾਂ ਜਾਂ ਘਰ ਦੇ ਕਿਸੇ ਖਾਸ ਕਮਰੇ ਵਿੱਚ ਬੈਠੇ ਹਾਂ ਜਾਂ ਕਿਸੇ ਹੋਰ ਥਾਂ ਤੇ ਬੈਠੇ ਹਾਂ ਇਸ ਦਾ ਤਾਂ ਇਹ ਮਤਲਬ ਹੋਇਆ ਕਿ ਅਸੀਂ ਅਜੇ ਵੀ ਬਾਹਰ ਹੀ ਹਾਂ ਦੂਜਾ ਮਨ ਬਹੁਤ ਸਾਰੀਆਂ ਗਵਾਚੀਆਂ ਚੀਜ਼ਾਂ ਨੂੰ ਯਾਦ ਕਰ ਸਕਦਾ ਹੈ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡੀਆਂ ਚਾਬੀਆਂ ਗਵਾਚ ਜਾਣ ਤਾਂ ਤੁਸੀਂ ਉਹਨਾਂ ਨੂੰ ਲੱਭਣਾ ਚਾਹੁੰਦੇ ਹੋ ਤਾਂ ਅਭਿਆਸ ਵਿੱਚ ਬੈਠ ਜਾਓ ਅਭਿਆਸ ਅਜਿਹੀਆਂ ਚੀਜ਼ਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਬਾਰੇ ਤੁਸੀਂ ਆਮ ਤੌਰ ਤੇ ਸੋਚ ਵੀ ਨਹੀਂ ਸਕਦੇ ਇਹ ਇਸ ਲਈ ਹੈ ਕਿਉਂਕਿ ਮਨ ਵਿਰੋਧ ਕਰਦਾ ਹੈ ਮਨ ਨੇ ਸਾਡਾ ਮਾਲਕ ਬਣਨ ਦੀ ਭੂਮਿਕਾ ਅਦਾ ਕੀਤੀ ਹੈ ਅਸਲ ਵਿੱਚ ਇਹ ਸਾਡਾ ਮਾਲਕ ਬਣਨ ਨਹੀਂ ਨਹੀਂ ਸੀ ਦਿੱਤਾ ਗਿਆ ਮਨ ਇੱਕ ਸੋਚਣ ਵਾਲੀ ਮਸ਼ੀਨ ਹੈ ਇਹ ਇੱਕ ਬਹੁਤ ਖੂਬਸੂਰਤ ਸ਼ਾਨਦਾਰ ਮਸ਼ੀਨ ਹੈ ਵਰਤਨ ਲਈ ਇਹ ਇੱਕ ਬਹੁਤ ਵਧੀਆ ਮਸ਼ੀਨ ਹੈ ਇਹ ਮਸ਼ੀਨ ਆਪਣਾ ਮਾਲਕ ਬਣਾਉਣ ਨਹੀਂ ਨਹੀਂ ਹੈ ਕਿ ਇਹ ਸਾਡਾ ਮਾਲਕ ਬਣ ਜਾਵੇ ਇਸ ਸੋਚਣ ਵਾਲੀ ਮਸ਼ੀਨ ਜਿਸ ਨੂੰ ਅਸੀਂ ਮਨ ਕਹਿੰਦੇ ਹਾਂ ਸਾਨੂੰ ਸੋਚਣ ਲਈ ਸੰਚਾਰ ਲਈ ਵਿਚਾਰ ਪ੍ਰਾਪਤ ਕਰਨ ਲਈ ਕਲਪਨਾ ਕਰਨ ਲਈ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕਰਨ ਲਈ ਦਿੱਤਾ ਗਿਆ ਸੀ ਇਹ ਮਸ਼ੀਨ ਗਿਆਨ ਇੰਦਰੀਆ ਦਾ ਮਤਲਬ ਕੱਢਣ ਲਈ ਵਰਤੀ ਜਾਣੀ ਚਾਹੀਦੀ ਸੀ ਇਹ ਮਸ਼ੀਨ ਸੋ ਟੂਲ ਸੰਸਾਰ ਦੇ ਇਹਨਾਂ ਅਨੁਭਵਾਂ ਨੂੰ ਸਮਝਣ ਲਈ ਵਰਤੇ ਜਾਣੀ ਚਾਹੀਦੀ ਸੀ। ਉਹਨਾਂ ਸਭ ਲਈ ਤਾਂ ਇਹ ਮਸ਼ੀਨ ਸ਼ਾਨਦਾਰ ਹੈ ਅਤੇ ਵਧੀਆ ਕੰਮ ਕਰਦੀ ਹੈ। ਪਰ ਇਸ ਮਸ਼ੀਨ ਨੂੰ ਇਸ ਲਈ ਨਹੀਂ ਦਿੱਤਾ ਗਿਆ ਕਿ ਇਹ ਸਾਡੀ ਮਾਲਕ ਬਣ ਬੈਠੇ ਅਤੇ ਸਾਨੂੰ ਦੱਸਣਾ ਸ਼ੁਰੂ ਕਰ ਦੇਵੇ ਕਿ ਕੀ ਕਰਨਾ ਹੈ। ਅਸੀਂ ਤਾਂ ਇਸ ਮਸ਼ੀਨ ਨੂੰ ਹਦਾਇਤਾਂ ਦੇਣੀਆਂ ਸਨ। ਇਸ ਨੂੰ ਦੱਸਣਾ ਸੀ ਇਹ ਕੀ ਕਰਨਾ ਹੈ ਇਹ ਤਬਦੀਲੀ ਕਿਵੇਂ ਵਾਪਰੀ ਕਿ ਜਿਸ ਮਸ਼ੀਨ ਨੂੰ ਅਸੀਂ ਨਿਰਦੇਸ਼ ਦੇਣੇ ਸਨ ਕਿ ਕੀ ਕਰਨਾ ਹੈ ਉਹ ਅੱਜ ਸਾਨੂੰ ਨਿਰਦੇਸ਼ ਦੇ ਰਹੀ ਹੈ ਕਿ ਕੀ ਕਰਨਾ ਹੈ ਇਹ ਉਲਟਾ ਕਿਸ ਤਰ੍ਹਾਂ ਹੋ ਗਿਆ ਕਿਵੇਂ ਉਸ ਰੂਹ ਨੇ ਉਸ ਅਮਰ ਆਤਮਾ ਨੇ ਜਿਸ ਦੇ ਅੰਦਰ ਚੇਤਨਾ ਦੀ ਸਾਰੀ ਸ਼ਕਤੀ ਸੀ ਜਿਸ ਅੰਦਰ ਉਸ ਪਰਮਾਤਮਾ ਉਸ ਸਿਰਜਣਹਾਰ ਦੀ ਸਾਰੀ ਸ਼ਕਤੀ ਸੀ ਕਿਵੇਂ ਉਸਨੇ ਆਪਣਾ ਨਿਯੰਤਰਣ ਗਵਾ ਦਿੱਤਾ ਅਤੇ ਇੱਕ ਮਸ਼ੀਨ ਜਿਸ ਨੂੰ ਇਸ ਲਈ ਦਿੱਤਾ ਗਿਆ ਸੀ ਤਾਂ ਕਿ ਆਤਮਾ ਨਵੀਆਂ ਹਕੀਕਤਾਂ ਅਤੇ ਨਵੇਂ ਮਾਇਆ ਦੇ ਤਜਰਬੇ ਕਰ ਸਕੇ ਇਹ ਕਿਸ ਤਰ੍ਹਾਂ ਹੋ ਗਿਆ ਕਿ ਆਤਮਾ ਨੇ ਮਨ ਨੂੰ ਮਾਲਕ ਬਣਨ ਦੀ ਅਤੇ ਆਤਮਾ ਉੱਤੇ ਹਕੂਮਤ ਕਰਨ ਦੀ ਆਗਿਆ ਦੇ ਦਿੱਤੀ ਇਹ ਕਿਦਾਂ ਹੋਇਆ ਇਸ ਦਾ ਜਵਾਬ ਬਹੁਤ ਸੌਖਾ ਹੈ ਅਸੀਂ ਭੁੱਲ ਗਏ ਹਾਂ ਕਿ ਅਸੀਂ ਰੂਹ ਹਾਂ ਅਸੀਂ ਇਹ ਸਮਝ ਲਿਆ ਕਿ ਸਾਡਾ ਮਨ ਹੀ ਸਾਡਾ ਸਵੈ ਹੈ ਅਸੀਂ ਆਪਣੇ ਆਪ ਨੂੰ ਆਪਣੇ ਮਨ ਨਾਲ ਪਛਾਣਨਾ ਸ਼ੁਰੂ ਕਰ ਦਿੱਤਾ ਕੋਈ ਨਹੀਂ ਕਹਿੰਦਾ ਕਿ ਮੇਰਾ ਮਨ ਅਜਿਹਾ ਸੋਚਦਾ ਹੈ ਹਰ ਕੋਈ ਕਹਿੰਦਾ ਹੈ ਮੈਂ ਇਹ ਸੋਚਦਾ ਹਾਂ ਮੇਰੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਹੈ ਮੈਂ ਇੱਕ ਗੱਲ ਸੋਚ ਰਿਹਾ ਹਾਂ ਇਹ ਮੈਂ ਅਖਰ ਆਤਮਾ ਦੀ ਬਜਾਏ ਸਿਰਫ ਮਨ ਨਾਲ ਹੀ ਸੰਬੰਧਿਤ ਹੋ ਤੁਰਿਆ ਆਤਮਾ ਚੇਤਨਾ ਹੈ ਆਤਮਾ ਅਮਰ ਹੈ ਆਤਮਾ ਸਮੇਂ ਅਤੇ ਸਪੇਸ ਤੋਂ ਬਿਨਾ ਕੰਮ ਕਰਦੀ ਹੈ ਇਹ ਸਹਿਜ ਗਿਆਨ ਜਾਂ ਇੰਟੂਿਸ਼ਨ ਆਤਮਾ ਦੇ ਕਾਰਨ ਆਉਂਦਾ ਹੈ ਪਿਆਰ ਦਾ ਅਨੁਭਵ ਇਸ ਰੂਹ ਕਰਕੇ ਆਉਂਦਾ ਹੈ ਇਹ ਆਤਮਾ ਸੁੰਦਰਤਾ ਅਨੰਦ ਅਤੇ ਖੇੜੇ ਨੂੰ ਜਨਮ ਦਿੰਦੀ ਹੈ। ਮਨ ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰਦਾ। ਮਨ ਤਰਕ ਕਰਦਾ ਹੈ। ਮਨ ਸੋਚਦਾ ਹੈ। ਮਨ ਜੋ ਕੁਝ ਵੇਖਦਾ ਹੈ ਉਸ ਦੀ ਸਮਝ ਬਣਾਉਂਦਾ ਹੈ। ਮਨ ਤਰਕ ਦੀ ਵਰਤੋਂ ਕਰ ਸਕਦਾ ਹੈ। ਮਨ ਇੰਡਕਟਿਵ ਅਤੇ ਡਿਡਕਟਿਵ ਲੌਜਿਕ ਜਾਂ ਤਰਕ ਵਰਤ ਸਕਦਾ ਹੈ। ਮਨ ਇਹ ਸਭ ਕੁਝ ਕਰ ਸਕਦਾ ਹੈ। ਪਰ ਮਨ ਪਿਆਰ ਨਹੀਂ ਪੈਦਾ ਕਰ ਸਕਦਾ ਮਨ ਸਹਿਜ ਗਿਆਨ ਜਾਂ ਇੰਟੂਇਸ਼ਨ ਨਹੀਂ ਪੈਦਾ ਕਰ ਸਕਦਾ ਮਨ ਆਨੰਦ ਅਤੇ ਖੇੜਾ ਨਹੀਂ ਪੈਦਾ ਕਰ ਸਕਦਾ ਇਹ ਸਭ ਕੁਝ ਸ਼ੁਰੂ ਤੋਂ ਹੀ ਆਤਮਾ ਨਾਲ ਜੁੜਿਆ ਹੋਇਆ ਸੀ ਅਤੇ ਅੱਜ ਵੀ ਅਜਿਹਾ ਹੀ ਹੈ ਜਦ ਵੀ ਅਸੀਂ ਇਸ ਸੰਸਾਰ ਵਿੱਚ ਪਿਆਰ ਦਾ ਅਨੁਭਵ ਕਰਦੇ ਹਾਂ ਤਾਂ ਉਹ ਅਨੁਭਵ ਸਾਡੇ ਮਨ ਤੋਂ ਨਹੀਂ ਆ ਰਿਹਾ ਹੁੰਦਾ ਉਹ ਸਿੱਧਾ ਸਾਡੇ ਸਵੈ ਤੋਂ ਸਾਡੀ ਰੂਹ ਤੋਂ ਆ ਰਿਹਾ ਹੁੰਦਾ ਹੈ ਅਸਲ ਵਿੱਚ ਅਸੀਂ ਇਸ ਮਨ ਅਤੇ ਰੂਹ ਨੂੰ ਆਪਸ ਵਿੱਚ ਇੰਨਾ ਮਿਲਾ ਦਿੱਤਾ ਅਤੇ ਇਸੇ ਕਰਕੇ ਇਹ ਸਮੱਸਿਆ ਪੈਦਾ ਹੋਈ ਕਿ ਅਸੀਂ ਮਨ ਨੂੰ ਆਪਣਾ ਮਾਲਕ ਬਣਾਉਣ ਦਿੱਤਾ ਅੱਜ ਅਸੀਂ ਆਪਣੇ ਸਵੈ ਨਾਲ ਸੰਪਰਕ ਗਵਾ ਚੁੱਕੇ ਹਾਂ ਸਾਡਾ ਸੰਪਰਕ ਸਿਰਫ ਸਾਡੀ ਸੋਚ ਤੱਕ ਰਹਿ ਗਿਆ ਹੈ ਇਸ ਲਈ ਇਹ ਸੋਚ ਸਾਡੇ ਉੱਤੇ ਹਕੂਮਤ ਕਰਦੀ ਹੈ ਜੋ ਵੀ ਵਿਚਾਰ ਸਾਨੂੰ ਫੁਰਦੇ ਹਨ ਉਹ ਸਾਡੇ ਲਈ ਹਿਦਾਇਤਾ ਬਣ ਜਾਂਦੇ ਹਨ ਮਨ ਨੂੰ ਹਿਦਾਇਤਾ ਦੇਣ ਦੀ ਬਜਾਏ ਕਿ ਉਸ ਨੂੰ ਕੀ ਸੋਚਣਾ ਚਾਹੀਦਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਲਟਾ ਅਸੀਂ ਮਨ ਤੋਂ ਨਿਰਦੇਸ਼ ਲੈਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਕੀ ਕਰਨਾ ਹੈ ਇਹ ਹੀ ਕਾਰਨ ਹੈ ਕਿ ਅਸੀਂ ਆਪਣੇ ਆਪ ਨਾਲ ਸੰਪਰਕਵਾ ਬੈਠੇ ਹਾਂ ਅਤੇ ਅਸੀਂ ਇੱਕ ਨੌਕਰ ਨੂੰ ਆਪਣਾ ਮਾਲਕ ਬਣਨ ਦਿੱਤਾ ਹੈ ਇਹ ਮਨ ਸਾਨੂੰ ਗੁਲਾਮ ਦੇ ਰੂਪ ਵਿੱਚ ਦਿੱਤਾ ਗਿਆ ਸੀ ਅਸੀਂ ਆਪਣੇ ហេਠਾਂ ਦੇ 6 ਕੇਂਦਰਾਂ ਦੀ ਪੂਜਾ ਕਰਦੇ ਜਾ ਰਹੇ ਹਾਂ ਇਹ ਕੇਂਦਰ ਸਾਡੀ ਸੇਵਾ ਕਰਨ ਲਈ ਸਥਾਪਿਤ ਕੀਤੇ ਗਏ ਸਨ ਇਹ ਕੇਂਦਰ ਇੱਥੇ ਸਾਡੇ ਅਨੁਭਵ ਦੇ ਲਈ ਊਰਜਾ ਪ੍ਰਦਾਨ ਕਰਨ ਲਈ ਬਣਾਏ ਗਏ ਸਨ ਇਹ ਕੇਂਦਰ ਇਹ ਦਰਸਾਉਣ ਲਈ ਬਣਾਏ ਗਏ ਸਨ ਕਿ ਤੁਸੀਂ ਬਾਹਰ ਦੇਖ ਸਕਦੇ ਹੋ ਅਤੇ ਨਵੇਂ ਤੋਂ ਨਵੇਂ ਸ਼ਾਨਦਾਰ ਅਨੁਭਵ ਪੈਦਾ ਕਰ ਸਕਦੇ ਹੋ। ਸਰੀਰ ਦੇ ਵੱਖ-ਵੱਖ ਹਿੱਸਿਆਂ ਅਤੇ ਸੰਸਾਰ ਦੇ ਵੱਖ-ਵੱਖ ਸੰਬੰਧਾਂ ਵਿੱਚ ਸ਼ਾਨਦਾਰ ਊਰਜਾ ਪ੍ਰਾਪਤ ਕਰ ਸਕਦੇ ਹੋ। ਅਸੀਂ ਇਹਨਾਂ 6 ਕੇਂਦਰਾਂ ਦੀ ਪੂਜਾ ਕਰ ਰਹੇ ਹਾਂ। ਇਹ ਸਾਡੇ ਨਾਲ ਕੀ ਹੋ ਰਿਹਾ ਹੈ? ਅਸੀਂ ਆਪਣੇ ਹੀ ਗੁਲਾਮਾਂ ਅਤੇ ਨੌਕਰਾਂ ਦੀ ਪੂਜਾ ਕਰ ਰਹੇ ਹਾਂ। ਇਹ ਸਾਰੇ ਸਾਡੇ ਸੇਵਕ ਹੋਣੇ ਚਾਹੀਦੇ ਸਨ ਅਤੇ ਇਹ ਸਭ ਸਾਡੀ ਸੇਵਾ ਕਰਨ ਲਈ ਸਾਡੇ ਮਨੁੱਖੀ ਸਰੀਰ ਵਿੱਚ ਸਥਾਪਿਤ ਕੀਤੇ ਗਏ ਸਨ ਅਸੀਂ ਰੂਹ ਹਾ ਆਤਮਾ ਹਾ ਅਮਰ ਆਤਮਾ ਜਿਸ ਦਾ ਨਾ ਕਦੇ ਜਨਮ ਹੁੰਦਾ ਹੈ ਅਤੇ ਨਾ ਹੀ ਮੌਤ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਕੌਣ ਹਾਂ ਅਸੀਂ ਇਸ ਦਿਨ ਪੈਦਾ ਹੋਏ ਸੀ ਅਤੇ ਅਸੀਂ ਮਰ ਜਾਵਾਂਗੇ ਤਾ ਅਸੀਂ ਕਿਸੇ ਸਰੀਰ ਬਾਹਰੀ ਸਰੀਰ ਦੀ ਗੱਲ ਕਰ ਰਹੇ ਹੁੰਦੇ ਹਾਂ ਉਹ ਸਰੀਰ ਜੋ ਸਾਡਾ ਇੱਕ ਲਿਬਾਸ ਹੈ ਪਰ ਅਸੀਂ ਉਸ ਨੂੰ ਆਪਣਾ ਸਵੈ ਮੰਨ ਲੈਂਦੇ ਹਾਂ ਫਿਰ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੀ ਗੱਲ ਕਰਦੇ ਹਾਂ ਇੱਕ ਹੋਰ ਸਰੀਰ ਇਹਨਾਂ ਨਾਲ ਹੀ ਅਸੀਂ ਇਸ ਸੰਸਾਰ ਬਾਰੇ ਜਾਣੂ ਹੁੰਦੇ ਹਾਂ ਅਸੀਂ ਅੱਖਾਂ ਦਾ ਇਸਤੇਮਾਲ ਦੇਖਣ ਲਈ ਅਤੇ ਕੰਨਾਂ ਦਾ ਇਸਤੇਮਾਲ ਸੁਣਨ ਲਈ ਕਰਦੇ ਹਾਂ ਇਹ ਬਹੁਤ ਚੰਗਾ ਹੈ ਤੁਹਾਨੂੰ ਇਹ ਸਭ ਚੀਜ਼ਾਂ ਮਿਲੀਆਂ ਹਨ ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਸਾਡਾ ਸਵੈ ਹੈ ਜੇ ਤੁਹਾਡੇ ਕੋਲ ਕੋਈ ਉਪਕਰਣ ਹੋਵੇ ਮੇਰੇ ਕੋਲ ਮੇਰੀ ਜੇਬ ਵਿੱਚ ਇੱਕ ਬਹੁਤ ਵਧੀਆ ਆਈਫੋਨ ਹੈ ਤੁਸੀਂ ਅਜਿਹੇ ਸਮਾਰਟਫੋਨ ਜ਼ਰੂਰ ਦੇਖੇ ਹੋਣਗੇ ਇਹ ਬਹੁਤ ਚੰਗਾ ਹੈ ਕਿ ਇਹਨਾਂ ਨੂੰ ਸਮਾਰਟਫੋਨ ਕਿਹਾ ਜਾਂਦਾ ਹੈ ਮੰਨ ਲਓ ਕਿ ਮੈਂ ਇਹਨਾਂ ਨੂੰ ਇੰਨਾ ਸਮਾਰਟ ਬਣਾ ਦਿੰਦਾ ਹਾਂ ਕਿ ਇਹ ਹਰ ਸਮੇਂ ਮੈਨੂੰ ਦੱਸਣ ਲੱਗ ਜਾਣ ਕਿ ਕੀ ਕਰਨਾ ਹੈ ਮੈਂ ਇਸ ਆਈਫੋਨ ਦਾ ਗੁਲਾਮ ਬਣ ਜਾਵਾਂਗਾ ਇਹ ਹੀ ਵਾਪਰਿਆ ਹੈ ਸਾਡੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਆਪਣਾ ਫੋਨ ਹਾਂ ਪਰ ਅਸੀਂ ਇਹ ਹੀ ਕਰ ਰਹੇ ਹਾਂ ਸਾਨੂੰ ਵਰਤਨ ਲਈ ਦਿੱਤੇ ਗਏ ਇਹਨਾਂ ਉਪਕਰਨਾ ਨੂੰ ਅਸੀਂ ਆਪਣਾ ਸਵੈ ਸਮਝ ਰਹੇ ਹਾਂ ਇਹ ਇੱਕ ਬਹੁਤ ਵੱਡੀ ਗਲਤੀ ਹੈ ਕਾਮਲ ਮੁਰਸ਼ਿਦ ਜਾਂ ਪਰਮ ਸੰਤ ਸਤਗੁਰੂ ਉਹ ਮਨੁੱਖ ਹਨ ਜਿਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਹੋ ਗਈ ਹੈ ਜੋ ਆਪਣੇ ਆਪ ਦੀ ਸਮੁੱਚਤਾ ਤੱਕ ਪਹੁੰਚ ਗਏ ਹਨ ਜਿਨ੍ਹਾਂ ਨੇ ਦੇਖ ਲਿਆ ਹੈ ਕਿ ਅਸੀਂ ਅਸਲ ਵਿੱਚ ਕੌਣ ਹਾਂ ਅਸੀਂ ਕਿੱਥੋਂ ਦੇ ਰਹਿਣ ਵਾਲੇ ਹਾਂ ਅਸੀਂ ਕਿੱਥੋਂ ਆਏ ਹਾਂ ਇੱਥੇ ਕਿਉਂ ਆਏ ਹਾਂ ਅਸੀਂ ਇਹ ਅਨੁਭਵ ਕਿਉਂ ਲੈ ਰਹੇ ਹਾਂ ਉਨਾ ਕੋਲ ਇਹ ਸਾਰੇ ਪ੍ਰਸ਼ਨਾਂ ਦੇ ਜਵਾਬ ਹੁੰਦੇ ਹਨ ਇਹ ਜਵਾਬ ਉਹਨਾਂ ਨੇ ਕਿਤਾਬਾਂ ਤੋਂ ਨਹੀਂ ਹਾਸਲ ਕੀਤੇ ਕਿਤੇ ਹੋਰੋਂ ਨਹੀਂ ਹਾਸਲ ਕੀਤੇ ਬਲਕਿ ਆਪਣੇ ਸਰੀਰ ਦੇ ਅੰਦਰੋਂ ਨਿੱਜੀ ਅਨੁਭਵਾਂ ਦੁਆਰਾ ਹਾਸਲ ਕੀਤੇ ਹਨ ਉਹ ਜਿਨ੍ਹਾਂ ਨੂੰ ਇਹ ਅਨੁਭਵ ਹੋ ਚੁੱਕਾ ਹੈ ਉਹ ਦੱਸਦੇ ਹਨ ਦੇਖੋ ਤੁਸੀਂ ਭੁੱਲ ਕਰ ਰਹੇ ਹੋ ਕਿ ਤੁਹਾਡਾ ਸਰੀਰ ਤੁਹਾਡਾ ਸਵੈ ਜਾਂ ਆਪਾ ਹੈ ਤੁਸੀਂ ਗਲਤੀ ਨਾਲ ਆਪਣੀਆਂ ਗਿਆਨ ਇੰਦਰੀਆਂ ਨੂੰ ਆਪਣਾ ਆਪ ਸਮਝ ਰਹੇ ਹੋ ਤੁਸੀਂ ਗਲਤੀ ਨਾਲ ਸਮਝ ਰਹੇ ਹੋ ਕਿ ਇਹ ਸੋਚਣ ਵਾਲਾ ਮਨ ਤੁਹਾਡਾ ਆਪਾ ਹੈ ਇਹ ਸਭ ਉਪਕਰਨ ਤੁਹਾਨੂੰ ਅਨੁਭਵ ਲੈ ਲਈ ਦਿੱਤੇ ਗਏ ਸਨ ਅਸਲ ਵਿੱਚ ਤੁਸੀਂ ਉਹ ਚੇਤਨਾ ਹੋ ਜੋ ਮਨ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਜੇ ਤੁਸੀਂ ਮਨ ਨੂੰ ਸ਼ਕਤੀ ਨਹੀਂ ਪ੍ਰਦਾਨ ਕਰੋਗੇ ਤਾਂ ਮਨ ਸੋਚ ਹੀ ਨਹੀਂ ਸਕੇਗਾ ਜੇ ਚੇਤਨਾ ਨਹੀਂ ਤਾਂ ਮਨ ਨਹੀਂ ਤੁਸੀਂ ਹੀ ਹੋ ਜੋ ਸਾਰੀਆਂ ਗਿਆਨ ਇੰਦਰੀਆਂ ਨੂੰ ਕੰਮ ਕਰਨ ਦੀ ਸ਼ਕਤੀ ਦਿੰਦੇ ਹੋ ਜੇ ਚੇਤਨਾ ਨਾ ਹੁੰਦੀ ਤਾਂ ਕੋਈ ਵੀ ਗਿਆਨ ਇੰਦਰੀ ਕੰਮ ਨਾ ਕਰਦੀ ਤੁਸੀਂ ਹੀ ਹੋ ਜੋ ਸਥੂਲ ਸਰੀਰ ਨੂੰ ਸ਼ਕਤੀ ਪ੍ਰਦਾਨ ਕਰ ਰਹੇ ਹੋ ਜੇ ਚੇਤਨਾ ਅਤੇ ਜੀਵਨ ਨਾ ਹੁੰਦੇ ਤਾਂ ਤੁਹਾਡਾ ਸਥੂਲ ਸਰੀਰ ਨਾ ਹੁੰਦਾ ਇਸ ਲਈ ਤੁਸੀਂ ਹੀ ਇਹਨਾਂ ਸਾਰੇ ਯੰਤਰਾਂ ਨੂੰ ਸ਼ਕਤੀ ਦੇ ਰਹੇ ਹੋ ਤੁਸੀਂ ਹੀ ਇਹਨਾਂ ਤਿੰਨ ਵਿਲੱਖਣ ਯੰਤਰਾਂ ਜੋ ਤੁਹਾਨੂੰ ਦਿੱਤੇ ਗਏ ਸਨ ਇਹਨਾਂ ਦੀ ਬੈਟਰੀ ਜਾਂ ਚਾਰਜਰ ਹੋ ਹੁਣ ਇਹਨਾਂ ਯੰਤਰਾਂ ਦੀ ਵਰਤੋਂ ਕਰੋ ਅਤੇ ਇਹ ਪਰਮ ਸੰਤ ਸਤਗੁਰੂ ਇਹ ਨਹੀਂ ਕਹਿੰਦੇ ਕਿ ਸੋਚਣਾ ਬੰਦ ਕਰ ਦਿਓ ਖਾਣਾ ਬੰਦ ਕਰ ਦਿਓ ਆਪਣੇ ਸਰੀਰ ਨੂੰ ਭੋਜਨ ਦੇਣਾ ਬੰਦ ਕਰ ਦਿਓ ਉਹ ਅਜਿਹਾ ਨਹੀਂ ਕਹਿੰਦੇ ਉਹ ਕਹਿੰਦੇ ਹਨ ਕਿ ਇਹ ਜੰਤਰ ਜੋ ਤੁਹਾਨੂੰ ਦਿੱਤੇ ਗਏ ਹਨ ਉਹਨਾਂ ਦੀ ਵਰਤੋਂ ਕਰੋ ਆਪਣੇ ਸਰੀਰ ਦੀ ਵਰਤੋਂ ਕਰੋ ਆਪਣੀਆਂ ਗਿਆਨ ਇੰਦਰੀਆਂ ਦੀ ਵਰਤੋਂ ਕਰੋ ਆਪਣੇ ਮਨ ਦੀ ਵਰਤੋਂ ਕਰੋ ਪਰ ਉਹਨਾਂ ਦੁਆਰਾ ਵਰਤੇ ਨਾ ਜਾਓ ਉਹਨਾਂ ਨੂੰ ਆਪਣੇ ਤੇ ਹੁਕਮ ਨਾ ਚਲਾਉਂਦੇ ਹੋ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੋ ਤੁਸੀਂ ਇਹਨਾਂ ਨੂੰ ਸੱਤਾ ਦੇਣ ਵਾਲੀ ਸ਼ਕਤੀ ਹੋ ਇੱਕ ਵਾਰ ਜਦੋਂ ਤੁਸੀਂ ਜਾਣ ਜਾਵੋਗੇ ਕਿ ਤੁਸੀਂ ਇਹਨਾਂ ਨੂੰ ਸੱਤਾ ਦੇਣ ਵਾਲੀ ਸ਼ਕਤੀ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸਭ ਤੁਹਾਨੂੰ ਤੁਹਾਡੇ ਗੁਲਾਮ ਅਤੇ ਨੌਕਰ ਵਜੋਂ ਦਿੱਤੇ ਗਏ ਸਨ ਇਹ ਤੁਹਾਡੀ ਸੇਵਾ ਕਰਨ ਲਈ ਹਨ ਨਾ ਕਿ ਤੁਸੀਂ ਉਹਨਾਂ ਦੀ ਪੂਜਾ ਕਰੋ ਉਹਨਾਂ ਨੂੰ ਆਪਣਾ ਸਵੈ ਨਾ ਸਮਝੋ ਇਹ ਸੋਚਣਾ ਬਹੁਤ ਵੱਡੀ ਗਲਤੀ ਹੈ ਕਿ ਉਹ ਹੀ ਸਾਡਾ ਸਵੈ ਹਨ ਇਸ ਲਈ ਕਾਮਲ ਮੁਰਸ਼ਿਦ ਦੇ ਅਭਿਆਸ ਦੇ ਢੰਗ ਦਾ ਰਾਜ ਇੱਕ ਪਰਮ ਸੰਤ ਸਤਿਗੁਰੂ ਦੇ ਅਭਿਆਸ ਦੇ ਢੰਗ ਦਾ ਰਾਜ ਹੈ ਆਪਣੀ ਤਵੱਜ ਨੂੰ ਵਾਪਸ ਖਿੱਚਣਾ ਇਹ ਤਵੱਜੋ ਹੀ ਅਸਲ ਵਿੱਚ ਉਹ ਓਝਾਰ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਸਭ ਪਾਸੇ ਫਲਾਇਆ ਹੋਇਆ ਹੈ ਅਸਲ ਰਾਜ ਹੈ ਤਵੱਜ ਨੂੰ ਖਿੱਚ ਕੇ ਵਾਪਸ ਉਥੇ ਲਿਜਾਣਾ ਜਿਸ ਨਾਲ ਉਸ ਦਾ ਅਸਲ ਸੰਬੰਧ ਹੈ ਇਹ ਤਵਜੋ ਉਸ ਜਗ੍ਹਾ ਨਾਲ ਸੰਬੰਧਿਤ ਹੈ ਜਿੱਥੇ ਤੁਹਾਡੀ ਰੂਹ ਬੈਠੀ ਹੈ ਅਤੇ ਜਿੱਥੋਂ ਉਹ ਰੂਹ ਆਪਣੀ ਸਾਰੀ ਸ਼ਕਤੀ ਬਾਹਰ ਪੇਜ ਰਹੀ ਹੈ ਉਹ ਹੁਣ ਇਸ ਸਤੂਲ ਸਰੀਰ ਵਿੱਚ ਸਾਡੀਆਂ ਅੱਖਾਂ ਦੇ ਪਿੱਛੇ ਹੈ ਬੇਸ਼ੱਕ ਜਦੋਂ ਤੁਸੀਂ ਉਚੇਰੇ ਪੱਧਰ ਤੇ ਜਾਓਗੇ ਤਾਂ ਦੇਖੋਗੇ ਕਿ ਸਰੀਰ ਦਾ ਨਿਰਮਾਣ ਵੀ ਉਸੇ ਮਨ ਦੁਆਰਾ ਕੀਤਾ ਗਿਆ ਹੈ ਜਿਸ ਨੇ ਇਹ ਸਾਰੇ ਅਨੁਭਵ ਪੈਦਾ ਕੀਤੇ ਹਨ ਇਸ ਯਾਤਰਾ ਦੇ ਅੰਤ ਤੇ ਰੋਹਾਨੀ ਯਾਤਰਾ ਦੇ ਅੰਤ ਤੇ ਤੁਸੀਂ ਜਾਣ ਜਾਵੋਗੇ ਕਿ ਅਸੀਂ ਬਹੁਤ ਸਾਰੇ ਨਹੀਂ ਹਾਂ ਅਸੀਂ ਸਿਰਫ ਇੱਕ ਹਾਂ ਅਸੀਂ ਸਾਰੇ ਇੱਕੋ ਸਮੂਚੀ ਚੇਤਨਾ ਵਿੱਚ ਭਾਗ ਲੈ ਰਹੇ ਹਾਂ ਇੱਕ ਦਾ ਹੀ ਹਿੱਸਾ ਹਾਂ ਅਸੀਂ ਕਦੇ ਵੀ ਇਸ ਤੋਂ ਵੱਖ ਨਹੀਂ ਹੋਏ ਅਸੀਂ ਅਜੇ ਵੀ ਇਸੇ ਦਾ ਹੀ ਹਿੱਸਾ ਹਾਂ ਕਿਉਂਕਿ ਉਸ ਸਮੂਚੀ ਚੇਤਨਾ ਵਿੱਚ ਅਸਾਂ ਨੇ ਆਪਣੀ ਚੇਤਨਾ ਨੂੰ ਆਪਣੀ ਜਾਗਰੂਕਤਾ ਨੂੰ ਛੋਟਾ ਕਰ ਲਿਆ ਅਤੇ ਕੁੱਲ ਚੇਤਨਾ ਦੀ ਇੱਕ ਇਕਾਈ ਬਣ ਗਏ ਇਸ ਕਰਕੇ ਅਸੀਂ ਇੱਕ ਆਤਮਾ ਬਣ ਗਏ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਵੱਖ ਹੋ ਗਏ ਹਾਂ ਅਸੀਂ ਅਜੇ ਵੀ ਆਪਣੀ ਅੰਤਮ ਮੰਜ਼ਿਲ ਨਾਲ ਜੁੜੇ ਹੋਏ ਹਾਂ ਉਸ ਲਈ ਸਾਨੂੰ ਕੀ ਕਰਨਾ ਹੈ ਸਾਨੂੰ ਆਪਣੀ ਤਵੱਜਾ ਨੂੰ ਵਾਪਸ ਖਿੱਚਣਾ ਹੈ ਤਾਂ ਕਿ ਅਸੀਂ ਸਮਝ ਅਤੇ ਜਾਣ ਸਕੀਏ ਨਿੱਜੀ ਤੌਰ ਤੇ ਜਾਣ ਸਕੀਏ ਕਿ ਅਸੀਂ ਉਸ ਸਮੁੱਚਤਾ ਨਾਲ ਸੰਬੰਧਿਤ ਹਾਂ ਅਤੇ ਸਾਰਾ ਖੇਲ ਉਸ ਦੇ ਅੰਦਰ ਹੀ ਹੋ ਰਿਹਾ ਹੈ ਇਹ ਇੱਕ ਬਧੀਆ ਤਮਾਸ਼ਾ ਜਾਂ ਸ਼ੋਅ ਹੈ ਮੈਂ ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਕਰਦਾ ਕਿ ਇਹ ਇੱਕ ਬਹੁਤ ਵਧੀਆ ਸ਼ੋਅ ਚੱਲ ਰਿਹਾ ਹੈ ਇਹ ਸਥੂਲ ਸੰਸਾਰ ਇਸ ਸ਼ੋਅ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਹੈ ਅਭਿਆਸ ਵਿੱਚ ਤੁਹਾਨੂੰ ਪਤਾ ਲੱਗੇਗਾ ਜੇ ਤੁਸੀਂ ਇੱਕ ਕਦਮ ਵੀ ਉੱਤੇ ਜਾਵੋਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਲੱਖਾਂ ਹੋਰ ਸ਼ੋਅ ਚੱਲਦੇ ਵੇਖੋਗੇ ਜਿਉਂ ਤੁਸੀਂ ਹੋਰ ਅੱਗੇ ਜਾਂਦੇ ਹੋ ਤਾਂ ਪਾਓਗੇ ਕਿ ਚੇਤਨਾ ਵਿੱਚ ਇਸ ਤਰ੍ਹਾਂ ਦੇ ਸ਼ੋਅ ਦਾ ਤਜਰਬਾ ਸਦਾ ਲਈ جاری ਰਹਿਣ ਵਾਲੀ ਪ੍ਰਕਿਰਿਆ ਹੈ ਬਹੁਤ ਸਾਰੇ ਪੱਧਰ ਤੇ ਇਹ ਸ਼ੋਅ ਚੱਲ ਰਹੇ ਹਨ ਇਹ ਸ਼ਾਨਦਾਰ ਅਨੁਭਵ ਹਨ ਇਹ ਇਕੱਲੇ ਸ਼ੋਅ ਹੀ ਸਾਡੀ ਕੋਸ਼ਿਸ਼ ਅਤੇ ਪਰਖਣ ਦੇ ਪਾਤਰ ਹਨ ਜੇ ਅਸੀਂ ਆਪਣੀ ਤਵੱਜਾ ਨੂੰ ਵਾਪਸ ਖਿੱਚੀਏ ਤਾਂ ਕੀ ਹੋਵੇਗਾ ਤੁਸੀਂ ਵੇਖੋਗੇ ਕਿ ਸਾਡੇ ਉੱਤੇ ਇਹ ਪੜਾ ਦਰਪੜਾ ਦੇ ਲਿਬਾਸ ਪਾਉਣ ਦਾ ਇੱਕ ਖਾਸ ਉਦੇਸ਼ ਸੀ ਅਸੀਂ ਆਪਣੇ ਉੱਤੇ ਇਹ ਤਿੰਨ ਲਿਬਾਸ ਕਿਉਂ ਪਾਏ ਹਨ ਸਾਡੇ ਕੋਲ ਮਨ ਕਿਉਂ ਹੈ ਸਾਡੇ ਕੋਲ ਗਿਆਨ ਇੰਦਰੀਆਂ ਕਿਉਂ ਹਨ ਸਾਡੇ ਕੋਲ ਸਤੂਰ ਸ਼ਰੀਰ ਕਿਉਂ ਹੈ ਇਸ ਦਾ ਉਦੇਸ਼ ਇੱਕ ਵਧੇਰੇ ਠੋਸ ਅਨੁਭਵ ਪੈਦਾ ਕਰਨਾ ਸੀ ਮੇਰਾ ਮੰਨਣਾ ਹੈ ਕਿ ਇਸ ਦਾ ਮਕਸਦ ਚੇਤਨਾ ਦੇ ਹੋਰ ਪੱਧਰਾਂ ਦੇ ਅਨੁਭਵਾਂ ਤੋਂ ਇੱਕ ਵੱਖਰੀ ਕਿਸਮ ਦਾ ਅਨੁਭਵ ਪੈਦਾ ਕਰਨਾ ਸੀ ਇਸ ਲਈ ਇਸ ਅਨੁਭਵ ਨੂੰ ਠੋਸ ਬਣਾਉਣ ਲਈ ਇੱਕ ਸਥੂਲ ਸਰੀਰ ਨੂੰ ਲਿਬਾਸ ਵਜੋਂ ਦਿੱਤਾ ਗਿਆ ਸੀ ਤੁਸੀਂ ਇਸ ਲਿਬਾਸ ਨੂੰ ਧਾਰਨ ਕਰਕੇ ਖੇਡਦੇ ਹੋ ਇਹ ਸੀ ਇਹਨਾਂ ਲਿਬਾਸਾਂ ਦਾ ਉਦੇਸ਼ ਇਹ ਮਨੁੱਖੀ ਸਰੀਰ ਇੱਕ ਪਹਿਰਾਵਾ ਹੈ ਜਿਸ ਨੂੰ ਅਸੀਂ ਪਹਿਨੇ ਹੋਏ ਹਾਂ ਇਸ ਨੂੰ ਧਾਰਨ ਕਰਕੇ ਅਸੀਂ ਇਸ ਸ਼ੋਅ ਵਿੱਚ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ ਜਿਸ ਸ਼ੋਅ ਵਿੱਚੋਂ ਅਸੀਂ ਲੰਘ ਰਹੇ ਹਾਂ ਉਸ ਲਈ ਇਹ ਇੱਕ ਬਹੁਤ ਵਧੀਆ ਪਹਿਰਾਵਾ ਹੈ ਅਸੀਂ ਸਾਰੇ ਵੱਖ-ਵੱਖ ਪਹਿਰਾਵੇ ਪਹਿਨਦੇ ਹਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਉਹੀ ਆਤਮਾ ਹੈ ਅਸੀਂ ਸਾਰੇ ਵੱਖੋ-ਵੱਖ ਵਕਤ ਖਾਈ ਦਿੰਦੇ ਹਾਂ ਅਸੀਂ ਸਾਰੇ ਵੱਖ-ਵੱਖ ਤਰ੍ਹਾਂ ਨਾਲ ਵਿਹਾਰ ਕਰਦੇ ਹਾਂ ਅਸੀਂ ਸਰੀਰ ਦੇ ਉੱਪਰ ਵੀ ਵੱਖੋ-ਵੱਖਰੇ ਕੱਪੜੇ ਪਹਿਨਦੇ ਹਾਂ ਫਿਰ ਅਸੀਂ ਆਪਣੀ ਭੂਮਿਕਾ ਨਿਭਾਉਂਦੇ ਹਾਂ ਜੋ ਕਿਰਦਾਰ ਅਸੀਂ ਨਿਭਾ ਰਹੇ ਹਾਂ ਉਸ ਨੂੰ ਕਈ ਵਾਰ ਲਿਖਿਆ ਜਾ ਚੁੱਕਾ ਹੈ ਕਈ ਵਾਰ ਉਸ ਦਾ ਅਭਿਆਸ ਕੀਤਾ ਜਾ ਚੁੱਕਾ ਹੈ ਜੋ ਜ਼ਿੰਦਗੀ ਅਸੀਂ ਜੀ ਰਹੇ ਹਾਂ ਉਸ ਦਾ ਕਈ ਵਾਰ ਅਭਿਆਸ ਕਰਕੇ ਉਸ ਨੂੰ ਸੰਪੂਰਨ ਕੀਤਾ ਗਿਆ ਹੈ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਉਹ ਨਵੀਂ ਨਕੋਰ ਜ਼ਿੰਦਗੀ ਨਹੀਂ ਹੈ ਉਸ ਨੂੰ ਲਿਖਿਆ ਜਾ ਚੁੱਕਾ ਹੈ ਉਸ ਦਾ ਅਭਿਆਸ ਕੀਤਾ ਗਿਆ ਹੈ ਪਹਿਲਾਂ ਹੀ ਤਿਆਰ ਕੀਤਾ ਗਿਆ ਹੈ ਅਤੇ ਜਦੋਂ ਅਸੀਂ ਇਸ ਲਿਬਾਸ ਵਿੱਚ ਹੁੰਦੇ ਹਾਂ ਤਾਂ ਇਹ ਜ਼ਿੰਦਗੀ ਸਾਨੂੰ ਦਿੱਤੀ ਜਾਂਦੀ ਹੈ ਆਪਣੇ ਲਿਬਾਸ ਧਾਰਨ ਕਰਨ ਤੋਂ ਬਾਅਦ ਅਸੀਂ ਆਪਣੀ ਭੂਮਿਕਾ ਨੂੰ ਉਸ ਲਿਖੀ ਹੋਈ ਸਕ੍ਰਿਪਟ ਅਨਸਾਰ ਬੜੀ ਸੁੰਦਰਤਾ ਨਾਲ ਪੇਸ਼ ਕਰਦੇ ਹਾਂ ਇਸ ਸ਼ੋਅ ਦੀ ਹਕੀਕਤ ਨੂੰ ਕਾਇਮ ਰੱਖਣ ਲਈ ਸਾਨੂੰ ਭੁਲਾ ਦਿੱਤਾ ਗਿਆ ਕਿ ਇਸ ਨੂੰ ਪਹਿਲਾਂ ਹੀ ਲਿਖਿਆ ਹੋਇਆ ਹੈ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਨਿਰਣਾ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੀ ਨਿਰਣਾ ਸ਼ਕਤੀ ਦਾ ਇਸਤੇਮਾਲ ਕਰ ਰਹੇ ਹਾਂ ਅਤੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਇਹ ਸਭ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ ਅਸੀਂ ਸਿਰਫ ਉਸ ਦੀ ਪਾਲਣਾ ਕਰਦੇ ਹਾਂ ਜਿਸ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਅਸੀਂ ਬਸ ਉਸ ਦੇ ਮੁਤਾਬਿਕ ਚੱਲਦੇ ਹਾਂ ਸਾਨੂੰ ਪਹਿਲਾਂ ਲਿਖੀ ਹੋਈ ਕਿਸਮਤ ਬਾਰੇ ਨਾ ਜਾਣਕਾਰੀ ਹੋਣ ਕਰਕੇ ਅਸੀਂ ਸੋਚਦੇ ਹਾਂ ਕਿ ਅਸੀਂ ਅੱਗੇ ਚੱਲਦੇ ਹੋਏ ਆਪਣੀ ਕਿਸਮਤ ਖੁਦ ਬਣਾ ਰਹੇ ਹਾਂ ਇਹ ਇੱਕ ਬਹੁਤ ਵੱਡਾ ਭਰਮ ਹੈ ਪਰ ਨਾਲ ਹੀ ਇੱਕ ਸ਼ਾਨਦਾਰ ਪਰਮ ਹੈ ਇਹ ਸਾਨੂੰ ਸਵਤੰਤਰ ਹੋਣ ਦਾ ਅਹਿਸਾਸ ਦਿੰਦਾ ਹੈ ਕਿ ਅਸੀਂ ਚੋਣ ਕਰ ਸਕਦੇ ਹਾਂ ਕਿ ਅਸੀਂ ਆਪਣੀ ਕਿਸਮਤ ਖੁਦ ਬਣਾ ਸਕਦੇ ਹਾਂ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੀਆਂ ਅੱਖਾਂ ਨੂੰ ਸੱਚ ਦੇਖਣ ਤੋਂ ਰੋਕ ਦਿੱਤਾ ਜਾਵੇ ਉਸ ਗਿਆਨ ਨੂੰ ਠਕੇ ਬਿਨਾ ਇਹ ਅਨੁਭਵ ਕਿਵੇਂ ਸੰਭਵ ਹੋ ਸਕਦਾ ਹੈ ਅਸਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਗਿਆਨ ਤੋਂ ਬਾਝੇ ਰੱਖ ਲਿਆ ਕਿ ਇਹ ਕਿਸ ਤਰ੍ਹਾਂ ਕੀਤਾ ਗਿਆ ਹੈ ਤਾ ਜੋ ਅਸੀਂ ਨਿਰਨੇ ਸ਼ਕਤੀ ਦਾ ਅਨੁਭਵ ਕਰ ਸਕੀਏ ਕਿੰਨੀ ਵਧੀਆ ਤਰਕੀਬ ਹੈ ਫਿਰ ਇਸ ਤੋਂ ਬਾਅਦ ਆਪਣੇ ਅਨੁਭਵ ਨੂੰ ਹੋਰ ਸੱਚਾ ਦਰਸਾਉਣ ਲਈ ਸਾਨੂੰ ਹੋਰ ਲਿਬਾਸ ਦੇ ਦਿੱਤੇ ਗਏ ਹਨ ਆਖਰਕਾਰ ਸਾਨੂੰ ਇਨਾਂ ਅਨੁਭਵਾਦੀ ਕੀ ਜ਼ਰੂਰਤ ਸੀ ਅਸੀਂ ਆਪਣੇ ਘਰ ਵਿੱਚ ਆਨੰਦ ਨਾਲ ਰਹਿ ਰਹੇ ਸੀ ਉਹ ਸਮੁੱਚੀ ਚੇਤਨਾ ਪਿਆਰ ਆਨੰਦ ਅਤੇ ਸਮੁੱਚੇ ਗਿਆਨ ਸਹਿਜ ਗਿਆਨ ਦਾ ਖੇਤਰ ਹੈ ਕਿਉਂ ਸਾਨੂੰ ਉਸ ਥਾਂ ਨੂੰ ਛੱਡਣਾ ਪਿਆ? ਜਵਾਬ ਬਹੁਤ ਸੌਖਾ ਹੈ। ਜੇ ਤੁਸੀਂ ਕਿਸੇ ਚੀਜ਼ ਦੇ ਉਲਟ ਨੂੰ ਦੇਖ ਲੈਂਦੇ ਹੋ ਤਾਂ ਤੁਸੀਂ ਹਮੇਸ਼ਾ ਉਸ ਚੀਜ਼ ਦੀ ਹੋਰ ਜ਼ਿਆਦਾ ਕਦਰ ਕਰਦੇ ਹੋ। ਲੋਕ ਮੇਰੇ ਕੋਲ ਆ ਕੇ ਕਹਿੰਦੇ ਹਨ ਅਸੀਂ ਬਹੁਤ ਮੁਸ਼ਕਲ ਸਮੇਂ ਵਿੱਚੋਂ ਗੁਜ਼ਰੇ ਹਾਂ। ਪਰ ਜਦੋਂ ਮੁਸ਼ਕਲ ਸਮਾਂ ਲੰਘ ਜਾਂਦਾ ਹੈ ਤਾਂ ਚੰਗਾ ਸਮਾਂ ਬਹੁਤ ਵਧੀਆ ਲੱਗਦਾ ਹੈ। ਉਹ ਅਜਿਹੇ ਹਨ ਕਿਉਂ ਕਹਿੰਦੇ ਹਨ ਜੇ ਹਨੇਰਾ ਨਾ ਹੁੰਦਾ ਤਾਂ ਰੋਸ਼ਨੀ ਦੀ ਕੋਈ ਕਦਰ ਨਾ ਹੁੰਦੀ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਹੁੰਦਾ ਤਾਂ ਖੁਸ਼ੀਆਂ ਦੀ ਕੋਈ ਕਦਰ ਨਾ ਹੁੰਦੀ ਜੇ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਤਾਂ ਤੁਹਾਨੂੰ ਇਹ ਵੀ ਪਤਾ ਨਾ ਹੁੰਦਾ ਕਿ ਤੁਸੀਂ ਖੁਸ਼ ਹੋ ਤੁਲਨਾ ਕਰਨ ਲਈ ਕੁਝ ਵੀ ਨਹੀਂ ਹੈ ਇਸ ਲਈ ਅਸੀਂ ਇੱਥੇ ਇਸ ਦੁਨੀਆ ਵਿੱਚ ਦਿਵੈਤਾ ਜਾਂ ਡੁਅਲਟੀ ਦਾ ਅਨਪਵ ਲੈਣ ਲਈ ਆਏ ਹਾਂ ਇੱਥੇ ਪਰਸ ਪਰ ਵਿਰੋਧੀ ਜੋੜੇ ਹਨ ਇੱਥੇ ਦਾ ਸਾਡਾ ਅਨੁਭਵ ਇਹਨਾਂ ਵਿਰੋਧੀ ਜੋੜਿਆਂ ਦੇ ਰੂਪ ਵਿੱਚ ਹੁੰਦਾ ਹੈ ਅਸੀਂ ਵਾਪਸ ਉਸ ਦੁਨੀਆ ਵਿੱਚ ਜਾਂਦੇ ਹਾਂ ਜਿੱਥੇ ਕੋਈ ਵਿਰੋਧੀ ਤੱਤ ਨਹੀਂ ਹਨ ਇਸ ਲਈ ਜਦੋਂ ਅਸੀਂ ਵਾਪਸ ਆਪਣੇ ਸੱਚੇ ਘਰ ਪਹੁੰਚਦੇ ਹਾਂ ਤਾਂ ਦੇਖਦੇ ਹਾਂ ਕਿ ਉੱਥੇ ਬਹੁਤ ਸਾਰੀਆਂ ਵੱਖ-ਵੱਖ ਰੂਹਾਂ ਪਹਿਲਾਂ ਹੀ ਸਮੂੱਚੀ ਚੇਤਨਾ ਦੇ ਮਹਾਨ ਸਰਵਰ ਵਿੱਚ ਤੇ ਆ ਰਹੀਆਂ ਹਨ ਉਹ ਸਾਨੂੰ ਪੁੱਛਦੇ ਹਨ ਤੁਸੀਂ ਸਾਡੇ ਨਾਲ ਉਹਦੇਰੇ ਖੁਸ਼ ਕਿਉਂ ਹੋ ਇਹ ਕਿਸ ਤਰ੍ਹਾਂ ਕਿ ਅਸੀਂ ਸਾਰੀਆਂ ਖੁਸ਼ੀ ਨਾਲ ਨੱਚ ਰਹੀਆਂ ਹਨ ਜੋ ਰੂਹਾ ਪਹਿਲਾਂ ਹੀ ਸਾਡੇ ਸੱਚੇ ਘਰ ਸੱਚਖੰਡ ਵਿੱਚ ਹੁੰਦੀਆਂ ਹਨ ਉਹ ਖੁਸ਼ੀ ਨਾਲ ਨੱਚ ਰਹੀਆਂ ਹੁੰਦੀਆਂ ਹਨ ਕਿਉਂਕਿ ਉਹ ਹਮੇਸ਼ਾ ਆਨੰਦ ਵਿੱਚ ਹੁੰਦੀਆਂ ਹਨ ਪਰ ਅਸੀਂ ਵਾਪਸ ਪਹੁੰਚ ਕੇ ਉਹਨਾਂ ਤੋਂ ਵੀ ਵੱਧ ਖੁਸ਼ੀ ਨਾਲ ਨੱਚਦੇ ਹਾਂ ਉਹਨਾਂ ਦਾ ਸਵਾਲ ਹੁੰਦਾ ਹੈ ਇਹ ਤੁਹਾਨੂੰ ਕੀ ਹੋਇਆ ਹੈ ਤੁਸੀਂ ਸਾਡੇ ਤੋਂ ਬਿਹਤਰ ਕਿਵੇਂ ਹੋ ਅਸੀਂ ਸਾਰੇ ਇੱਕੋ ਹੀ ਜਗ੍ਹਾ ਤੇ ਹਾਂ ਫਿਰ ਇਦਾਂ ਕਿਉਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਚੀਜ਼ ਤੋਂ ਵਾਂਝੇ ਹੋ ਕਿਉਂਕਿ ਤੁਸੀਂ ਉਸ ਚੀਜ਼ ਦੀ ਕਦਰ ਨਹੀਂ ਕਰਦੇ ਜੋ ਤੁਹਾਡੇ ਕੋਲ ਹੁੰਦੀ ਹੈ ਤੁਹਾਡੇ ਕੋਲ ਤੁਲਨਾ ਕਰਨ ਲਈ ਕੁਝ ਵੀ ਨਹੀਂ ਹੈ ਅਸੀਂ ਦੂਸਰਾ ਪੱਖ ਦੇਖ ਲਿਆ ਹੈ ਇਸ ਲਈ ਅਸੀਂ ਹੋਰ ਵਧੇਰੇ ਕਦਰ ਕਰ ਸਕਦੇ ਹਾਂ ਇਹ ਹੀ ਹੈ ਇਸ ਵੱਡੀ ਪੂਰੀ ਸ੍ਰਿਸ਼ਟੀ ਦਾ ਪੂਰਾ ਉਦੇਸ਼ ਰਚਨਾ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਆਪਣੇ ਸਾਰੇ ਉਦੇਸ਼ਾਂ ਨੂੰ ਪੂਰੀ ਕਰਦੀ ਹੈ ਇਸ ਸਿਰਜਣਾ ਦੀ ਸੰਪੂਰਨਤਾ ਸਿਰਫ ਸਿਹਰ ਤੋਂ ਵੇਖੀ ਜਾ ਸਕਦੀ ਹੈ ਇੱਥੇ ਦਾ ਹਰ ਇੱਕ ਛੋਟਾ ਜਿਹਾ ਤੱਤ ਅਧੂਰਾ ਲੱਗਦਾ ਹੈ ਪਰ ਜਦੋਂ ਤੁਸੀਂ ਸਭ ਤੱਤਾਂ ਨੂੰ ਇਕੱਠਾ ਦੇਖਦੇ ਹੋ ਜਦੋਂ ਤੁਸੀਂ ਇਸ ਸਾਰੇ ਸ਼ੋਅ ਜਾਂ ਪ੍ਰਦਰਸ਼ਨ ਨੂੰ ਸਿਰਫ਼ ਤੋਂ ਦੇਖਦੇ ਹੋ ਤਾਂ ਇਹ ਬਿਲਕੁਲ ਸੰਪੂਰਨ ਹੈ ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਤੁਸੀਂ ਇਸ ਦਾ ਕਿਸੇ ਵੀ ਸੰਭਾਵਿਤ ਰੂਪ ਵਿੱਚ ਸੁਧਾਰ ਕਰ ਸਕੋ ਇਸ ਵਿੱਚ ਸੁਧਾਰ ਕਰਨ ਲਈ ਕਈ ਪ੍ਰਯੋਗ ਕੀਤੇ ਜਾ ਚੁੱਕੇ ਹਨ ਇਸ ਰਚਨਾ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇਸ ਰਚਨਾ ਵਿੱਚ ਕਈ ਸਥਾਨਾਂ ਤੇ ਹਰ ਤਰ੍ਹਾਂ ਦੇ ਪ੍ਰਯੋਗ ਕੀਤੇ ਜਾ ਚੁੱਕੇ ਹਨ ਅਤੇ ਕੁਝ ਅਜੇ ਵੀ جاری ਹਨ ਫਿਰ ਵੀ ਜੋ ਪਹਿਲਾ ਤੋਂ ਹੈ ਉਹ ਇੰਨਾ ਸੰਪੂਰਨ ਹੈ ਕਿ ਮੈਂ ਸੋਚਦਾ ਹਾਂ ਜੇ ਤੁਸੀਂ ਵਾਪਸ ਜਾਓ ਤਾਂ ਤੁਸੀਂ ਦੇਖੋਗੇ ਕਿ ਇਸ ਵਿੱਚ ਹੋਰ ਸੁਧਾਰ ਕੀਤਾ ਹੀ ਨਹੀਂ ਜਾ ਸਕਦਾ ਸੋ ਇਹ ਸਾਰੇ ਵਿਰੋਧੀ ਜੋੜੇ ਭਰਮ ਦੁਆਰਾ ਬਣਾਏ ਗਏ ਹਨ ਇਸ ਦਾ ਮਤਲਬ ਇਹ ਨਹੀਂ ਕੀ ਅਸੀਂ ਭਰਮ ਜਾਂ ਭਲੇਖੇ ਵਿੱਚ ਜੀ ਰਹੇ ਹਾਂ ਕੁਝ ਲੋਕ ਸੋਚਦੇ ਹਨ ਇਹ ਸੰਸਾਰ ਭਰਮ ਹੈ ਅਸੀਂ ਇੱਥੇ ਕਿਉਂ ਹਾਂ ਕੀ ਕਰ ਰਹੇ ਹਾਂ ਪਰ ਇਹ ਇਸ ਤਰ੍ਹਾਂ ਨਹੀਂ ਹੈ ਇਹ ਹਕੀਕਤ ਹੈ ਅਸਲ ਵਿੱਚ ਇਹ ਹੀ ਇੱਕ ਇੱਕ ਅਸਲੀਅਤ ਹੈ ਅਸੀਂ ਕਿਸੇ ਹੋਰ ਹਕੀਕਤ ਨੂੰ ਨਹੀਂ ਜਾਣਦੇ ਜਦੋਂ ਅਸੀਂ ਕਿਸੇ ਹੋਰ ਹਕੀਕਤ ਨੂੰ ਜਾਣਦੇ ਹੀ ਨਹੀਂ ਤਾਂ ਅਸੀਂ ਭਰਮ ਦੀ ਗੱਲ ਕਿਵੇਂ ਕਰ ਸਕਦੇ ਹਾਂ ਇਹ ਸੰਸਾਰ ਹੀ ਸਾਡੇ ਇੱਕੋ ਇੱਕ ਅਸਲੀਅਤ ਹੈ ਇੱਕ ਸਮੇਂ ਤੇ ਸਾਡੇ ਕੋਲ ਕੇਵਲ ਇੱਕ ਹੀ ਹਕੀਕਤ ਹੋ ਸਕਦੀ ਹੈ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਅਤੇ ਕੋਈ ਸੁਪਨਾ ਵੇਖਦੇ ਹਾਂ ਤਾਂ ਉਹ ਸੁਪਨਾ ਹੀ ਸਾਡੀ ਇੱਕੋ ਇੱਕ ਅਸਲੀਅਤ ਬਣ ਜਾਂਦੀ ਹੈ ਉਸ ਸਮੇਂ ਅਸੀਂ ਆਪਣੀ ਜਾਗਦੀ ਅਵਸਥਾ ਬਾਰੇ ਕੁਝ ਵੀ ਨਹੀਂ ਜਾਣਦੇ ਜੇ ਅਸੀਂ ਇੱਕੋ ਸਮੇਂ ਇਸ ਜਾਗਦੀ ਅਤੇ ਸੁਪਨੇ ਦੀ ਅਵਸਥਾ ਨੂੰ ਜਾਣਦੇ ਹੁੰਦੇ ਤਾਂ ਸੁਪਨੇ ਦੀ ਅਵਸਥਾ ਕਦੇ ਵੀ ਅਸਲੀ ਨਹੀਂ ਸੀ ਲੱਗਣੀ ਉਹ ਸੁਪਨੇ ਦੀ ਅਵਸਥਾ ਨਾ ਤਾਂ ਸਾਨੂੰ ਡਰਾ ਸਕੇਗੀ ਅਤੇ ਨਾ ਹੀ ਸਾਨੂੰ ਖੁਸ਼ੀ ਦੇ ਸਕੇਗੀ ਜੇ ਤੁਸੀਂ ਸੁਪਨੇ ਵੇਲੇ ਜਾਗਦੇ ਹੁੰਦੇ ਤਾਂ ਸੁਪਨੇ ਵਿੱਚ ਕੋਈ ਚੰਗਾ ਜਾਂ ਮਾੜਾ ਅਨੁਭਵ ਨਹੀਂ ਸੀ ਹੋ ਸਕਦਾ ਸੁਪਨਾ ਦੇਖਦੇ ਹੋਏ ਅਸੀਂ ਜਾਗਣ ਦੇ ਅਨੁਭਵ ਨੂੰ ਰੋਕ ਦਿੰਦੇ ਹਾਂ ਇਸ ਲਈ ਸੁਪਨਾ ਹਕੀਕਤ ਬਣ ਜਾਂਦਾ ਹੈ ਜਦੋਂ ਅਸੀਂ ਜਾਗ ਜਾਂਦੇ ਹਾਂ ਤਾਂ ਸੁਪਨਾ ਝੂਠਾ ਲੱਗਦਾ ਹੈ ਇਹ ਸੁਪਨਾ ਉਦੋਂ ਹੀ ਝੂਠਾ ਲੱਗਦਾ ਹੈ ਜਦੋਂ ਅਸੀਂ ਜਾਗ ਜਾਂਦੇ ਹਾਂ ਪਰ ਉਦੋਂ ਨਹੀਂ ਲੱਗਦਾ ਜਦੋਂ ਅਸੀਂ ਸੌ ਰਹੇ ਹੁੰਦੇ ਹਾਂ ਬਿਲਕੁਲ ਇਦਾਂ ਹੀ ਇਹ ਹਕੀਕਤ ਉਦੋਂ ਤੱਕ ਅਸਲੀ ਲੱਗਦੀ ਹੈ ਜਦੋਂ ਤੱਕ ਅਸੀਂ ਅਗਲੇ ਪੜਾਅ ਤੇ ਨਹੀਂ ਜਾਂਦੇ ਅਤੇ ਫਿਰ ਇਹ ਇੱਕ ਸੁਪਨੇ ਵਾਂਗ ਨਕਲੀ ਜਾਪਦੇ ਹੈ ਅਤੇ ਫਿਰ ਅਸੀਂ ਜਦੋਂ ਇੱਕ ਪੜਾ ਹੋਰ ਉੱਪਰ ਪਹੁੰਚਦੇ ਹਾਂ ਤਾਂ ਉਹ ਹੀ ਇੱਕ ਇੱਕ ਅਸਲੀਅਤ ਬਣ ਜਾਂਦੀ ਹੈ ਅਤੇ ਬਾਕੀ ਸਾਰੇ ਸੁਪਨੇ ਵਾਂਗੂ ਬਣ ਜਾਂਦੇ ਹਨ ਸੁਪਨਿਆਂ ਦੇ ਅੰਦਰ ਸੁਪਨੇ ਫਿਰ ਅਸੀਂ ਅੰਤਮ ਪੜਾ ਤੇ ਪਹੁੰਚਦੇ ਹਾਂ ਤਾਂ ਇਸ ਸਾਰੇ ਪ੍ਰਬੰਧ ਨੂੰ ਵੇਖਦੇ ਹਾਂ ਇਹ ਅੰਤਮ ਪੜਾ ਹੀ ਇੱਕੋ ਇੱਕ ਜਗ੍ਹਾ ਹੈ ਜਿੱਥੋਂ ਅਸੀਂ ਇਸ ਸਮੇਂ ਇਹਨਾਂ ਸਾਰੀਆਂ ਰਚਨਾਵਾਂ ਅਤੇ ਹਕੀਕਤਾਂ ਵੇਖ ਸਕਦੇ ਹਾਂ ਫਿਰ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਹੜਾ ਲਿਬਾਸ ਪਹਿਨਿਆ ਹੋਇਆ ਹੈ ਜਾਂ ਨਹੀਂ ਉਸ ਸਮੇਂ ਤੁਸੀਂ ਪੂਰੇ ਸ਼ੋਅ ਦੇ ਕਰਤਾ ਹੁੰਦੇ ਹੋ ਤੁਸੀਂ ਇਸ ਸ਼ੋਅ ਦੇ ਸਿਰਜਣਹਾਰ ਨਿਰਦੇਸ਼ਕ ਨਿਰਮਾਤਾ ਨਾਲ ਇੱਕਮਿਕ ਹੋ ਜਾਂਦੇ ਹੋ ਫਿਰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੋ ਜਿਹਾ ਪਹਿਰਾਵਾ ਪਹਿਨਿਆ ਹੋਇਆ ਹੈ ਕਿਹੜੇ ਸ਼ਰੀਰ ਵਿੱਚ ਹੋ ਸਥੂਲ ਸ਼ਰੀਰ ਵਿੱਚ ਹੋ ਸੂਖਸ਼ਮ ਸ਼ਰੀਰ ਵਿੱਚ ਹੋ ਕਾਰਣ ਸ਼ਰੀਰ ਵਿੱਚ ਹੋ ਵੱਖਰੀ ਆਤਮਾ ਹੋ ਜਾਂ ਸਮੁੱਚਤਾ ਹੋ ਤੁਹਾਡੇ ਕੋਲ ਹਰ ਸਮੇਂ ਉਹੀ ਚੇਤਨਾ ਹੁੰਦੀ ਹੈ ਇਹ ਹੀ ਹੈ ਉਹ ਚੀਜ਼ ਜੋ ਸੰਤ ਸਤਗੁਰੂ ਨੂੰ ਪਰਿਭਾਸ਼ਿਤ ਕਰਦੇ ਹਨ ਇੱਕ ਸੰਤ ਸਤਗੁਰੂ ਨੂੰ ਸਮੁੱਚੀ ਚੇਤਨਾ ਦੀ ਪ੍ਰਾਪਤੀ ਹੋ ਗਈ ਹੁੰਦੀ ਹੈ ਅਤੇ ਉਹ ਹਰ ਸਮੇ ਉਸ ਚੇਤਨਾ ਵਿੱਚ ਨਿਵਾਸ ਰੱਖਦਾ ਹੈ ਰਹਿੰਦਾ ਹੈ ਉਸ ਸਮੇ ਵੀ ਜਦੋਂ ਉਹ ਸਾਡੇ ਵਿੱਚ ਮਨੁੱਖਾ ਵਾਂਗ ਹੁੰਦਾ ਹੈ ਇਸ ਨਾਲ ਹੀ ਸਾਰਾ ਫਰਕ ਪੈਂਦਾ ਹੈ ਕਿਉਂਕਿ ਉਹ ਕਿਸੇ ਵੀ ਸਮੇ ਸਾਨੂੰ ਸਾਡੇ ਨਾਲੋਂ ਜ਼ਿਆਦਾ ਦੇਖ ਸਕਦਾ ਹੈ ਜਿਸ ਤਰੀਕੇ ਨਾਲ ਉਹ ਸਾਡੀ ਰੋਹਾਨੀ ਯਾਤਰਾ ਵਿੱਚ ਸਾਡੀ ਅਗਵਾਈ ਕਰ ਸਕਦਾ ਹੈ ਅਜਿਹਾ ਕੋਈ ਵੀ ਹੋਰ ਨਹੀਂ ਕਰ ਸਕਦਾ ਇੱਕ ਅਨਾਂ ਇਕ ਅਨੇਕ ਵਿਅਕਤੀ ਦੀ ਅਗਵਾਈ ਕਿਵੇਂ ਕਰ ਸਕਦਾ ਹੈ ਇਸ ਲਈ ਇੱਕ ਜਾਗਿਆ ਹੋਇਆ ਵਿਅਕਤੀ ਜੋ ਹਰ ਸਮੇਂ ਜਾਗ ਰਿਹਾ ਹੁੰਦਾ ਹੈ ਭਾਵੇਂ ਅਸੀਂ ਸੁੱਤੇ ਹੋਏ ਹੋਈਏ ਉਹ ਵਿਅਕਤੀ ਹੀ ਸਾਡੀ ਹੋਰ ਜਾਗਣ ਵਿੱਚ ਹੋਰ ਵਧੇਰੇ ਜਾਗ ਸਕਣ ਵਿੱਚ ਮਦਦ ਕਰ ਸਕਦਾ ਹੈ ਜਦੋਂ ਤੱਕ ਅਸੀਂ ਆਪਣੇ ਸੱਚੇ ਘਰ ਵਿੱਚ ਨਹੀਂ ਜਾਗਦੇ ਸਾਡੇ ਸੱਚੇ ਘਰ ਦੀ ਇਹ ਯਾਤਰਾ ਲਗਾਤਾਰ ਇੱਕ ਤੋਂ ਬਾਅਦ ਇੱਕ ਜਾਗਣ ਦੀ ਯਾਤਰਾ ਹੈ ਇਸ ਵਿੱਚ ਅਸੀਂ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਜਾਗਦੇ ਹਾਂ ਇਸ ਅਭਿਆਸ ਵਰਕਸ਼ਾਪ ਦਾ ਸਾਰਾ ਉਦੇਸ਼ ਇਹ ਜਾਣਨਾ ਹੈ ਕਿ ਅਸੀਂ ਅਜਿਹਾ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਨੂੰ ਕਰਨ ਲਈ ਮੈਂ ਸਧਾਰਨ ਤੌਰ ਤੇ ਦੱਸਦਾ ਹਾਂ ਕਿਉਂਕਿ ਇਹ ਸਧਾਰਨ ਹੈ ਪਰ ਨਾਲ ਮੁਸ਼ਕਲ ਵੀ ਹੈ ਇਹ ਜ਼ਰੂਰੀ ਨਹੀਂ ਕਿ ਸਧਾਰਨ ਚੀਜ਼ਾਂ ਆਸਾਨ ਹੀ ਹੁੰਦੀਆਂ ਹੋਣ ਇਹ ਸਧਾਰਨ ਚੀਜ਼ਾਂ ਬਹੁਤ ਮੁਸ਼ਕਲ ਹੋ ਗਈਆਂ ਹਨ ਕਿਉਂਕਿ ਬਹੁਤ ਸਮੇਂ ਤੋਂ ਅਸੀਂ ਮਨ ਉੱਤੇ ਨਿਰਭਰ ਰਹੇ ਲੱਖਾਂ ਸਾਲ ਅਸੀਂ ਸਿਰਫ ਮਨ ਉੱਤੇ ਹੀ ਨਿਰਭਰ ਰਹੇ ਮਨ ਗੁੰਜਲਦਾਰ ਚੀਜ਼ਾਂ ਨੂੰ ਪਸੰਦ ਕਰਦਾ ਹੈ ਮਨ ਨੂੰ ਕਦੇ ਸਧਾਰਨ ਚੀਜ਼ਾਂ ਪਸੰਦ ਹੀ ਨਹੀਂ ਆਈਆਂ ਮਨ ਸੋਚਦਾ ਹੈ ਕਿ ਜੋ ਚੀਜ਼ ਜਿੰਨੀ ਜ਼ਿਆਦਾ ਗੁੰਜਲਦਾਰ ਹੋਵੇਗੀ ਉਹ ਉਨੀ ਹੀ ਜ਼ਿਆਦਾ ਕੀਮਤੀ ਹੈ ਇਹ ਮਨ ਸਧਾਰਨ ਚੀਜ਼ਾਂ ਦੀ ਕਦਰ ਹੀ ਨਹੀਂ ਕਰਦਾ ਇਸ ਲਈ ਮਨ ਹਮੇਸ਼ਾ ਕੁੰਜਲਦਾਰ ਚੀਜ਼ਾਂ ਚਾਹੁੰਦਾ ਹੈ ਸੰਤ ਸਤਗੁਰਾਂ ਨੂੰ ਪਤਾ ਹੁੰਦਾ ਹੈ ਇਸ ਲਈ ਉਹ ਸਾਨੂੰ ਉਚਿਤ ਨਿਰਦੇਸ਼ ਦਿੰਦੇ ਹਨ ਜਦੋਂ ਉਹ ਸਾਨੂੰ ਨਾਮਦਾਨ ਦਿੰਦੇ ਹਨ ਤਾਂ ਉਸੇ ਸਮੇਂ ਉਹ ਸਾਨੂੰ ਘਰ ਵਾਪਸ ਲਿਜਾਣ ਦੀ ਗਾਰੰਟੀ ਦੇ ਦਿੰਦੇ ਹਨ ਉਹ ਜ਼ਿੰਮੇਵਾਰੀ ਲੈ ਲੈਂਦੇ ਹਨ ਜੇਕਰ ਉਹਨਾਂ ਨੇ ਜ਼ਿੰਮੇਵਾਰੀ ਲੈ ਹੀ ਲਈ ਹੈ ਤਾਂ ਉਸ ਤੋਂ ਬਾਅਦ ਉਹ ਕੋ ਨਿਰਦੇਸ਼ ਕਿਉਂ ਦੰਦੇ ਹਨ ਉਹਨਾਂ ਨੂੰ ਕੋਈ ਵੀ ਨਿਰਦੇਸ਼ ਦੇਣ ਦੀ ਜ਼ਰੂਰਤ ਨਹੀਂ ਹੈ ਇਹ ਸੰਤ ਸਤਗੁਰੂ ਕਹਿੰਦੇ ਹਨ ਠੀਕ ਹੈ ਤੁਹਾਨੂੰ ਨਾਮਦਾਨ ਮਿਲ ਚੁੱਕਾ ਹੈ ਮੈਂ ਜ਼ਿੰਮੇਵਾਰ ਹਾਂ ਮੈਂ ਤੁਹਾਨੂੰ ਸੱਚਖੰਡ ਤੁਹਾਡੇ ਸੱਚੇ ਘਰ ਵਾਪਸ ਲੈ ਜਾਵਾਂਗਾ ਗੱਲ ਖਤਮ ਹੋ ਜਾਣੀ ਚਾਹੀਦੀ ਸੀ ਨਹੀਂ ਉਹ ਦੱਸਦੇ ਹਨ ਅਭਿਆਸ ਕਿਵੇਂ ਕਰਨਾ ਹੈ ਉਹ ਦੱਸਦੇ ਹਨ ਕੀ ਕੀ ਕਰਨਾ ਹੈ ਆਵਾਜ਼ ਨੂੰ ਕਿਵੇਂ ਸੁਣਨਾ ਹੈ ਇਸ ਚੀਜ਼ ਨੂੰ ਕਿਵੇਂ ਕਰਨਾ ਹੈ ਬੈਠਣਾ ਕਿਵੇਂ ਹੈ ਉਹ ਵਿਸਤਾਰ ਨਾਲ ਨਿਰਦੇਸ਼ ਦਿੰਦੇ ਹਨ ਇਹ ਨਿਰਦੇਸ਼ ਕਿਸ ਦੇ ਲਈ ਹਨ ਤੁਹਾਡੀ ਆਤਮਾ ਨੂੰ ਹਿਦਾਇਤਾਂ ਦੀ ਲੋੜ ਨਹੀਂ ਹੁੰਦੀ ਜਦੋਂ ਤੋਂ ਤੁਹਾਡੀ ਆਤਮਾ ਇੱਥੇ ਆਈ ਹੈ ਉਦੋਂ ਤੋਂ ਹੀ ਇਹ ਘਰ ਵਾਪਸ ਜਾਣ ਲਈ ਤਰਸ ਰਹੀ ਹੈ ਉਸ ਆਤਮਾ ਦੇ ਕਰ ਵਾਪਸ ਜਾਣ ਦੇ ਤਾਂਗ ਨੂੰ ਉਸ ਨੂੰ ਅੱਜ ਕੱਲ ਵਿੱਚ ਨਹੀਂ ਖੜਿਆ ਗਿਆ ਉਹ ਸ਼ੁਰੂ ਤੋਂ ਹੀ ਮੌਜੂਦ ਸੀ ਅਤੇ ਹੁਣ ਵੀ ਮੌਜੂਦ ਹੈ ਇਹ ਸੰਤ ਸਤਗੁਰੂ ਇਸ ਤਾਂਗ ਦਾ ਜਵਾਬ ਕਿਉਂ ਨਹੀਂ ਦੇ ਰਹੇ ਉਹ ਇਹ ਸਾਰੇ ਨਿਰਦੇਸ਼ ਕਿਉਂ ਦੇ ਰਹੇ ਹਨ ਇਹ ਨਿਰਦੇਸ਼ ਤੁਹਾਡੇ ਮਨ ਲਈ ਹਨ ਨਿਰਦੇਸ਼ ਇਸ ਲਈ ਹਨ ਤਾਂ ਕਿ ਤੁਹਾਡਾ ਮਨ ਵਿਅਸਤ ਰਹੇ ਅਤੇ ਰਸਤੇ ਦੀ ਰੁਕਾਵਟ ਨਾ ਬਣੇ ਇਹ ਨਿਰਦੇਸ਼ ਤੁਹਾਡੇ ਮਨ ਲਈ ਹਨ ਤਾਂ ਕਿ ਉਹ ਤੁਹਾਨੂੰ ਹੋਰ ਨਾ ਪਟਕਾਵੇ ਅਤੇ ਤੁਹਾਨੂੰ ਘਰ ਜਾਣ ਦੇਵੇ ਸੋ ਇਹ ਹਦਾਇਤਾਂ ਮਨ ਦੀ ਪਟਕਣਾ ਰੋਕਣ ਲਈ ਹਨ ਇਹ ਹਦਾਇਤਾਂ ਅਸਲ ਵਿੱਚ ਆਤਮਾ ਲਈ ਬਿਲਕੁਲ ਨਹੀਂ ਬਣੀਆਂ ਜਦੋਂ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਇਹਨਾਂ ਸ਼ਬਦਾਂ ਨੂੰ ਦੁਹਰਾਓ ਤਾਂ ਇਸ ਦਾ ਕੀ ਮਤਲਬ ਹੈ ਉਹ ਕਹਿੰਦੇ ਹਨ ਕਿ ਇਹ ਬਹੁਤ ਜਾਦੂਈ ਚਾਰਜਡ ਸ਼ਬਦ ਹਨ ਉਹ ਸ਼ਬਦ ਚਾਰਜਡ ਕਿਤੇ ਹੁੰਦੇ ਹਨ ਉਹ ਸ਼ਬਦ ਬਹੁਤ ਸਾਰੇ ਕਾਰਜ ਕਰਦੇ ਹਨ ਉਹਨਾਂ ਸ਼ਬਦਾਂ ਨੂੰ ਇਹ ਬਹੁਤ ਸਾਰੇ ਕਾਰਜ ਕਰਨੇ ਪੈਂਦੇ ਹਨ ਕਿਉਂਕਿ ਅਸੀਂ ਸਕਾਰਾਤਮਕ ਪੋਜ਼ਿਟਿਵ ਅਤੇ ਨਕਾਰਾਤਮਕ 네ਗੇਟਿਵ ਊਰਜਾ ਨਾਲ ਭਰੇ ਸੰਸਾਰ ਵਿੱਚ ਰਹਿ ਰਹੇ ਹਾਂ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਹਨ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਸਾਡੇ ਉੱਤੇ ਇੱਕ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ ਅਸੀਂ ਬਹੁਤ ਸਾਰੀਆਂ ਸਥਿਤੀਆਂ ਵਿੱਚੋਂ ਲੰਘਦੇ ਹਾਂ ਜੋ ਬਹੁਤ ਨਕਾਰਾਤਮਕ ਹੁੰਦੀਆਂ ਹਨ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜਿਵੇਂ ਹਾਦਸੇ ਜਾਂ ਬਿਮਾਰੀਆਂ ਇਹਨਾਂ ਸਾਰੀਆਂ ਨਕਾਰਾਤਮਕਤਾਵਾਂ ਤੋਂ ਇਲਾਵਾ ਆਪਣੀ ਰੋਹਾਨੀ ਯਾਤਰਾ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਨਕਾਰਾਤਮਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਡੀ ਮਦਦ ਕਰਨ ਲਈ ਇਹ ਵਧੀਆ ਹੋਵੇਗਾ ਜੇਕਰ ਅਜਿਹੇ ਸ਼ਬਦਾਂ ਵਿੱਚ ਕੋਈ ਸ਼ਕਤੀ ਹੋਵੇ ਤਾਂ ਜੋ ਇਸ ਸਥੂਲ ਪੜਾਅ ਉੱਤੇ ਅਸੀਂ ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਨਕਾਰਾਤਮਕਤਾਵਾਂ ਤੋਂ ਬਚ ਸਕੀਏ ਜੋ ਸਾਡੀ ਰੋਹਾਨੀ ਯਾਤਰਾ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ ਪਰ ਇਹ ਸਿਰਫ ਇੱਕ ਮਕਸਦ ਹੈ ਇਹ ਮਕਸਦ ਬਹੁਤ ਸੀਮਤ ਹੈ ਸਾਡੀ ਯਾਤਰਾ ਨੂੰ ਪ੍ਰਭਾਵਿਤ ਕਰਨ ਵਾਲੀ ਨਕਾਰਾਤਮਕਤਾ ਨੂੰ ਰੋਕਣ ਲਈ ਇਹ ਸ਼ਕਤੀਸ਼ਾਲੀ ਸਿਮਰਨ ਜਾਂ ਮੰਤਰ ਸੰਤ ਸਤਗੁਰੂ ਸਾਨੂੰ ਦਿੰਦੇ ਹਨ ਇਹ ਇੱਕ ਮਕਸਦ ਹੈ ਫਿਰ ਦੂਜਾ ਮਕਸਦ ਕੀ ਹੈ ਦੂਜਾ ਮਕਸਦ ਹੈ ਮਨ ਨੂੰ ਕਿਸੇ ਹੋਰ ਚੀਜ਼ ਬਾਰੇ ਸੋਚਣ ਤੋਂ ਰੋਕਣਾ ਮਨ ਨੂੰ ਇਹਨਾਂ ਸ਼ਬਦਾਂ ਨੂੰ ਸੁਣਨ ਵਿੱਚ ਜਾਰੀ ਰੱਖਣਾ ਤਾਂ ਜੋ ਇਹ ਕੁਝ ਹੋਰ ਨਾ ਸੋਚ ਸਕੇ ਅਸਲ ਵਿੱਚ ਇਹ ਇੱਕ ਮਸ਼ੀਨੀ ਕਿਰਿਆ ਹੈ ਤਾਂ ਕਿ ਇਹ ਮਨ ਜੋ ਸੋਚਣ ਲਈ ਸ਼ਬਦਾਂ ਦੇ ਵਰਤੋਂ ਕਰਦਾ ਹੈ ਹੁਣ ਇਹ ਮਨ ਉਹਨਾਂ ਸ਼ਬਦਾਂ ਦੀ ਬਜਾਏ ਇਹਨਾਂ ਸ਼ਬਦਾਂ ਨੂੰ ਦੁਹਰਾਵੇ ਇਸ ਲਈ ਇਹ ਦੁਹਰਾਨ ਵਾਲੇ ਸ਼ਬਦ ਬਣ ਜਾਂਦੇ ਹਨ ਇਸ ਲਈ ਇਹ ਤੁਹਾਨੂੰ ਮਨ ਨੂੰ ਵਾਪਸ ਖਿੱਚਣ ਵਿੱਚ ਮਦਦ ਅਤੇ ਤੁਹਾਡੀ ਤਵੱਜਹ ਨੂੰ ਵਾਪਸ ਆਪਣੇ ਸਵੈਤੇ ਖਿੱਚਣ ਵਿੱਚ ਮਦਦ ਕਰਦੇ ਹਨ ਤੁਹਾਡੇ ਸੂਖਮ ਮੰਡਲ ਤੇ ਪਹੁੰਚਣ ਤੋਂ ਬਾਅਦ ਇਹ ਸ਼ਬਦ ਕੋਈ ਵੀ ਮਹੱਤਤਾ ਨਹੀਂ ਰੱਖਦੇ ਸੂਖਮ ਮੰਡਲ ਤੁਹਾਡੇ ਆਪੇ ਦੀ ਪਹਿਲੀ ਮੰਜ਼ਲ ਹੈ ਸੂਖਮ ਮੰਡਲ ਤੋਂ ਬਾਅਦ ਇਹਨਾਂ ਸ਼ਬਦਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਜੋ ਚੀਜ਼ ਤੁਹਾਨੂੰ ਖਿੱਚਦੀ ਹੈ ਉਹ ਹੈ ਤੁਹਾਡੀ ਆਪਣੀ ਚੇਤਨਾ ਚੇਤਨਾ ਕਿਵੇਂ ਖਿੱਚ ਸਕਦੀ ਹੈ ਚੇਤਨਾ ਦਾ ਇੱਕ ਪ੍ਰਗਟ ਰੂਪ ਹੁੰਦਾ ਹੈ ਜੋ ਹਮੇਸ਼ਾ ਮੌਜੂਦ ਰਹਿੰਦਾ ਹੈ ਭਾਵੇਂ ਚੇਤਨ ਹੋਣ ਲਈ ਕੁਝ ਵੀ ਨਾ ਹੋਵੇ ਚੇਤਨਾ ਦੀ ਪਰਿਭਾਸ਼ਾ ਇਸ ਦਾ ਮਤਲਬ ਹੈ ਕਿਸੇ ਚੀਜ਼ ਬਾਰੇ ਜਾਣੂ ਹੋਣਾ ਜੇਕਰ ਅਜਿਹਾ ਨਹੀਂ ਹੈ ਤਾਂ ਤੁਸੀਂ ਇਸ ਨੂੰ ਚੇਤਨਾ ਕਿਵੇਂ ਕਹਿ ਸਕਦੇ ਹੋ ਕਿਸੇ ਚੀਜ਼ ਪ੍ਰਤੀ ਚੇਤਨ ਹੋਣਾ ਹੀ ਚੇਤਨਾ ਨੂੰ ਪੈਦਾ ਕਰ ਸਕਦਾ ਹੈ ਜੇਕਰ ਚੇਤਨ ਹੋਣ ਲਈ ਕੋਈ ਚੀਜ਼ ਨਹੀਂ ਹੈ ਤਾਂ ਚੇਤਨਾ ਮਿਟ ਜਾਵੇਗੀ ਇਹ ਆਵਾਜ਼ ਚੇਤਨਾ ਦਾ ਹੀ ਹਿੱਸਾ ਹੈ ਇਹ ਆਵਾਜ਼ ਚੇਤਨਾ ਦੀ ਆਪਣੇ ਇੱਕ ਗੂੰਜ ਜਾਂ ਰੈਜ਼ੋਨੈਂਸ ਹੁੰਦੀ ਹੈ ਜੇਕਰ ਚੇਤਨਾ ਤੋਂ ਬਾਹਰ ਅਜਿਹਾ ਕੁਝ ਵੀ ਨਾ ਹੋਵੇ ਜਿਸ ਬਾਰੇ ਉਹ ਚੇਤਨ ਹੋ ਸਕੇ ਤਾਂ ਉਹ ਆਪਣੇ ਆਪ ਬਾਰੇ ਚੇਤਨ ਹੋ ਸਕਦੇ ਹੈ ਉਹ ਗੂੰਜ ਉਹ ਸ਼ਕਤੀ ਉਹ ਸੁਰ ਉਹ ਸੰਗੀਤ ਜੋ ਕੁਝ ਵੀ ਤੁਸੀਂ ਉਸ ਨੂੰ ਕਹੋ ਹੋ ਰਹੀ ਹੈ ਜਿਸ ਨੂੰ ਅਸੀਂ ਧੁਨੀ ਜਾਂ ਆਵਾਜ਼ ਕਹਿੰਦੇ ਹਾਂ ਜਿਸ ਨੂੰ ਅਸੀਂ ਸ਼ਬਦ ਕਹਿੰਦੇ ਹਾਂ ਉਸ ਨੂੰ ਹੀ ਅਸੀਂ ਵਰਡ ਕਹਿੰਦੇ ਹਾਂ ਨਾਦ ਕਹਿੰਦੇ ਹਾਂ ਉਹ ਉਸ ਨੂੰ ਅਸੀਂ ਕਈ ਨਾਮ ਦਿੰਦੇ ਹਨ ਉਹ ਹਰ ਚੀਜ਼ ਦੀ ਸਿਰਜਣਹਾਰ ਹੈ ਅਸੀਂ ਇੱਥੋਂ ਤੱਕ ਕਹਿੰਦੇ ਹਾਂ ਕਿ ਇਹ ਧੁਨੀ ਉਸ ਪਰਮਾਤਮਾ ਦੀ ਵੀ ਸਿਰਜਣਹਾਰ ਹੈ ਜੋਨ ਦੇ ਗੋਸਪਲ ਵਿੱਚ ਲਿਖਿਆ ਹੈ ਸਭ ਤੋਂ ਸ਼ੁਰੂ ਵਿੱਚ ਸ਼ਬਦ ਸੀ ਅਤੇ ਉਹ ਸ਼ਬਦ ਪਰਮਾਤਮਾ ਨਾਲ ਸੀ ਸ਼ਬਦ ਹੀ ਪਰਮਾਤਮਾ ਸੀ ਸਭ ਕੁਝ ਉਸ ਸ਼ਬਦ ਦੁਆਰਾ ਹੀ ਬਣਾਇਆ ਗਿਆ ਸੀ ਉਸ ਗੋਸਪਲ ਵਿੱਚ ਸ਼ਬਦ ਨੂੰ ਪਰਮਾਤਮਾ ਤੋਂ ਪਹਿਲਾਂ ਰੱਖਿਆ ਗਿਆ ਹੈ ਲੋਕ ਅਕਸਰ ਕਹਿੰਦੇ ਹਨ ਅਸੀਂ ਪਰਮਾਤਮਾ ਦੀ ਪੂਜਾ ਕਰਦੇ ਹਾਂ ਪਰਮਾਤਮਾ ਨੂੰ ਕਿਸ ਨੇ ਬਣਾਇਆ ਇਹ ਇੱਕ ਵਧੀਆ ਸਵਾਲ ਹੈ ਜੇ ਕੋਈ ਪਰਮਾਤਮਾ ਹੈ ਜੋ ਇਸ ਬ੍ਰਹਮੰਡ ਨੂੰ ਚਲਾ ਰਿਹਾ ਹੈ ਤਾਂ ਉਸ ਨੂੰ ਵੀ ਜ਼ਰੂਰ ਕਿਸੇ ਨੇ ਸਿਰਜਿਆ ਹੋਵੇਗਾ ਹਾਂ ਉਹ ਸ਼ਕਤੀ ਜਿਸ ਨੇ ਸਭ ਕੁਝ ਘੜਿਆ ਹੈ ਉਸ ਨੇ ਪਰਮਾਤਮਾ ਨੂੰ ਵੀ ਸਿਰਜਿਆ ਹੈ ਉਹ ਸ਼ਕਤੀ ਸ਼ਬਦ ਸੀ ਉਸ ਸ਼ਬਦ ਦਾ ਆਪਣਾ ਪ੍ਰਗਟਾਵਾ ਇੱਕ ਗੂੰਜ ਜਾਂ ਰੈਜ਼ੋਨੈਂਸ ਇੱਕ ਊਰਜਾ ਇੱਕ ਸ਼ਕਤੀ ਦੇ ਰੂਪ ਵਿੱਚ ਹੁੰਦਾ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਸ ਲਈ ਅਸੀਂ ਗਲਤ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਹਾਂ ਪਰ ਉਸ ਸ਼ਕਤੀ ਦਾ ਵਰਣਨ ਕਰਨ ਲਈ ਲਫ਼ਜ਼ਾਂ ਦੀ ਘਾਟ ਹੋਣ ਕਰਕੇ ਅਸੀਂ ਉਸ ਨੂੰ ਸ਼ਬਦ ਕਹਿੰਦੇ ਹਾਂ ਇਹਨਾਂ ਲਫ਼ਜ਼ਾਂ ਦੀ ਘਾਟ ਦੇ ਕੰ ਅਸੀਂ ਉਸ ਨੂੰ ਸ਼ਬਦ ਕਹਿੰਦੇ ਹਾਂ ਜਿੱਥੇ ਵੀ ਚੇਤਨਾ ਹੁੰਦੀ ਹੈ ਉੱਥੇ ਇਹ ਸ਼ਕਤੀ ਨਿਰੰਤਰ ਪ੍ਰਗਟ ਰਹਿੰਦੀ ਹੈ ਉਹ ਕਿਤੇ ਜਾਂਦੀ ਹੀ ਨਹੀਂ ਉਹ ਹੀ ਸਾਡੀ ਸਮੁੱਚੀ ਚੇਤਨਾ ਨਾਲ ਜੁੜੀ ਇਕੋ ਇੱਕ ਕੜੀ ਹੈ ਉਹ ਸਾਨੂੰ ਕਦੇ ਨਹੀਂ ਛੱਡਦੀ ਜਦੋਂ ਇੱਥੇ ਅਸੀਂ ਆਪਣੇ ਸਥੂਲ ਸਰੀਰ ਵਿੱਚ ਹੁੰਦੇ ਹਾਂ ਤਾਂ ਵੀ ਉਹ ਮੌਜੂਦ ਹੁੰਦੀ ਹੈ ਜਦੋਂ ਅਸੀਂ ਕਿਸੇ ਸੁਪਨੇ ਦੀ ਸਥਿਤੀ ਵਿੱਚ ਜਾਂਦੇ ਹਾਂ ਤਾਂ ਉਹ ਉੱਥੇ ਵੀ ਮੌਜੂਦ ਹੁੰਦੀ ਹੈ ਜਦੋਂ ਅਸੀਂ ਸੂਖਮ ਮੰਡਲ ਵਿੱਚ ਜਾਂਦੇ ਹਾਂ ਤਾਂ ਉਹ ਉੱਥੇ ਵੀ ਮੌਜੂਦ ਹੁੰਦੀ ਹੈ ਜਦੋਂ ਅਸੀਂ ਕਾਰਣ ਮੰਡਲ ਵਿੱਚ ਹੁੰਦੇ ਹਾਂ ਉਹ ਉਥੇ ਵੀ ਮੌਜੂਦ ਹੁੰਦੀ ਹੈ ਜਦੋਂ ਮਾਨਸਿਕ ਖੇਤਰਾਂ ਵਿੱਚ ਜਾਂਦੇ ਹਾਂ ਤਾਂ ਉਹ ਉਥੇ ਵੀ ਹੁੰਦੀ ਹੈ ਤੁਸੀਂ ਸ਼ੁੱਧ ਅਧਿਆਤਮਿਕਤਾ ਵਿੱਚ ਜਾਂਦੇ ਹੋ ਅਤੇ ਵਿਅਕਤੀਗਤ ਆਤਮਾ ਬਣ ਜਾਂਦੇ ਹੋ ਤਾਂ ਉਹ ਉਥੇ ਵੀ ਮੌਜੂਦ ਹੁੰਦੀ ਹੈ ਜਦੋਂ ਤੁਸੀਂ ਸਮੁੱਚੀ ਚੇਤਨਾ ਵਿੱਚ ਜਾਂਦੇ ਹੋ ਉਹ ਉਥੇ ਵੀ ਮੌਜੂਦ ਹੁੰਦੀ ਹੈ ਉਹੀ ਸ਼ਕਤੀ ਉਹ ਕਦੇ ਅਲੋਪ ਨਹੀਂ ਹੁੰਦੀ ਉਹ ਕਿਹੜੀ ਸ਼ਕਤੀ ਹੈ ਇਹ ਉਹ ਸ਼ਕਤੀ ਹੈ ਜੋ ਸਾਨੂੰ ਸਾਡੇ ਅੰਦਰ ਦੇ ਸਵੈ ਦੀ ਸੋਝੀ ਅਤੇ ਅਨੁਭਵਦੰਦੀ ਹੈ ਅੱਜ ਉਹ ਇੱਕ ਹੋਮੇ ਵਰਗੀ ਲੱਗਦੀ ਹੈ ਮੈਂ ਇਸ ਨੂੰ ਆਪਣੇ ਆਪ ਕਰ ਸਕਦਾ ਹਾਂ ਠੀਕ ਹੈ ਉਹ ਮੈਂ ਕੌਣ ਹਾਂ ਤੁਸੀਂ ਕਿਸ ਨਾਲ ਆਪਣੇ ਪਛਾਨ ਕਰਦੇ ਹੋ ਮੰਨ ਲਓ ਤੁਹਾਡਾ ਚਿਹਰਾ ਬਦਲ ਜਾਂਦਾ ਹੈ ਮਨ ਲਓ ਤੁਸੀਂ ਬੁੱਢੇ ਹੋ ਜਾਂਦੇ ਹੋ ਤਦ ਵੀ ਤੁਸੀਂ ਉਹੀ ਸਵੈ ਹੋ ਤੁਸੀਂ ਇਹ ਨਹੀਂ ਮਹਿਸੂਸ ਕਰੋਗੇ ਕਿ ਸਵੈ ਬੁੱਢਾ ਹੋ ਗਿਆ ਹੈ ਸਰੀਰ ਬੁੱਢਾ ਹੋ ਗਿਆ ਹੈ ਮੰਨ ਲਓ ਤੁਸੀਂ ਇੱਕ ਸੁਪਨਾ ਦੇਖ ਰਹੇ ਹੋ ਉਸ ਸੁਪਨੇ ਵਿੱਚ ਤੁਹਾਡਾ ਸਰੀਰ ਕੁਝ ਹੋਰ ਹੈ ਤੁਹਾਡਾ ਸਤੂਰ ਸਰੀਰ ਸੁੱਤਾ ਹੋਇਆ ਹੈ ਸੁਪਨੇ ਵਾਲਾ ਸਰੀਰ ਕਿਰਿਆ ਕਰ ਰਿਹਾ ਹੈ ਹੁਣ ਕਿਹੜਾ ਸਵੈ ਉਸ ਸੁਪਨੇ ਦਾ ਅਨੁਭਵ ਕਰ ਰਿਹਾ ਹੈ ਉਹੀ ਸਵੈ ਜੇ ਤੁਸੀਂ ਉਚੇਰੇ ਰੂਪ ਵਿੱਚ ਪਹੁੰਚ ਜਾਂਦੇ ਹੋ ਤੁਹਾਡਾ ਰੂਪ ਬਦਲ ਜਾਂਦਾ ਹੈ ਜੇ ਤੁਹਾਡਾ ਕੋਈ ਵੀ ਰੂਪ ਨਾ ਹੋਵੇ ਤਾਂ ਵੀ ਤੁਸੀਂ ਉਹੀ ਸਵੈ ਹੋ ਇੱਕ ਚੀਨੀ ਫਿਲਾਸਫਰ ਫਾਹੀਨ ਨੇ ਇੱਕ ਸੁਪਨਾ ਵੇਖਿਆ ਉਸ ਸੁਪਨੇ ਵਿੱਚ ਉਸ ਨੇ ਸੋਚਿਆ ਅਤੇ ਅਨੁਭਵ ਕੀਤਾ ਕਿ ਉਹ ਇੱਕ तितਲੀ ਸੀ तितਲੀ ਬਣ ਕੇ ਉਹ ਇੱਕ ਬਾਗ ਵਿੱਚ ਫੁੱਲਾਂ ਉੱਪਰ ਆਪਣੇ ਖੰਭਾਂ ਫੜਫੜਾ ਕੇ ਉੱਡ ਰਿਹਾ ਸੀ ਉਹ ਲਿਖਦਾ ਹੈ ਜਿੰਨੇ ਸੁੰਦਰ ਫੁੱਲ ਉਹ ਸਨ ਉਹ ਜਿਹੇ ਸੁੰਦਰ ਫੁੱਲ ਇਸ ਦੁਨੀਆ ਵਿੱਚ ਹੈ ਹੀ ਨਹੀਂ ਉਹ ਫੁੱਲ ਪ੍ਰਕਾਸ਼ਮਾਨ ਸਨ ਹਰ ਇੱਕ ਫੁੱਲ ਦੀ ਆਪਣੀ ਇੱਕ ਰੋਸ਼ਨੀ ਸੀ ਇਹ ਬਹੁਤ ਸੁੰਦਰ ਸਨ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਜਿਹੇ ਫੁੱਲ ਮੌਜੂਦ ਹੋਣਗੇ ਮੈਂ ਇੱਕ तितਲੀ ਬਣ ਕੇ ਉਹਨਾਂ ਫੁੱਲਾਂ ਉੱਪਰ ਉੱਡ ਰਿਹਾ ਸੀ ਫਿਰ ਮੈਂ ਜਾ ਗਿਆ ਮੈਂ ਸੱਚਮੁੱਚ ਹੈਰਾਨ ਸੀ ਇਹ ਅਨੁਭਵ ਇੰਨਾ ਅਸਲੀ ਸੀ ਕਿ ਦਰਸਲ ਮੈਂ ਹੈਰਾਨ ਹੋ ਗਿਆ ਕਿ ਮੈਂ ਸੱਚਮੁੱਚ ਫਾਹੀਨ ਹਾਂ ਉਹ ਫਰਲੋਸ ਫਰ ਹ ਜੋ ਇਹ ਲਿਖ ਰਿਹਾ ਹੈ ਜਾਂ ਅਸਲ ਵਿੱਚ ਮੈਂ ਉਹ ਤਿਤਲੀ ਹਾਂ ਜੋ ਹੁਣ ਸੁਪਨਾ ਵੇਖ ਰਹੀ ਹੈ ਕਿ ਉਹ ਫਾਹੀਨ ਹੈ ਮੈਂ ਇਹ ਕਿਵੇਂ ਦੱਸ ਸਕਦਾ ਹਾਂ ਕਿ ਕਿਹੜੇ ਜਾਣਾ ਕੌਣ ਸੀ ਕਿਉਂਕਿ ਉਦੋਂ ਮੈਂ ਹੁਣ ਨਾਲੋਂ ਜ਼ਿਆਦਾ ਅਸਲੀ ਸੀ ਫਾਹੀਨ ਜਿਸ ਨਾਲ ਵੀ ਗੱਲ ਕਰਦਾ ਉਸ ਨੂੰ ਕਹਿੰਦਾ ਮੈਂ ਇੱਕ ਤਿਤਲੀ ਸੀ ਲੋਕ ਕਹਿੰਦੇ ਫਾਹੀਨ ਇਹ ਗਲਤੀ ਨਾ ਕਰੋ ਤੁਸੀਂ ਤਿਤਲੀ ਨਹੀਂ ਹੋ ਸਕਦੇ ਤੁਸੀਂ ਤਾਂ ਇੱਕ ਇਨਸਾਨ ਹੋ ਇਦਾਂ ਕਹੋ ਕਿ ਤੁਸੀਂ ਸੁਪਨੇ ਵਿੱਚ ਇੱਕ ਤਿਤਲੀ ਵੇਖੀ ਸੀ ਫਾਹੀਨ ਕਹਿੰਦਾ ਮੈਂ ਕਿਸੇ ਤਿਤਲੀ ਨੂੰ ਨਹੀਂ ਸੀ ਦੇਖ ਰਹਾ ਦਰਸਲ ਮੈਂ ਉੱਡ ਰਹਾ ਸੀ ਮੈਂ ਕਿਸੇ तितਲੀ ਨੂੰ ਨਹੀਂ ਸੀ ਦੇਖ ਰਿਹਾ ਅਸਲ ਵਿੱਚ ਫਾਹੀਨ ਦੇ ਸਵੈ ਅਤੇ तितਲੀ ਵਾਲੇ ਸਵੈ ਵਿੱਚ ਕੋਈ ਫਰਕ ਨਹੀਂ ਸੀ ਸਵੈ ਕਦੇ ਨਹੀਂ ਬਦਲਦਾ ਸਵੈ ਉਹ ਤੁਰਾ ਹੈ ਉਹ ਆਧਾਰ ਹੈ ਜਿਸ ਦੇ ਆਲੇ ਦੁਆਲੇ ਸਾਰੇ ਅਨੁਭਵਾਂ ਨੂੰ ਸਿਰਜਿਆ ਜਾਂਦਾ ਹੈ ਇਹਨਾਂ ਸਭ ਅਨੁਭਵਾਂ ਵਿੱਚ ਉਹ ਅਨੁਭਵ ਵੀ ਸ਼ਾਮਲ ਹੁੰਦਾ ਹੈ ਜਦੋਂ ਤੁਹਾਡੇ ਕੋਲ ਸਥੂਲ ਸਰੀਰ ਹੁੰਦਾ ਹੈ ਜਾਂ ਕੋਈ ਹੋਰ ਸਰੀਰ ਹੁੰਦਾ ਹੈ ਜਾਂ ਤੁਸੀਂ ਨਿਰਾਕਾਰ ਰੂਪ ਵਿੱਚ ਹੁੰਦੇ ਹੋ ਸਵੈ ਉਹੀ ਰਹਿੰਦਾ ਹੈ ਸਵੈ ਨਹੀਂ ਬਦਲਦਾ ਇਹ ਸਵੈ ਜੋ ਸਾਡੀ ਚੇਤਨਾ ਦਾ ਅਸਲ ਸੁਭਾਅ ਹੈ ਸਾਡੇ ਅੰਦਰ ਗੂੰਜਦਾ ਹੈ ਕਿਉਂਕਿ ਇਹ ਸੁਣਿਆ ਜਾ ਸਕਦਾ ਹੈ ਇਸ ਲਈ ਅਸੀਂ ਇਸ ਨੂੰ ਧੁਨੀ ਆਖਦੇ ਹਾਂ ਸ੍ਰਿਸ਼ਟੀ ਦੀ ਉਸ ਮਹਾਨ ਸ਼ਕਤੀ ਨੂੰ ਧੁਨੀ ਕਹਿਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਉਸ ਨੂੰ ਕੁਝ 15 ਤੇ ਸੁਣਿਆ ਜਾ ਸਕਦਾ ਹੈ ਉਸ ਨੂੰ ਇਸ ਸਥੋਰ ਸਰੀਰ ਵਿੱਚ ਵੀ ਸੁਣਿਆ ਜਾ ਸਕਦਾ ਹੈ ਕਿਉਂਕਿ ਇਸ ਨੂੰ ਸੁਣਿਆ ਜਾ ਸਕਦਾ ਹੈ ਇਸ ਲਈ ਇਸ ਨੂੰ ਸੁਨਣ ਯੋਗ ਤੁਨੀ ਜਾਂ ਆਡੀਵਲ ਸਾਊਂਡ ਕਰੰਟ ਕਿਹਾ ਜਾਂਦਾ ਹੈ ਇਹ ਸਿਰਫ ਉਸ ਸ਼ਕਤੀ ਨੂੰ ਵਰਣਨ ਕਰਨ ਦਾ ਇੱਕ ਤਰੀਕਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਸੁਣਿਆ ਜਾ ਸਕਦਾ ਹੈ ਅਤੇ ਅਸੀਂ ਇਸ ਨੂੰ ਸੁਣ ਸਕਦੇ ਹਾਂ ਇਹ ਘਰ ਵਾਪਸ ਜਾਣ ਦਾ ਇੱਕ ਵਧੀਆ ਵਾਹਨ ਹੈ ਅਸੀਂ ਜਾਣਦੇ ਹਾਂ ਕਿ ਇਹ ਸਾਡੇ ਪਿੱਛੇ ਰਹਿ ਗਏ ਘਰ ਨਾਲ ਹਰ ਸਮੇਂ ਜੁੜਿਆ ਹੋਇਆ ਹੈ ਇਹ ਅਜੀਹਾ ਇੱਕੋ ਇੱਕ ਸੰਪਰਕ ਹੈ ਜੋ ਕਦੇ ਨਹੀਂ ਟੁੱਟਦਾ ਜੇ ਇਹ ਟੁੱਟ ਗਿਆ ਤਾਂ ਅਸੀਂ ਹਰ ਪੱਧਰ ਤੇ ਮਰ ਜਾਵਾਂਗੇ ਇਹ ਹੀ ਇੱਕੋ ਇੱਕ ਚੀਜ਼ ਹੈ ਜੋ ਸਾਡੇ ਸਾਰੇ ਰੂਪਾਂ ਨੂੰ ਕਾਇਮ ਰੱਖਦੀ ਹੈ ਇਸ ਲਈ ਉਹ ਸੁਣਨ ਯੋਗ ਧੁਨੀ ਸਿਰਫ ਇੱਕ ਆਵਾਜ਼ ਹੀ ਨਹੀਂ ਹੈ ਇਹ ਸਿਰਜਣਾਤਮਕ ਸ਼ਕਤੀ ਹੈ ਜਿਸ ਨੇ ਸਭ ਕੁਝ ਸਿਰਜਿਆ ਹੈ ਆਪਣੇ ਆਪ ਨੂੰ ਵੀ ਇਸ ਧੁਨੀ ਨੇ ਹੀ ਸਿਰਜਿਆ ਹੈ ਆਗਰਾ ਦੇ ਸਵਾਮੀ ਜੀ ਆਪਣੀ ਇੱਕ ਕਵਿਤਾ ਜੋ ਕਿ ਬਾਅਦ ਵਿੱਚ ਦਰਜ ਕੀਤੀ ਗਈ ਵਿੱਚ ਕਹਿੰਦੇ ਹਨ ਕਿ ਉਸ ਸ਼ਬਦ ਉਸ ਤੋਂ ਹੀ ਨੇ ਇਹ ਸਭ ਕੁਝ ਸਿਰਜਿਆ ਹੈ ਸ਼ਬਦ ਏ ਧਰਤੀ ਸ਼ਬਦ ਏ ਆਕਾਸ਼ ਫਿਰ ਉਹ ਕਹਿੰਦੇ ਹਨ ਸ਼ਬਦ ਏ ਪਿਆ ਪ੍ਰਕਾਸ਼ ਇਸ ਦਾ ਭਾਵ ਹੈ ਕਿ ਸ਼ਬਦ ਨੇ ਹੀ ਸਾਰੇ ਸੰਸਾਰ ਨੂੰ ਸਿਰਜਿਆ ਹੈ ਚਾਦਰਨ ਨੂੰ ਅਸਮਾਨ ਨੂੰ ਬਣਾਇਆ ਹੈ ਅਤੇ ਫਿਰ ਉਹ ਕਹਿੰਦੇ ਹਨ ਸ਼ਬਦ ਏ ਸ਼ਬਦ ਹੁਆ ਪ੍ਰਗਾਸ ਇੱਥੋਂ ਤੱਕ ਕਿ ਸ਼ਬਦ ਨੂੰ ਵੀ ਸ਼ਬਦ ਨੇ ਘੜਿਆ ਸੀ ਖੁਦ ਉਸ ਨੂੰ ਵੀ ਉਸੇ ਸ਼ਕਤੀ ਦੁਆਰਾ ਬਣਾਇਆ ਗਿਆ ਸੀ ਉਹ ਕਹਿੰਦੇ ਹਨ ਕਿ ਇਸ ਤੋਂ ਬਾਹਰ ਕੁਝ ਵੀ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ ਉਸ ਦੇ ਅੰਦਰ ਹੀ ਅਨੁਭਵ ਕੀਤਾ ਜਾਂਦਾ ਹੈ ਕਿਉਂਕਿ ਇਸ ਧੁਨੀ ਨੂੰ ਇਸ ਸਥੂਲ ਸਰੀਰ ਵਿੱਚ ਸੁਣਿਆ ਜਾ ਸਕਦਾ ਹੈ ਅਤੇ ਇਸੇ ਕਰਕੇ ਅਸੀਂ ਇਸ ਦੇ ਗੁਣਾਂ ਨੂੰ ਇੱਕ ਆਵਾਜ਼ ਤੱਕ ਘਟਾ ਕੇ ਸੀਮਤ ਕਰ ਦਿੱਤਾ ਹੈ ਅਸੀਂ ਮਨ ਨੂੰ ਨਿਰਦੇਸ਼ ਦੇਣ ਲਈ ਅਸੀਂ ਸਥੂਲ ਸਰੀਰ ਵਿੱਚ ਬੈਠੇ ਹੋਏ ਆਪਣੇ ਮਨ ਅਤੇ ਰੂਹ ਨੂੰ ਨਿਰਦੇਸ਼ ਦੇਣ ਦੇ ਖਾਤਰ ਅਸੀਂ ਕਹਿੰਦੇ ਹਾਂ ਉਸ ਧੁਨੀ ਨੂੰ ਸੁਣੋ ਪਰ ਇਹ ਨਾ ਭੁੱਲੋ ਕਿ ਉਹ ਧੁਨੀ ਇੱਕ ਆਵਾਜ਼ ਨਹੀਂ ਹੈ ਇਹ ਸਿਰਫ ਸ਼ੁਰੂਆਤ ਵਿੱਚ ਹੀ ਇੱਕ ਆਵਾਜ਼ ਵਾਂਗ ਉਜਾਪਦੀ ਹੈ ਜਦੋਂ ਤੁਸੀਂ ਧੁਨੀ ਤੇ ਸਵਾਰ ਹੋ ਕੇ ਉਚੇਰੇ ਪੜਾਪ ਤੇ ਜਾਂਦੇ ਹੋ ਤਾਂ ਉਹ ਬਦਲ ਜਾਂਦੀ ਹੈ ਇਹ ਤੁਹਾਡੇ ਘਰ ਦੀ ਅਸਲ ਸ਼ਾਹੀ ਸੜਕ ਹੈ ਇਹ ਅਜੇ ਹੀ ਸੜਕ ਹੈ ਜਿਸ ਤੇ ਕਦੇ ਵੀ ਕੋਈ ਰੁਕਾਵਟ ਨਹੀਂ ਹੁੰਦੀ ਉਸ ਸੜਕ ਤੇ ਕੋਈ ਟ੍ਰੈਫਿਕ ਜਮ ਨਹੀਂ ਹੁੰਦਾ ਜਿਵੇਂ ਕਿਸੇ ਨੇ ਕਿਹਾ ਹੈ ਕਿ ਇਹ ਇੱਕ ਰਾਜਮਾਰਗ ਹੈ ਅਤੇ ਇਸ ਲਈ ਅਸੀਂ ਇਸ ਸੜਕ ਤੇ ਹੀ ਯਾਤਰਾ ਕਰਨੀ ਚਾਹਾਂਗੇ ਉਸ ਸੜਕ ਤੇ ਪਹੁੰਚਣ ਲਈ ਜਿਸ ਨੂੰ ਅਸੀਂ ਸੁਣ ਨਹੀਂ ਸਕਦੇ ਕਿਉਂਕਿ ਅਸੀਂ ਬਾਹਰ ਬਹੁਤ ਕੁਝ ਸੁਣਿਆ ਹੋਇਆ ਹੈ ਅਸੀਂ ਆਪਣੀ ਤਵੱਜਹ ਬਾਹਰ ਵੱਲ ਲਗਾਈ ਹੋਈ ਹੈ ਇਹ ਇਸ ਵੇਲੇ ਸਾਡੇ ਵਿੱਚੋਂ ਹਰ ਇੱਕ ਵਿੱਚ ਵੱਜ ਰਹੀ ਹੈ ਸਾਡੇ ਵਿੱਚੋਂ ਹਰ ਇੱਕ ਵਿੱਚ ਹੁਣੇ ਹੀ ਇਸ ਆਵਾਜ਼ ਨੂੰ ਸੁਣਨ ਦੀ ਸਮਰੱਥਾ ਹੈ ਫਿਰ ਇਹ ਸੁਣਾਈ ਕਿਉਂ ਨਹੀਂ ਦਿੰਦੇ ਕਿਉਂਕਿ ਸਾਨੂੰ ਬਾਹਰਲੀਆਂ ਚੀਜ਼ਾਂ ਸੁਣਨ ਦੀ ਆਦਤ ਪਈ ਹੋਈ ਹੈ ਅਸੀਂ ਆਪਣੀ ਸਾਰੀ ਤਵੱਜਹ ਨੂੰ ਆਪਣੇ 100% ਤਵੱਜਹ ਨੂੰ ਬਾਹਰ ਲਗਾਇਆ ਹੋਇਆ ਹੈ ਅਸੀਂ ਅੰਦਰ ਵੱਲ ਕੋਈ ਵੀ ਤਵੱਜਹ ਨਹੀਂ ਦਿੰਦੇ अभ्यास ਕਰਨ ਦਾ ਉਦੇਸ਼ ਇਸ ਤਵੱਜ ਨੂੰ ਵਾਪਸ ਖਿੱਚ ਕੇ ਅੰਦਰ ਲਗਾਉਣਾ ਹੈ ਜੇ ਤੁਸੀਂ ਪੂਰੀ ਤਸਵੀਰ ਵੇਖੋਗੇ ਕਿ ਅਸੀਂ ਕਿਸ ਤਰ੍ਹਾਂ ਬਣਾਏ ਗਏ ਹਾਂ ਅਸੀਂ ਇੱਥੇ ਕਿਉਂ ਹਾਂ ਕਿ ਅਸੀਂ ਇੱਥੇ ਇੱਕ ਪ੍ਰਦਰਸ਼ਨ ਵੇਖਣ ਲਈ ਆਏ ਹਾਂ ਇੱਕ ਬਿਹਤਰੀਨ ਪ੍ਰਦਰਸ਼ਨ ਇਹ ਪ੍ਰਦਰਸ਼ਨ ਨਿਰੰਤਰ ਜਾਰੀ ਰਹਿੰਦਾ ਹੈ ਅਸੀਂ ਇਸ ਨੂੰ ਸਦੀਵੀ ਬਣਾ ਲਿਆ ਹੈ ਮੈਂ ਕਹਿੰਦਾ ਹਾਂ ਕਿ ਅਸੀਂ ਇਸ ਸ਼ੋਅ ਨੂੰ ਬਣਾਇਆ ਹੈ ਅਸੀਂ ਇਸ ਸ਼ੋਅ ਨੂੰ ਕਿਸ ਪੜਾਅ ਤੇ ਬਣਾਇਆ ਹੈ ਅਸੀਂ ਇਸ ਨੂੰ ਇੱਥੇ ਨਹੀਂ ਬਣਾਇਆ ਅਸੀਂ ਕਦੇ ਵੀ ਇੱਥੇ ਆਪਣੀ ਜ਼ਿੰਦਗੀ ਨੂੰ ਸਦੀਵੀ ਨਹੀਂ ਸੀ ਬਣਾਉਣਾ ਚਾਹੁੰਦੇ ਸਾਡੇ ਨਾਲ ਕੁਝ ਹੋਇਆ ਹੈ ਜਦੋਂ ਅਸੀਂ ਆਪਣੀ ਸਮੁੱਚਤਾ ਤੋਂ ਹੇਟਾ ਇਸ ਸਥਿਤੀ ਵਿੱਚ ਆ ਰਹੇ ਸੀ ਤਾਂ ਕਿਸੇ ਮੁਕਾਮ ਤੇ ਕੁਝ ਅਜਿਹਾ ਵਾਪਰਿਆ ਜਿਸ ਨੇ ਇਸ ਪ੍ਰਦਰਸ਼ਨ ਨੂੰ ਹਮੇਸ਼ਾ ਲਈ ਬਣਾ ਦਿੱਤਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੀ ਹੋਇਆ ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਇਸ ਨੂੰ ਲਿਖਿਆ ਨਹੀਂ ਜਾ ਸਕਦਾ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਕਿਤਾਬਾਂ ਵਿੱਚ ਪੜ੍ਹਦੇ ਹਾਂ ਉਹਨਾਂ ਨੂੰ ਅਸੀਂ ਉਦੋਂ ਹੀ ਸਮਝ ਸਕਦੇ ਹਾਂ ਜਦੋਂ ਉਹ ਚੀਜ਼ਾਂ ਇਸ ਸਥੂਲ ਸੰਸਾਰ ਦੀਆਂ ਚੀਜ਼ਾਂ ਨਾਲ ਸੰਬੰਧ ਰੱਖਣ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਜੇ ਕੋਈ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕਰਦਾ ਹੈ ਜੋ ਇਸ ਸਥੂਲ ਸੰਸਾਰ ਵਿੱਚ ਮੌਜੂਦ ਨਹੀਂ ਹੈ ਤਾਂ ਇਸ ਦਾ ਕੋਈ ਮਤਲਬ ਨਹੀਂ ਹੁੰਦਾਦਰ ਅਸਲ ਸਾਡੇ ਕੋਲ ਉਸ ਨੂੰ ਲਿਖਣ ਲਈ ਕੋਈ ਭਾਸ਼ਾ ਨਹੀਂ ਹੈ ਕਿਉਂਕਿ ਇੱਥੇ ਜਿਹੜੀ ਵੀ ਭਾਸ਼ਾ ਹੋਵੇ ਉਹ ਸਥੂਲ ਸੰਸਾਰ ਵਿੱਚ ਇੱਥੇ ਮੌਜੂਦ ਚੀਜ਼ਾਂ ਦੇ ਸਬੰਧ ਅਤੇ ਸੰਕੇਤ ਨਾਲ ਹੁੰਦੀ ਹੈ ਅਸੀਂ ਕਿਸੇ ਵੀ ਚੀਜ਼ ਨੂੰ ਜੋ ਇਸ ਸਥੂਲ ਸੰਸਾਰ ਦੇ ਅਨੁਭਵ ਨਾਲ ਸੰਬੰਧਿਤ ਨਾ ਹੋਵੇ ਉਸ ਨੂੰ ਕਿਸੇ ਵੀ ਭਾਸ਼ਾ ਵਿੱਚ ਨਹੀਂ ਲਿਖ ਸਕਦੇ ਕਿਸੇ ਐਸੀ ਚੀਜ਼ ਬਾਰੇ ਲਿਖਣਾ ਐਸੇ ਅਨੁਭਵ ਬਾਰੇ ਲਿਖਣਾ ਜੋ ਇੱਥੇ ਮੌਜੂਦ ਹੀ ਨਾ ਹੋਵੇ ਇਹ ਅਸੰਭਵ ਹੈ ਫਿਰ ਵੀ ਅਸੀਂ ਲਿਖਣਾ ਚਾਹੁੰਦੇ ਹਾਂ ਅਸੀਂ ਬੋਲਣਾ ਚਾਹੁੰਦੇ ਹਾਂ ਇਸ ਦਾ ਇੱਕ ਹੀ ਤਰੀਕਾ ਹੈ ਉਹ ਤਰੀਕਾ ਹੈ ਕਹਾਣੀਆਂ ਦਾ ਤਰੀਕਾ ਰੂਪਕ ਉਹਲਾ ਕਹਾਵਤਾਂ ਇਹ ਹੀ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਇਸ ਢੰਗ ਨਾਲ ਕਹਾਣੀਆਂ ਬਣਾਈਏ ਜੋ ਇਸ ਸੰਸਾਰ ਵਿੱਚ ਮੌਜੂਦ ਪ੍ਰਤੀਕਾਂ ਦੀ ਵਰਤੋਂ ਕਰੇ ਸੋ ਜਦੋਂ ਅਸੀਂ ਇਸ ਸੰਸਾਰ ਦੇ ਪ੍ਰਤੀਕਾਂ ਦੀ ਵਰਤੋਂ ਕਰਦੇ ਹਾਂ ਮੈਂ ਹੁਣੇ ਕੁਝ ਇਸਤੇਮਾਲ ਕੀਤੇ ਹਨ ਮੈਂ ਕਿਹਾ ਜਦੋਂ ਅਸੀਂ ਵਾਪਸ ਘਰ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਜਿਹੜੀਆਂ ਰੂਹਾਂ ਪਹਿਲਾਂ ਹੀ ਉੱਥੇ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਬੰਸ ਕਹਿੰਦੇ ਹਾਂ ਅਤੇ ਉਹ ਰੂਹਾ ਜੋ ਇੱਥੋਂ ਦੇ ਅਨੁਭਵਾਂ ਤੋਂ ਬਾਅਦ ਵਾਪਸ ਜਾਂਦੇ ਆ ਹਨ ਜਿਨ੍ਹਾਂ ਨੂੰ ਅਸੀਂ ਹੰਸ ਕਹਿੰਦੇ ਹਾਂ ਸਾਰੀਆਂ ਨੱਚ ਰਹੀਆਂ ਹੁੰਦੀਆਂ ਹਨ ਸਮੇਂ ਅਤੇ ਸਪੇਸ ਤੋਂ ਬਿਨਾਂ ਕੋਈ ਕਿਵੇਂ ਨੱਚ ਸਕਦਾ ਹੈ ਪਰ ਮੈਂ ਨੱਚਣਾ ਸ਼ਬਦ ਇਸ ਲਈ ਇਸਤੇਮਾਲ ਕਰ ਰਿਹਾ ਹਾਂ ਕਿਉਂਕਿ ਮੈਨੂੰ ਇਸ ਦੇ ਵਰਣਨ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਪਤਾ ਇਸ ਲਈ ਕਿ세 ਵਿਦੇਸ਼ੀ ਚੀਜ਼ ਦੇ ਵਰਣਨ ਕਰਨ ਲਈ ਅਸੀਂ ਆਪਣੀ ਸਥਾਨਿਕ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਸਮੁੱਚੀ ਚੇਤਨਾ ਤੋਂ ਆਪਣੀ ਮੌਜੂਦੀ ਸਥਿਤੀ ਵੱਲ ਉਤਰ ਰਹੇ ਸੀ ਤਾਂ ਰਸਤੇ ਵਿੱਚ ਕੁਝ ਅਜੀਹਾ ਵਾਪਰਿਆ ਜਿਸ ਨੇ ਇਸ ਇੱਕ ਵਾਰ ਦੇ ਅਨਪਰਵ ਨੂੰ ਜਿਸ ਨੂੰ ਅਸੀਂ ਇੱਕ ਵਾਰ ਕਰਨ ਆਏ ਸੀ ਉਸ ਨੂੰ ਤੋੜ ਦਿੱਤਾ ਅਸੀਂ ਇੱਕ ਵਾਰ ਹੀ ਆਉਣਾ ਸੀ ਅਤੇ ਫਿਰ ਵਾਪਸ ਚਲੇ ਜਾਣਾ ਸੀ ਪਰ ਕੁਝ ਅਜੀਹਾ ਵਰਤਿਆ ਜਿਸ ਨੇ ਇਸ ਅਨੁਭਵ ਨੂੰ ਸਦੀਵੀ ਬਣਾ ਦਿੱਤਾ ਕੀ ਹੋਇਆ ਹੋਇਆ ਇਹ ਕਿ ਜਦੋਂ ਰੂਹ ਆਪਣੇ ਇਕੱਲੇ ਵਿਅਕਤੀਗਤ ਰੂਪ ਵਿੱਚ ਆਈ ਆਪਣੇ ਉਤਰਾਇ ਚੜਾਈ ਦੇ ਪੜਾਵਾਂ ਦੇ ਸਿਲਸਿਲੇ ਵਿੱਚ ਅਸੀਂ ਇਹਨਾਂ ਨੂੰ ਸਥੂਲ ਸਰੀਰ ਕਹਿੰਦੇ ਹਾਂ ਅਗਲੇ ਨੂੰ ਸੂਖਮ ਸਰੀਰ ਕਹਿੰਦੇ ਹਾਂ ਫਿਰ ਇੱਕ ਹੋਰ ਨੂੰ ਅਸੀਂ ਕਾਰਣ ਸਰੀਰ ਕਹਿੰਦੇ ਹਾਂ ਫਿਰ ਅਸੀਂ ਪਾਰ ਬ੍ਰਹਮ ਜਾਂ ਤਿੰਨ ਜਗਤਾਂ ਦੀ ਸਿਰਜਣਾ ਤੋਂ ਪਰੇ ਦੀ ਵਿਅਕਤੀਗਤ ਜਗਾ ਕਹਿੰਦੇ ਹਨ ਫਿਰ ਅਸੀਂ ਉਸ ਨੂੰ ਸੱਚਖੰਡ ਜਾਂ ਸੱਚਾਕਾਰ ਕਹਿੰਦੇ ਹਾਂ ਇਹ ਸਭ ਨਾਮ ਭਾਰਤ ਵਿੱਚ ਦਿੱਤੇ ਗਏ ਸਨ ਅਤੇ ਮੈਂ ਦੇਖਿਆ ਕਿ ਹੁਣ ਇਹ ਪੱਛਮੀ ਸਹਿਤ ਵਿੱਚ ਵੀ ਪ੍ਰਸਿੱਧ ਹੋ ਰਹੇ ਹਨ ਇਹ ਪੜਾ ਹਨ ਇਹ ਦਰਸਾਉਂਦੇ ਹਨ ਉੱਥੇ ਇੱਕ ਸਥੂਲ ਸੰਸਾਰ ਹੈ ਪਦਾਰਥਿਕ ਸੰਸਾਰ ਉੱਥੇ ਸਿਰਫ ਗਿਆਨ ਇੰਦਰੀਆਂ ਵਾਲਾ ਸੂਖਮ ਸੰਸਾਰ ਹੈ ਉੱਥੇ ਇਕ ਤੀਜਾ ਸਿਰਫ ਮਾਨਦਾਂ ਸੰਸਾਰ ਹੈ ਮਾਨਸਿਕ ਚਿੱਤਰਾ ਦਾ ਸੰਸਾਰ ਉੱਥੇ ਇੱਕ ਰੋਹਾਨੀਅਤ ਦਾ ਸੰਸਾਰ ਹੈ ਜੋ ਰੋਹਾਨੀਅਤ ਦਾ ਪਹਿਲਾ ਅਨੁਭਵ ਹੁੰਦਾ ਹੈ ਜਿੱਥੇ ਕੋਈ ਵੀ ਪਦਾਰਥਕ ਚੀਜ਼ ਨਹੀਂ ਹੁੰਦੀ ਅਤੇ ਫਿਰ ਸਮੁੱਚਤਾ ਦੀ ਦੁਨੀਆ ਹੈ ਜਿੱਥੇ ਸਿਰਫ ਇੱਕ ਹੀ ਹੁੰਦਾ ਹੈ ਇਹ ਸਧਾਰਨ ਪੰਜ ਪੜਾਅ ਹੁਣ ਚੇਤਨਾ ਦੇ ਇਹਨਾਂ ਪੰਜ ਪੜਾਵਾਂ ਵਿੱਚ ਅਤੇ ਸਭ ਤੋਂ ਸਿਖਰ ਤੇ ਉੱਥੇ ਕੋਈ ਵੀ ਸਮੱਸਿਆ ਨਹੀਂ ਹੈ ਅਸੀਂ ਜਦੋਂ ਵੀ ਚਾਹੀਏ ਕਿਸੇ ਵੀ ਅਨੁਭਵ ਵਿੱਚ ਡੁੱਬਕੀ ਮਾਰ ਸਕਦੇ ਹਾਂ ਅਸੀਂ ਇੱਕ ਵਾਰ ਜਾ ਕੇ ਵਾਪਸ ਆ ਸਕਦੇ ਹਾਂ ਦੂਜੇ ਪੜਾਅ ਵਿੱਚ ਵਿਅਕਤੀਗਤ ਰੂਹ ਹੁੰਦੀ ਹੈ ਕੋਈ ਸਮੱਸਿਆ ਨਹੀਂ ਅਸੀਂ ਉੱਥੇ ਰੁਕ ਸਕਦੇ ਹਾਂ ਵਕਰੇ ਹੋਣ ਦਾ ਇਹ ਚੰਗਾ ਤਰੀਕਾ ਹੈ ਅਸੀਂ ਇੱਕ ਤੋਂ ਬਣੇ ਬਹੁਤਿਆਂ ਨੂੰ ਵੇਖ ਸਕਦੇ ਹਾਂ ਅਤੇ ਵਾਪਸ ਜਾ ਕੇ ਇੱਕ ਬਣ ਸਕਦੇ ਹਾਂ ਕੋਈ ਸਮੱਸਿਆ ਨਹੀਂ ਪਰ ਇੱਕ ਵਾਰ ਜਦੋਂ ਤੁਸੀਂ ਉੱਥੇ ਹੁੰਦੇ ਹੋ ਅਤੇ ਉੱਥੇ ਕਿਸੇ ਇੱਕ ਨੂੰ ਖਾਸ ਸ਼ਕਤੀ ਦਿੱਤੀ ਜਾਂਦੀ ਹੈ ਸਿਰਜਣ ਹਾਰ ਵਰਗੇ ਗੁਣ ਦਿੱਤੇ ਜਾਂਦੇ ਹਨ ਜੋ ਸਿਰਜਣ ਹਾਰ ਵਾਂਗ ਉਤਸ਼ਾਹਿਤ ਕਿ ਮੈਂ ਸਿਰਜਣ ਹਾਰ ਬਣਨਾ ਚਾਹੁੰਦਾ ਹਾਂ ਅਤੇ ਉਹ ਅਭਿਆਸ ਕਰਦਾ ਹੈ ਹੁਣ ਮੈਂ ਇੱਥੇ ਕੋਈ ਜਿਸ਼ਟਾਂਟ ਦੀ ਵਰਤੋਂ ਕਰ ਰਿਹਾ ਹਾਂ ਮੈਂ ਨਹੀਂ ਕਰ ਰਿਹਾ ਕਬੀਰ ਸਾਹਿਬ ਨੇ ਇੱਥੇ ਦੇ ਸ਼ਟਾਰਤ ਦੀ ਵਰਤੋਂ ਕੀਤੀ ਸੀ ਕਬੀਰ ਸਾਹਿਬ ਨੇ ਆਪਣੀ ਪੁਸਤਕ ਅਨੁਰਾਗ ਸਾਗਰ ਵਿੱਚ ਇੱਕ ਤੁਲਨਾਤਮਕ ਕਥਾ ਦਾ ਬਿਆਨ ਕੀਤਾ ਉਹ ਕਹਿੰਦੇ ਹਨ ਕਿ ਇੱਕ ਅਜੀਹਾ ਜੀਵ ਸੀ ਜੋ ਸਭ ਤੋਂ ਪਹਿਲਾਂ ਸਮੁੱਚਤਾ ਤੋਂ ਵੱਖ ਹੋਇਆ ਉਸ ਨੇ ਸਿਰਫ ਥੋੜੇ ਸਮੇਂ ਦਾ ਅਭਿਆਸ ਨਹੀਂ ਕੀਤਾ ਉਸ ਨੇ ਸਿਰਫ ਥੋੜੇ ਸਮੇਂ ਦਾ ਅਭਿਆਸ ਨਹੀਂ ਕੀਤਾ ਉਸ ਨੇ ਇੱਕ ਨਦੀ ਵਿੱਚ ਖੜੇ ਹੋ ਕੇ ਪਰਮਾਤਮਾ ਦੀ ਉਪਾਸਨਾ ਸ਼ੁਰੂ ਕਰ ਦਿੱਤੀ ਮੈਨੂੰ ਨਹੀਂ ਪਤਾ ਕਿ ਨਦੀ ਕਿੱਥੋਂ ਆਈ ਸੀ ਪਰ ਜਿਵੇਂ ਕਥਾ ਕਹਿੰਦੀ ਹੈ ਕਿ ਉਹ ਨਦੀ ਵਿੱਚ ਇੱਕ ਲੱਤ ਤੇ ਖੜੇ ਹੋ ਕੇ 73000 ਯੋਗਾ ਤੱਕ ਉਪਾਸਨਾ ਕਰਦਾ ਰਿਹਾ ਭਾਵ ਲੱਖਾਂ ਕਰੋੜਾਂ ਸਾਲਾਂ ਤੱਕ ਉਹ ਨਦੀ ਵਿੱਚ ਇੱਕ ਲੱਤ ਤੇ ਖੜਾ ਰਿਹਾ ਇਸ ਅਸਾਧਾਰਨ ਕਾਰਨ ਤੋਂ ਮਗਰੋਂ ਉਸਨੇ ਸਿਰਜਣਹਾਰ ਅੱਗੇ ਬੇਨਤੀ ਕੀਤੀ ਮੈਨੂੰ ਵੀ ਉਹ ਹੀ ਸਿਰਜਣ ਦੀ ਸ਼ਕਤੀ ਦਿਓ ਜੋ ਤੁਹਾਡੇ ਕੋਲ ਹੈ ਪਰਮ ਪਿਤਾ ਉਸ ਪੁੱਤਰ ਦੇ ਭਗਤੀ ਤੋਂ ਬਹੁਤ ਖੁਸ਼ ਹੋਏ ਪਾਰਮਪੀਤਾ ਨੇ ਉਸ ਨੂੰ ਇੱਕ ਵਰਦਾਨ ਦਿੱਤਾ ਕਿਹਾ ਠੀਕ ਹੈ ਮੈਂ ਤੈਨੂੰ ਇਸ ਚੇਤਨਾ ਦਾ ਇੱਕ ਹਿੱਸਾ ਦਿੰਦਾ ਹਾਂ ਇਹ ਰੂਹਾ ਦੇ ਰੂਪ ਵਿੱਚ ਹੋਵੇਗਾ ਤੂੰ ਉਹਨਾਂ ਦਾ ਇਸਤੇਮਾਲ ਆਪਣੇ ਦੁਨੀਆ ਬਣਾਉਣ ਲਈ ਕਰ ਸਕਦਾ ਹੈ ਹੁਣ ਉਸ ਨੂੰ ਕਾਫੀ ਰੂਹਾ ਮਿਲ ਗਈਆਂ ਹਸਨ ਉਹ ਬਹੁਤ ਖੁਸ਼ ਸੀ ਕਿਉਂਕਿ ਨਦੀ ਵਿੱਚ ਇੱਕ ਲੱਤ ਉੱਤੇ ਇਨੇ ਲੰਬੇ ਸਮੇਂ ਲਈ ਉਪਾਸ਼ਨਾ ਕਰਨ ਦਾ ਇਨਾਮ ਉਸ ਨੂੰ ਮਿਲ ਗਿਆ ਸੀ ਉਪਾਸ਼ਨਾ ਦੀ ਇਹ ਵਿਧੀ ਸ਼ਾਇਦ ਇਸ ਤੱਤ ਤੋਂ ਲਈ ਗਈ ਕਿ ਅੱਜ ਵੀ ਭਾਰਤ ਵਿੱਚ ਕੁਝ yogi ਨਦੀ ਵਿੱਚ ਇਕ ਲਾਟ ਉੱਤੇ ਖੜੇ ਹੋ ਕੇ ਤਪ ਕਰਦੇ ਹਨ ਉਹ ਅੱਜ ਵੀ ਇਸ ਤਰ੍ਹਾਂ ਸੂਰਜ ਦੀ ਪੂਜਾ ਕਰਦੇ ਹਨ ਮੈਂ ਕਈਆਂ ਨੂੰ ਪਵਿੱਤਰ ਨਦੀਆਂ ਵਿੱਚ ਜਾਂ ਤਲਾਬਾਂ ਵਿੱਚ ਅਜਿਹਾ ਕਰਦੇ ਦੇਖਿਆ ਹੈ ਇਸ ਨੂੰ ਵਰਨਣ ਕਰਨ ਲਈ ਕਬੀਰ ਨੇ ਇਸ ਤਰ੍ਹਾਂ ਦੇ ਤੱਪ ਦੀ ਕਿਰਿਆ ਦਾ ਇਸਤੇਮਾਲ ਕੀਤਾ ਹੁਣ ਉਸ ਨੇ ਰੂਹਾਂ ਤਾਂ ਪ੍ਰਾਪਤ ਕਰ ਲਈਆਂ ਸਨ ਪਰ ਉਸ ਨੇ ਸੋਚਿਆ ਮੈਨੂੰ ਇਹ ਰੂਹਾਂ ਤਾਂ ਮਿਲ ਗਈਆਂ ਹਨ ਪਰ ਇਹ ਮੈਨੂੰ ਇੱਕ ਨਿਸ਼ਚਿਤ ਸਮੇਂ ਲਈ ਦਿੱਤੀਆਂ ਗਈਆਂ ਹਨ ਉਸ ਤੋਂ ਬਾਅਦ ਇਹ ਆਪਣੇ ਘਰ ਵਾਪਸ ਚਲੀਆਂ ਜਾਣਗੀਆਂ ਮੈਂ ਇਸ ਸਿਲਸਲੇ ਨੂੰ ਹਮੇਸ਼ਾ ਲਈ ਕਿਵੇਂ ਕਾਇਮ ਰੱਖ ਸਕਦਾ ਹਾਂ ਉਸ ਨੇ ਇੱਕ ਸੁੰਦਰ ਸ਼ਾਨਦਾਰ ਸਿਧਾਂਤ ਬਣਾਇਆ ਸਿਧਾਂਤ ਸੀ ਸਮਾਂ ਅਤੇ ਸਪੇਸ ਬਣਾਇਆ ਜਾਵੇ ਸਮਾਂ ਅਤੇ ਸਪੇਸ ਬਣਾ ਕੇ ਉਹਨਾਂ ਨੂੰ ਆਪਣੇ ਵਰਗੇ ਇੱਕ ਮਸ਼ੀਨ ਦਵਾਗਾ ਉਸ ਨੇ ਆਪਣੇ ਆਪ ਨੂੰ ਕਿਹਾ ਮੈਂ ਉਹਨਾਂ ਨੂੰ ਇੱਕ ਅਜੇਹੀ ਮਸ਼ੀਨ ਦਵਾਗਾ ਜਿਸ ਨਾਲ ਮੇਰੀ ਸ਼ਕਤੀ ਨਿਰੰਤਰ ਕਾਇਮ ਰਹੇਗੀ ਇਹ ਮਸ਼ੀਨ ਮਨ ਅਕਵਾਵੇਗੀ ਇਹ ਮਨ ਸਿਰਫ ਸਮੇਂ ਅਤੇ ਸਪੇਸ ਵਿੱਚ ਕੰਮ ਕਰੇਗਾ ਫਿਰ ਉਸਨੇ ਸਮੇਂ ਅਤੇ ਸਪੇਸ ਨੂੰ ਬਣਾ ਕੇ ਉਸ ਵਿੱਚ ਮਨ ਨੂੰ ਰੱਖ ਦਿੱਤਾ ਅਤੇ ਕਿਹਾ ਕੇਵਲ ਮਨ ਹੀ ਸਿਰਜੇਗਾ ਉਸ ਵਿਅਕਤੀ ਨੂੰ ਇਹ ਰੂਹਾ ਪ੍ਰਾਪਤ ਕਰਨ ਦੀ ਸ਼ਕਤੀ ਅਸਮਾਨ ਤੋਂ ਨਹੀਂ ਸੀ ਟਪਕੀ ਸਪਸ਼ਟ ਹੈ ਉਹ ਕਿਸੇ ਔਰਤ ਰਾਹੀਂ ਹੀ ਆਈ ਸੀ ਆਪਣੇ ਬੱਚੇ ਪੈਦਾ ਕਰਨ ਲਈ ਇਸ ਸੰਸਾਰ ਨੂੰ ਪੈਦਾ ਕਰਨ ਲਈ ਉਸ ਨੂੰ ਔਰੋ ਦੇ ਲੋੜ ਸੀ ਹੁਣ ਉਹ ਔਰਤ ਅਸੀਂ ਨਹੀਂ ਜਾਣਦੇ ਕਿ ਉਸ ਨੂੰ ਕੀ ਕਹਿਣਾ ਉਚਿਤ ਹੋਵੇਗਾ। ਬੇਸ਼ੱਕ ਉਹ ਔਰਤ ਨਹੀਂ ਸੀ ਪਰ ਅਸੀਂ ਹੋਰ ਕਿਸ ਤਰੀਕੇ ਨਾਲ ਇਸ ਦਾ ਵਰਣਨ ਕਰ ਸਕਦੇ ਹਾਂ। ਅਸੀਂ ਇਹਨਾਂ ਚੀਜ਼ਾਂ ਬਾਰੇ ਕਿਵੇਂ ਗੱਲ ਕਰ ਸਕਦੇ ਹਾਂ? ਚਲੋ ਮੰਨ ਲਈਏ ਕਿ ਇੱਕ ਸ਼ਕਤੀ, ਤਾਕਤ, ਰਚਨਾ ਨੂੰ ਪੈਦਾ ਕਰਨ ਦੀ ਸ਼ਕਤੀ ਉਸ ਵਿਅਕਤੀ ਕੋਲ ਆਈ ਅਤੇ ਉਸ ਨੇ ਉਸ ਦੇ ਰਾਹੀਂ ਬੱਚੇ ਪੈਦਾ ਕਰਦੇ ਸਨ। ਉਸ ਨੂੰ ਉਹ ਸ਼ਕਤੀ ਬਹੁਤ ਪਸੰਦ ਸੀ ਪਰ ਉਸ ਸਮੇਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਕੀ ਕਰਨਾ ਹੈ ਉਹ ਇੱਕ ਬੱਚੇ ਵਰਗਾ ਸੀ ਉਸ ਨੂੰ ਕੋਈ ਤਜਰਬਾ ਨਹੀਂ ਸੀ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਛੋਟਾ ਬੱਚਾ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਤੁਸੀਂ ਉਸ ਬੱਚੇ ਨੂੰ ਕੁਝ ਵੀ ਦਿੰਦੇ ਹੋ ਉਹ ਉਸ ਨੂੰ ਮੂੰਹ ਵਿੱਚ ਪਾ ਲੈਂਦਾ ਹੈ ਤੁਸੀਂ ਜ਼ਰੂਰ ਅਜਿਹਾ ਨੋਟ ਕੀਤਾ ਹੋਵੇਗਾ ਛੋਟਾ ਬੱਚਾ ਸੋਚਦਾ ਹੈ ਕਿ ਕਿਸੇ ਵੀ ਚੀਜ਼ ਦਾ ਆਨੰਦ ਲੈਣ ਲਈ ਉਸ ਨੂੰ ਮੂੰਹ ਵਿੱਚ ਪਾਉਣਾ ਚਾਹੀਦਾ ਹੈ ਸੋ ਉਸ ਵਿਅਕਤੀ ਜੋ ਸਮੇਂ ਅਤੇ ਸਪੇਸ ਨੂੰ ਸਿਰਜਣਾ ਚਾਹੁੰਦਾ ਸੀ ਉਸ ਨੇ ਉਸ ਔਰਤ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਉਸ ਨੂੰ ਖਾ ਲਿਆ ਬੇਸ਼ੱਕ ਇਹ ਇੱਕ ਬਹੁਤ ਲੰਬੀ ਕਹਾਣੀ ਹੈ ਉਸ ਤੋਂ ਬਾਅਦ ਕੀ ਹੋਇਆ ਉਹ ਚੀਕੀ ਅਤੇ ਉਸ ਨੇ ਸ਼ੋਰ ਮਚਾਇਆ ਉਸਨੇ ਆਪਣੇ ਪਿਤਾ ਨੂੰ ਆਵਾਜ਼ ਮਾਰੀ ਤੁਸੀਂ ਮੇਰੇ ਨਾਲ ਇਹ ਕੀ ਕੀਤਾ ਤੁਸੀਂ ਤਾਂ ਕਿਹਾ ਸੀ ਕਿ ਮੈਂ ਇਸ ਵਿਅਕਤੀ ਲਈ ਕੁਸ਼ ਰੁਹਾ ਲੈ ਕੇ ਜਾਵਾਂ ਤਾਂ ਕਿ ਉਹ ਦੁਨੀਆ ਬਣਾ ਸਕੇ ਪਰ ਉਸਨੇ ਤਾਂ ਮੈਨੂੰ ਹੀ ਨਿਗਲ ਲਿਆ ਪਰਮ ਪਿਤਾ ਉਸ ਵਿਅਕਤੀ ਤੋਂ ਬਹੁਤ ਨਾਰਾਜ਼ ਹੋਏ ਉਹਨਾਂ ਨੇ ਉਸਨੂੰ ਡਾਂਟਿਆ ਕਿਹਾ ਤੂੰ ਇਹ ਕੀ ਕੀਤਾ ਕੱਢ ਉਸ ਔਰਤ ਨੂੰ ਬਾਹਰ ਉਸ ਵਿਅਕਤੀ ਨੇ ਔਰਤ ਨੂੰ ਬਾਹਰ ਕੱਢਿਆ ਉਹ ਜਿਉਂਦੀ ਸੀ ਅਨੁਰਾਗ ਸਾਗਰ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਅਜੀਹਾ ਹੋਣ ਤੋਂ ਬਾਅਦ ਉਸ ਵਿਅਕਤੀ ਨੇ ਔਰਤ ਨੂੰ ਕਿਹਾ ਚਲੋ ਸੰਭੋਗ करिए ਕਿਉਂਕਿ ਅਸੀਂ ਬੱਚੇ ਪੈਦਾ ਕਰਨੇ ਹਨ ਅਤੇ ਉਸ ਔਰਤ ਨੇ ਕਿਹਾ ਇਹ ਗਲਤ ਨਹੀਂ ਹੋਵੇਗਾ ਹੁਣ ਵਿਵਚਾਰ ਦਾ ਨਿਯਮ ਕਹਿੰਦਾ ਹੈ ਕਿ ਪਰਿਵਾਰ ਵਿੱਚ ਸੰਪੋਗ ਨੈਤਿਕ ਨਹੀਂ ਹੁੰਦਾ ਨਿਯਮ ਅਨੁਸਾਰ ਕੋਈ ਆਪਣੀ ਮਾਂ ਆਪਣੇ ਭੈਣ ਆਪਣੇ ਧੀ ਨਾਲ ਸੰਬੋਗ ਨਿਯਮ ਅਨੁਸਾਰ ਕੋਈ ਆਪਣੀ ਮਾਂ ਆਪਣੀ ਭੈਣ ਆਪਣੀ ਧੀ ਨਾਲ ਸੰਬੋਗ ਨਹੀਂ ਕਰ ਸਕਦਾ ਇਸ ਦੁਨੀਆ ਦੇ ਸਾਰੇ ਕਾਨੂੰਨ ਇਸ ਦੀ ਪਾਲਣਾ ਕਰਦੇ ਹਨ ਸੋ ਉਸ ਔਰਤ ਨੇ ਉਸ ਨਾਲ ਬਹਿਸ ਕੀਤੀ ਮੈਂ ਤੇਰੇ ਪਿਤਾ ਨਾਲ ਇਕਮਿਕ ਹਾਂ ਅਤੇ ਜਦੋਂ ਮੈਂ ਇੱਥੇ ਆਈ ਤਾਂ ਤੇਰੀ ਭੈਣ ਸੀ ਕਿਉਂਕਿ ਸਾਨੂੰ ਦੋਹਾਂ ਨੂੰ ਇੱਕ ਹੀ ਪਰਮ ਪਿਤਾ ਦੁਆਰਾ ਬਣਾਇਆ ਗਿਆ ਹੈ ਤੂੰ ਮੈਨੂੰ ਨਿਗਲ ਗਿਆ ਸੀ ਅਤੇ ਫਿਰ ਮੈਨੂੰ ਬਾਹਰ ਕੱਢਿਆ ਇਸ ਕਰਕੇ ਮੈਂ ਤੇਰੀ ਕੁੜੀ ਵਰਗੀ ਹੋ ਗਈ ਤੂੰ ਇਸ ਤਰ੍ਹਾਂ ਦੀ ਗੱਲ ਕਿਵੇਂ ਕਰ ਸਕਦਾ ਹੈ ਉਹ ਵਿਅਕਤੀ ਬਹੁਤ ਚਲਾਕ ਸੀ ਉਹ ਕਹਿਣ ਲੱਗਾ ਤੂੰ ਕਿਉਂ ਇਸ ਬਾਰੇ ਚਿੰਤਾ ਕਰਦੇ ਹੈ ਅਜੇ ਕਿਸੇ ਕਿਸਮ ਦਾ ਪਾਪ ਬਣਿਆ ਹੀ ਨਹੀਂ ਪਾਪ ਨਾਮ ਦੀ ਚੀਜ਼ ਤਾਂ ਅਸੀਂ ਅਜੇ ਬਣਾਉਣੀ ਹੈ ਜਿਸ ਨਾਲ ਅਸੀਂ ਇਹਨਾਂ ਰੂਹਾਂ ਨੂੰ ਕਾਬੂ ਵਿੱਚ ਰੱਖ ਸਕਾਂਗੇ ਤੈਨੂੰ ਨਹੀਂ ਪਤਾ ਅਸੀਂ ਅਜੇ ਕਿੰਨਾ ਵੱਡਾ ਕੰਮ ਕਰਨਾ ਹੈ ਇਸ ਲਈ ਸਾਨੂੰ ਕੋਈ ਪਾਪ ਨਹੀਂ ਲੱਗ ਸਕਦਾ ਅਨਰਾਗ ਸਾਗਰ ਵਿੱਚ ਕਿਹਾ ਗਿਆ ਹੈ ਪਾਪ ਪੁੰਨ ਹਮੇ ਨਹੀਂ ਲਾਗੇ ਜਿਸ ਦਾ ਪਾਪ ਹੈ ਕਿ ਪਾਪ ਪੁੰਨ ਨੇਕੀ ਅਤੇ ਬੁਰਾਈ ਦੀ ਧਾਰਨਾ ਸਾਡੇ ਉੱਤੇ ਲਾਗੂ ਨਹੀਂ ਹੁੰਦੀ ਇਹਨਾਂ ਨੂੰ ਅਸੀਂ ਦੂਜਿਆਂ ਤੇ ਲਾਗੂ ਕਰਨਾ ਹੈ ਇਹ ਕੰਮ ਅਸੀਂ ਕਿਵੇਂ ਕਰਾਂਗੇ ਬਹੁਤ ਸੋਚਾ ਹੈ ਅਸੀਂ ਇਹ ਸਾਰੇ ਅਨੁਭਵ ਨੂੰ ਸਮੇਂ ਅਤੇ ਸਪੇਸ ਵਿੱਚ ਰੱਖ ਦੇਵਾਂਗੇ ਸਮੇਂ ਅਤੇ ਸਪੇਸ ਵਿੱਚ ਅਸੀਂ ਕਾਰਨ ਅਤੇ ਪ੍ਰਭਾਵ ਦਾ ਵਿਚਾਰ ਰੱਖ ਦੇਵਾਂਗੇ ਪਹਿਲਾਂ ਅਸੀਂ ਸਮਾਂ ਬਣਾਵਾਂਗੇ ਫਿਰ ਅਸੀਂ ਸਪੇਸ ਬਣਾ ਕੇ ਘਟਨਾਵਾਂ ਨੂੰ ਸਮੇਂ ਉੱਤੇ ਰੱਖਾਂਗੇ ਅਸੀਂ ਲੋਕਾਂ ਨੂੰ ਉਹਨਾਂ ਘਟਨਾਵਾਂ ਵਿੱਚ ਲੰਘਾਵਾਂਗੇ ਹਰ ਇੱਕ ਘਟਨਾ ਇੱਕ ਕਾਰਨ ਵਾਂਗ ਹੋਵੇਗੀ ਅਤੇ ਉਸ ਦਾ ਨਤੀਜਾ ਇੱਕ ਘਟਨਾ ਹੋਵੇਗੀ ਅਤੇ ਇਹ ਘਟਨਾ ਇੱਕ ਕਾਰਨ ਪੈਦਾ करेगी ਅਤੇ ਇਹ ਕਾਰਨ ਘਟਨਾ ਬਣੇਗੀ ਇਸ ਤਰੀਕੇ ਨਾਲ ਉਹ ਸਭ ਹਮੇਸ਼ਾ ਲਈ ਇੱਥੇ ਰਹਿਣਗੇ ਇਸ ਤਰ੍ਹਾਂ ਕਰਮਾ ਦਾ ਨਿਯਮ ਪੈਦਾ ਹੋਇਆ ਇਸ ਤੋਂ ਬਾਅਦ ਉਸ ਨਕਾਰਾਤਮਕ ਸ਼ਕਤੀ ਨਾਲ ਪਰਮ ਪਿਤਾ ਬਹੁਤ ਗੁੱਸੇ ਹੋਏ ਉਹਨਾਂ ਕਿਹਾ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਮੈਂ ਤੈਨੂੰ ਕਦੇ ਵੀ ਨਹੀਂ ਦੇਖਣਾ ਚਾਹੁੰਦਾ ਉਹ ਕਹਿ ਲੱਗਾ ਮੈਨੂੰ ਮaaf ਕਰ ਦੇਓ ਪਿਤਾ ਜੀ ਪਰਮ ਪਿਤਾ ਨੇ ਕਿਹਾ ਨਹੀਂ ਮੈਂ ਤੈਨੂੰ ਮaaf ਨਹੀਂ ਕਰਾਂਗਾ ਜੋ ਤੂੰ ਮੈਨੂੰ ਕਿਹਾ ਸੀ ਤੂੰ ਬਿਲਕੁਲ ਉਸ ਦੇ ਉਲਟ ਕੀਤਾ ਹੈ ਮੈਂ ਤੈਨੂੰ ਮaaf ਨਹੀਂ ਕਰ ਸਕਦਾ ਤੈਨੂੰ ਦੇਸ਼ ਨਿਕਾਲਾ ਹੈ ਉਸ ਵਿਅਕਤੀ ਉਸ ਨਕਾਰਾਤਮਕ ਸ਼ਕਤੀ ਕੋਲੋਂ ਉਸ ਦੀ ਆਪਣੀ ਨਿੱਜੀ ਰੂਹ ਵਾਪਸ ਲੈ ਲਈ ਗਈ ਹੁਣ ਉਹ ਸਿਰਫ ਇੱਕ ਸ਼ਕਤੀ ਬਣ ਕੇ ਰਹਿ ਗਿਆ ਸਮੇਂ ਸਪੇਸ ਅਤੇ ਕਰਮਾ ਨੂੰ ਸਿਰਜਣ ਦੀ ਮਨਾਂ ਨੂੰ ਪੈਦਾ ਕਰਨ ਦੀ ਸ਼ਕਤੀ ਇਹ ਸਭ ਮਨ ਉਸ ਦਾ ਆਪਣਾ ਵਿਅਕਤੀਗਤ ਰੂਪ ਸਨ ਅਤੇ ਇਹਨਾਂ ਮਨਾਂ ਨੂੰ ਫਿਰ ਉਹਨਾਂ ਨੂੰ ਉਹਨੋ ਵਾਲੇ ਜੀਵਨਾਂ ਵਿੱਚ ਰੱਖਣ ਦੀ ਸ਼ਕਤੀ ਵੀ ਉਸ ਕੋਲ ਸੀ ਇਹ ਹੀ ਇੱਕ ਵੱਡੀ ਘਟਨਾ ਸੀ ਸਾਨੂੰ ਕਾਰਨ ਅਤੇ ਪ੍ਰਭਾਵ ਦੇ ਨਿਯਮ ਅਤੇ ਕਰਮ ਦਾ ਨਿਯਮ ਦੇਣਾ ਇੱਕ ਬਹੁਤ ਵੱਡੀ ਘਟਨਾ ਸੀ ਕਰਮ ਦਾ ਇਹ ਨਿਯਮ ਉਸ ਵਿਅਕਤੀ ਲਈ ਬਹੁਤ ਲਾਹੇਵੰਦ ਰਹਾ ਉਹ ਬਹੁਤ ਖੁਸ਼ ਹੈ ਕਿਉਂਕਿ ਕਰਮਾ ਦੇ ਕਾਨੂੰਨ ਅਨਸਾਰ ਅਸੀਂ ਜੋ ਵੀ ਕਰਦੇ ਹਾਂ ਉਹ ਕਰਮ ਬਣ ਜਾਂਦਾ ਹੈ ਉਸ ਵਿਅਕਤੀ ਨੂੰ ਪਤਾ ਲੱਗਿਆ ਕਿ ਜੇ ਸਾਨੂੰ ਆਪਣੀ ਕਾਰਵਾਈ ਦੇ ਨਤੀਜੇ ਬਾਰੇ ਪਤਾ ਹੋਵੇ ਤਾਂ ਅਸੀਂ ਕਰਮ ਨਹੀਂ ਕਰਾਂਗੇ ਜੇ ਸਾਨੂੰ ਨਤੀਜਿਆਂ ਬਾਰੇ ਸ਼ੱਕ ਹੋਵੇ ਤਾਂ ਅਸੀਂ ਉਹਨਾਂ ਕਰਮਾਂ ਨੂੰ ਕਰਾਂਗੇ ਉਸ ਵਿਅਕਤੀ ਨੇ ਉਸ ਨਤੀਜਿਆਂ ਦੀ ਜਾਣਕਾਰੀ ਨੂੰ ਸਾਡੇ ਤੋਂ ਲੁਕੋ ਲਿਆ ਉਸ ਨੇ ਇਹ ਨਿਸ਼ਚਿਤ ਕੀਤਾ ਕਿ ਸਾਡੇ ਵਿੱਚ ਇਹ ਸਭ ਮਨ ਉਸ ਦਾ ਹੀ ਵਿਅਕਤੀਗਤ ਰੂਪ ਹੋਣਗੇ ਇਹ ਮਨ ਇਸ ਤਰ੍ਹਾਂ ਕੰਮ ਕਰੇਗਾ ਤਾਂ ਕਿ ਇਹ ਚੀਜ਼ਾਂ ਨੂੰ ਕਰਨ ਦੇ ਵਿਚਾਰ ਕਰਦਾ ਰਹੇਗਾ ਭਾਵੇਂ ਕਿ ਉਹ ਕਰਨਾ ਵੀ ਨਾ ਚਾਹੇ ਭਾਵੇਂ ਰੂਹ ਉਸ ਦਾ ਵਿਰੋਧ ਕਰੇ ਉਹ ਫਿਰ ਵੀ ਕਰੇਗਾ ਇਸ ਤਰ੍ਹਾਂ ਲੋਕ ਹਰ ਸਮੇਂ ਪਾਪ ਕਰਦੇ ਰਹਿਣਗੇ ਲੋਕ ਪਾਪ ਕਰਨਗੇ ਫਿਰ ਉਹ ਉਹਨਾਂ ਪਾਪਾਂ ਬਾਰੇ ਅਫਸੋਸ ਕਰਨਗੇ ਪਛਤਾਉਣਗੇ ਫਿਰ ਉਹ ਚੰਗੀਆਂ ਚੀਜ਼ਾਂ ਕਰਨਗੇ ਚਲੋ ਇੱਕ ਨਿਯਮ ਬਣਾਉਂਦੇ ਹਾਂ ਹਰ ਪਾਪ ਦੀ ਸਜ਼ਾ ਮਿਲੇਗੀ ਹਰ ਪੁੰਨ ਦਾ ਚੰਗਾ ਫਲ ਮਿਲੇਗਾ ਪਰ ਦੋਵੇਂ ਇੱਕ ਦੂਜੇ ਨੂੰ ਰੱਦ ਨਹੀਂ ਕਰਨਗੇ ਕੋਈ ਹੁਣ ਕਿਸ ਤਰ੍ਹਾਂ ਬਾਹਰ ਜਾ ਸਕਦਾ ਹੈ ਕੋਈ ਬਾਹਰ ਨਹੀਂ ਨਿਕਲ ਸਕਿਆ ਉਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕੋਈ ਬਾਹਰ ਨਹੀਂ ਨਿਕਲ ਸਕਿਆ ਅਸੀਂ ਇੱਥੇ ਬੈਠੇ ਹੋਏ ਉਸ ਨਿਯਮ ਦੀ ਹੀ ਪਾਲਣਾ ਕਰ ਰਹੇ ਹਾਂ ਇਹ ਹੀ ਕਰ ਰਹੇ ਹਾਂ ਅਸੀਂ ਅਸੀਂ ਪਾਪ ਅਤੇ ਪੁੰਨ ਪੈਦਾ ਕਰ ਰਹੇ ਹਾਂ ਅਸੀਂ ਚੰਗੇ ਅਤੇ ਮਾੜੇ ਕਰਮਾਂ ਨੂੰ ਬਣਾ ਰਹੇ ਹਾਂ ਚੰਗੇ ਕਰਮਾਂ ਦਾ ਸਾਨੂੰ ਫਲ ਮਿਲ ਰਿਹਾ ਹੈ ਅਤੇ ਮਾੜੇ ਕਰਮਾਂ ਲਈ ਸਾਨੂੰ ਸਜ਼ਾ ਮਿਲ ਰਹੀ ਹੈ ਅਤੇ ਅਸੀਂ ਸਦਾ ਲਈ ਇੱਥੇ ਰਹਿ ਗਏ ਹਾਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਜੇ ਕੋਈ ਤਰੀਕਾ ਹੁੰਦਾ ਕਿ ਅਸੀਂ ਚੰਗੇ ਕਰਮਾਂ ਦੁਆਰਾ ਮਾੜੇ ਕਰਮਾਂ ਨੂੰ ਮਿਟਾ ਸਕਦੇ ਤਾਂ ਅਸੀਂ ਸਾਰੇ ਵਾਪਸ ਘਰ ਚਲੇ ਜਾਂਦੇ ਪਰ ਅਸੀਂ ਇਹ ਨਹੀਂ ਕਰ ਸਕਦੇ ਇਨਾ ਕਰਮਾਂ ਦਾ ਨਜਬ ਇਨਾ ਮਜ਼ਬੂਤ ਹੈ ਕਿ ਭਾਵੇਂ ਤੁਸੀਂ ਕਈ ਜੀਵਨਾ ਵਿੱਚ ਕਿੰਨੇ ਵੀ ਪੁੰਨ ਕਰਕੇ ਸਲਵਤ ਉੱਚੇ ਪੜਾਵ ਤੇ ਪਹੁੰਚ ਜਾਂਦੇ ਹੋ ਤਾਂ ਵੀ ਤੁਸੀਂ ਮਾੜੇ ਕਰਮਾਂ ਨੂੰ ਮਿਟਾ ਨਹੀਂ ਸਕਦੇ ਇਸੇ ਲਈ ਕ੍ਰਿਸ਼ਨ ਜੀ ਨੇ ਉਹ ਭਾਰਤੀ ਇਤਿਹਾਸਕ ਵਿੱਚ ਵਿਸ਼ਨੂੰ ਦੇ ਅਵਤਾਰ ਸਨ ਭਾਰਤੀ ਧਰਮ ਵਿੱਚ ਉਹਨਾਂ ਨੇ ਮਹਾਭਾਰਤ ਅਤੇ ਗੀਤਾ ਵਿੱਚ ਕੁਰਖ ਖੇਤਰ ਦੇ ਯੁੱਧ ਦੇ ਮੈਦਾਨ ਵਿੱਚ ਅਰਜਨ ਨੂੰ ਦੱਸਿਆ ਸੀ ਕਿ ਕਰਮਾ ਦਾ ਇਹ ਨਿਯਮ ਅਸਲ ਵਿੱਚ ਸਾਡੇ ਤੇ ਪਿਆ ਇੱਕ ਬੰਧਨ ਹੈ ਜੇਕਰ ਇਹ ਕਰਮ ਨਾ ਹੁੰਦੇ ਤਾਂ ਅਸੀਸਾਰੇ ਵਾਪਸ ਜਾ ਸਕਦੇ ਸੀ ਬਚਪਨ ਵਿੱਚ ਕ੍ਰਿਸ਼ਨ ਜੀ ਨੇ ਆਪਣੇ ਬਚਪਨ ਦੇ ਦੋਸਤ ਉਹਦੋਂ ਨੂੰ ਦੱਸਿਆ ਉਹ ਦੋਵੇਂ ਗਾਵਾਂ ਚਰਾਂਦੇ ਸਨ ਉਹ ਚਰਵਾਹੇ ਸਨ ਉਹ ਕਿਸਾਨ ਦੇ ਪਰਿਵਾਰ ਵਿੱਚ ਰਹਿੰਦੇ ਸਨ ਅਤੇ ਕ੍ਰਿਸ਼ਨ ਗਾਵਾਂ ਦਾ ਪਾਲਣ ਪੋਸ਼ਣ ਕਰਦਾ ਸੀ ਕ੍ਰਿਸ਼ਨ ਇੰਨੇ ਗਿਆਨਵਾਨ ਸਨ ਉਹ ਇਹਨਾਂ ਚੀਜ਼ਾਂ ਬਾਰੇ ਬਚਪਨ ਵਿੱਚ ਹੀ ਗੱਲ ਕਰ ਸਕਦੇ ਸਨ ਛੋਟੀ ਉਮਰ ਹੋਣ ਦੇ ਬਾਵਜੂਦ ਉਹਨੇ ਆਪਣੇ ਦੋਸਤ ਨੂੰ ਕਿਹਾ ਉਦੋਂ ਕਰਮਾਂ ਦੇ ਨਿਯਮ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਲੋਕ ਕਹਿੰਦੇ ਹਨ ਕਿ ਕਰਮ ਬਹੁਤ ਆਸਾਨੀ ਨਾਲ ਤੋੜਤੇ ਜਾ ਸਕਦੇ ਹਨ ਉਹ ਮੰਦਿਰਾਂ ਵਿੱਚ ਜਾਂਦੇ ਹਨ ਪੂਜਾ ਕਰਦੇ ਹਨ ਉਹ ਪ੍ਰਾਸ਼ਚਿਤ ਕਰਦੇ ਹਨ ਅਤੇ ਉਹ ਸੋਚਦੇ ਹਨ ਕਿ ਸਭ ਖਤਮ ਹੋ ਗਿਆ ਹੈ ਪਰ ਅਸਲ ਵਿੱਚ ਕੁਝ ਤੋਟਨ ਨਹੀਂ ਜਾਂਦਾ ਜਦੋਂ ਉਹ ਮਾੜੇ ਕਰਮ ਕਰਦੇ ਹਨ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਦੋਂ ਉਹ ਅਪਰਾਚਿਤ ਕਰਦੇ ਹਨ ਤਾਂ ਉਹਨਾਂ ਨੂੰ ਵੱਖਰੇ ਤੌਰ ਤੇ ਇਨਾਮ ਦਿੱਤਾ ਜਾਂਦਾ ਹੈ ਪਰ ਇਹ ਦੋਵੇਂ ਇੱਕ ਦੂਜੇ ਨੂੰ ਰੱਦ ਨਹੀਂ ਕਰਦੇ ਉੱਥੇ ਇੱਕ ਕੀੜੀ ਤੁਰੀ ਜਾ ਰਹੀ ਸੀ ਕ੍ਰਿਸ਼ਨ ਨੇ ਉਸ ਕੀੜੀ ਵੱਲ ਇਸ਼ਾਰਾ ਕਰਦੇ ਕਿਹਾ ਉਦੋਂ ਸਾਹਮਣੇ ਉਸ ਕੀੜੀ ਨੂੰ ਰੇਖਦੇ ਹੋਏ ਦੇਖ ਕੀ ਤੂੰ ਸੋਚ ਰਿਹਾ ਹੈ ਕਿ ਇਹ ਕੀੜੀ ਜੋ ਅੱਜ ਇੱਕ ਕੀਟ ਹੈ ਕਿਸੇ ਸਮੇਂ ਇਹ ਬ੍ਰਹਮਾ ਸੀ ਇਸ ਬ੍ਰਹਮੰਡ ਦਾ ਨਿਰਮਾਤਾ ਆਪਣੇ ਚੰਗੇ ਕਰਮਾ ਦੁਆਰਾ ਉਹ ਬ੍ਰਹਮਾ ਬਣ ਗਿਆ ਸੀ ਭੈੜੇ ਕਰਮਾ ਕਰਕੇ ਉਹ ਅੱਜ ਇੱਕ ਕੀੜੀ ਹੈ ਇਹ ਕੀੜੀ ਕਿਸੇ ਸਮੇਂ ਸੂਖਮ ਮੰਡਲ ਦੇ ਇੱਕ ਸਵਰਗ ਵਿੱਚ ਦੇਵਤਾ ਇੰਦਰ ਰਹੀ ਹੈ ਪਰ ਅੱਜ ਉਹ ਇੱਕ ਕੀੜੀ ਹੈ ਕਰਮਾ ਦੇ ਨਿਯਮ ਨੂੰ ਆਸਾਨੀ ਨਾਲ ਨਹੀਂ ਸਮਝਿਆ ਜਾ ਸਕਦਾ ਲੋਗ ਸਮਝਦੇ ਹਨ ਕਿ ਚੰਗੇ ਕਰਮ ਮਾੜੇ ਕਰਮਾਂ ਨੂੰ ਮਿਟਾ ਸਕਦੇ ਹਨ ਅਜਿਹਾ ਨਹੀਂ ਹੈ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਮਾੜੇ ਕਰਮਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਇਨਾਮ ਮਿਲਦਾ ਹੈ ਜਾਂ ਸਜ਼ਾ ਤੁਸੀਂ ਇੱਥੇ ਫਸੇ ਰਹਿੰਦੇ ਹੋ ਫਿਰ ਮੁਕਤੀ ਕੀ ਹੈ ਕੀ ਤੁਹਾਨੂੰ ਪਤਾ ਹੈ ਕਿ ਇਹ ਇੱਕ ਅਜੀਬ ਕਿਸਮ ਦੀ ਦੁਨੀਆ ਬਣਾਈ ਗਈ ਸੀ ਜਿਸ ਵਿੱਚ ਕੋਈ छुटਕਾਰਾ ਨਹੀਂ ਸੀ ਕਰਮ ਦੇ ਨਿਯਮ ਨੇ ਇਹ ਪੱਕਾ ਕੀਤਾ ਕਿ ਅਸੀਂ ਸਦਾ ਲਈ ਇੱਥੇ ਰਹੀਏ ਅਤੇ ਚੀਜ਼ਾਂ ਨੂੰ ਹੋਰ ਗੁੰਝਲਦਾਰ ਕਰਨ ਲਈ ਕਰਮਾ ਦੇ ਕਾਨੂੰਨ ਵਿੱਚ ਇੱਕ ਹੋਰ ਤੱਤ ਸ਼ਾਮਲ ਕਰ ਦਿੱਤਾ ਗਿਆ ਉਹ ਸੀ ਕਰਮਾਂ ਦਾ ਜਮਾ ਹੋਣਾ ਤਾਂ ਕਿ ਉਹਨਾਂ ਦਾ ਬਾਅਦ ਵਿੱਚ ਇਸਤੇਮਾਲ ਕੀਤਾ ਜਾ ਸਕੇ ਇਸ ਦਾ ਅਰਥ ਹੈ ਕਿ ਮਨਨੋਂ ਤੁਸੀਂ ਕੁਝ ਚੰਗੇ ਕਰਮ ਕੀਤੇ ਅਤੇ ਕੁਝ ਮਾੜੇ ਕਰਮ ਕੀਤੇ ਇਹ ਦੋਵੇਂ ਇਕੱਠੇ ਕਰ ਦਿੱਤੇ ਗਏ ਅਤੇ ਤੁਹਾਨੂੰ ਇੱਕ ਹੋਰ ਜ਼ਿੰਦਗੀ ਮਿਲੇ ਪਰ ਉਹਨਾਂ ਸਾਰੇ ਕਰਮਾਂ ਦਾ ਨਿਪਟਾਰਾ ਉਸ ਇੱਕ ਜ਼ਿੰਦਗੀ ਵਿੱਚ ਨਹੀਂ ਕੀਤਾ ਜਾ ਸਕਦਾ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਹੁਣ ਉਹ ਖਾਸ ਕਿਸਮ ਦੀ ਆਤਮਾ ਜਿਸ ਦੇ जिम्मे ਇਹ ਕੰਮ ਦਿੱਤਾ ਗਿਆ ਸੀ ਕਿ ਜੀਵਨ ਕਿਸ ਤਰ੍ਹਾਂ ਬਣਾਉਣਾ ਹੈ ਉੱਥੇ ਬੈਠੇ ਹੋਏ ਉਹ ਕਹਿੰਦਾ ਹੈ ਠੀਕ ਹੈ ਮੈਂ ਸਿਰਫ ਉਹਨਾਂ ਕਰਮਾਂ ਦੇ 40% ਹਿੱਸੇ ਨੂੰ ਇਸ ਜੀਵਨ ਵਿੱਚ ਪਾ ਸਕਦਾ ਹਾਂ ਮੈਂ ਕਰਮਾ ਦੇ 60% ਹਿੱਸੇ ਨੂੰ ਬਚਾ ਕੇ ਰੱਖ ਲੈਂਦਾ ਹਾਂ ਜਿਸ ਨੂੰ ਕਿਸੇ ਹੋਰ ਆਉਣ ਵਾਲੇ ਜੀਵਨ ਵਿੱਚ ਭੋਗਿਆ ਜਾ ਸਕਦਾ ਹੈ ਉਹਨਾਂ ਬਚੇ ਹੋਏ ਕਰਮਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ ਅਤੇ ਜੋ ਅਸੀਂ ਹੁਣ ਕਰਦੇ ਹਾਂ ਉਹਨਾਂ ਨੂੰ ਕਿਰਿਆਮਾਨ ਕਰਮ ਕਿਹਾ ਜਾਂਦਾ ਹੈ ਜਿਨ੍ਹਾਂ ਕਰਮਾਂ ਨਾਲ ਅਸੀਂ ਪੈਦਾ ਹੁੰਦੇ ਹਾਂ ਉਹ ਹਨ ਪ੍ਰਲਪਤ ਕਰਮ ਜਿਨ੍ਹਾਂ ਨਾਲ ਅਸੀਂ ਜਨਮ ਲੈ ਕੇ ਆਏ ਹਾਂ ਜਿਸ ਕਿਸਮਤ ਨੂੰ ਲੈ ਕੇ ਅਸੀਂ ਜੰਮੇ ਹਾਂ ਉਹ ਪ੍ਰਲਬਧ ਕਰਮ ਹਨ ਉਹਨਾਂ ਨੂੰ ਅਸੀਂ ਕਿਸਮਤ ਜਾਂ ਨਸੀਬ ਕਹਿੰਦੇ ਹਾਂ ਜੋ ਅਸੀਂ ਇੱਥੇ ਕਰਦੇ ਹਾਂ ਉਹ ਕਿਰਿਆਮਾਨ ਹਨ ਪਾਵ ਨਵੀਆਂ ਕਿਰਿਆਵਾਂ ਜੋ ਅਸੀਂ ਕਰ ਰਹੇ ਹਾਂ ਜਿਨ੍ਹਾਂ ਦੀ ਪ੍ਰਤੀਕਿਰਿਆ ਅੱਗੇ ਹੋਵੇਗੀ ਜਿਨ੍ਹਾਂ ਦਾ ਫਲ ਅੱਗੇ ਭੋਗਣਾ ਪਵੇਗਾ ਜੇ ਉਹ ਕਰਮ ਇੱਕ ਜੀਵਨ ਵਿੱਚ ਨਾ ਸਮਾ ਸਕਣ ਤਾਂ ਉਹ ਇੱਕ ਰਿਜ਼ਰਵ ਖਾਤੇ ਵਿੱਚ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ ਅਸੀਂ ਕਰਮਾਂ ਦਾ ਇੰਨਾ ਵੱਡਾ ਭੰਡਾਰ ਜਮ੍ਹਾਂ ਕਰ ਲਿਆ ਹੈ ਕਿ ਸਾਡੇ ਉੱਪਰ ਬੈਠੀ ਉਹ ਨਕਾਰਾਤਮਕ ਸ਼ਕਤੀ ਬਹੁਤ ਖੁਸ਼ ਹੋ ਰਹੀ ਹੈ ਕਹਿ ਰਹੀ ਹੈ ਇਹਨਾਂ ਲੋਕਾਂ ਕੋਲ ਵਾਪਸ ਜਾਣ ਦਾ ਕੋਈ ਮੌਕਾ ਨਹੀਂ ਹੈ ਅਸੀਂ ਇਸ ਸਥਿਤੀ ਵਿੱਚ ਫਸੇ ਹੋਏ ਹਾਂ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਯਕੀਨਨ ਉਹ ਸਭ ਜੋ ਇੱਥੇ ਬੈਠੇ ਹੋਏ ਹਨ ਜਦੋਂ ਅਸੀਂ ਵੱਖੋ-ਵੱਖ ਆਤਮਾ ਦੇ ਰੂਪ ਵਿੱਚ ਥੱਲੇ ਆ ਰਹੇ ਸੀ ਤਾਂ ਉਸ ਸਮੇਂ ਜ਼ਰੂਰ ਅਸਾਂ ਨੇ ਆਪਣੇ ਸਿਰਜਣਹਾਰ ਪਰਮ ਪਿਤਾ ਅੱਗੇ ਬੇਨਤੀ ਕੀਤੀ ਹੋਵੇਗੀ ਕਿ ਤੁਸੀਂ ਸਾਨੂੰ ਇੱਕ ਮਹਮ ਤੇ ਭੇਜਤਾ ਰਹੇ ਹੋ ਜਿਸ ਬਾਰੇ ਸਾਨੂੰ ਕੁਝ ਨਹੀਂ ਪਤਾ ਜ਼ਰੂਰ ਉਹ ਮਹਮ ਬਹੁਤ ਦਿਲਚਸਪ ਹੋਵੇਗੀ ਸਾਨੂੰ ਅਜਿਹੀਆਂ ਦਿਲਚਸਪੀਆਂ ਵਾਲੀਆਂ ਮਹਮਾਂ ਪਸੰਦ ਹਨ ਪਰ ਜੇਕਰ ਅਸੀਂ ਉਥੇ ਫਸ ਗਏ ਤਾਂ ਸਾਡੇ ਨਾਲ ਕੀ ਹੋਵੇਗਾ ਪਿਤਾ ਨੇ ਸਾਨੂੰ ਵਰਦਾਨ ਦਿੱਤਾ ਉਹਨਾਂ ਕਿਹਾ ਚਿੰਤਾ ਨਾ ਕਰੋ ਜੇਕਰ ਤੁਹਾਨੂੰ ਇਸ ਬੰਦੇ ਦਾ ਬਣਾਇਆ ਜਾਲ ਪਸੰਦ ਨਹੀਂ ਆਉਂਦਾ ਤਾਂ ਤੁਸੀਂ ਚਿੰਤਾ ਨਹੀਂ ਕਰਨੀ ਮੈਂ ਆਪਣੇ ਆਪ ਆਵਾਂਗਾ ਅਤੇ ਤੁਹਾਨੂੰ ਘਰ ਵਾਪਸ ਲੈ ਜਾਵਾਂਗਾ ਚਿੰਤਾ ਨਾ ਕਰੋ ਬਸ ਉਸ ਸਥਿਤੀ ਵਿੱਚ ਜਦੋਂ ਤੁਸੀਂ ਉਸ ਪ੍ਰਦਰਸ਼ਨ ਤੋਂ ਤੰਗ ਆ ਜਾਓ ਅਤੇ ਲੱਗੇ ਮੈਂ ਇਸ ਪ੍ਰਬੰਧ ਵਿੱਚ ਹੋਰ ਨਹੀਂ ਰਹਿਣਾ ਚਾਹੁੰਦਾ ਬਹੁਤ ਹੋ ਗਿਆ ਮੈਂ ਘਰ ਵਾਪਸ ਜਾਣਾ ਚਾਹੁੰਦਾ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਜਿਗਿਆਸਾ ਕਰੋਗੇ ਤਾਂ ਮੈਂ ਆਪਣੇ ਆਪ ਆ ਕੇ ਤੁਹਾਨੂੰ ਵਾਪਸ ਕਰ ਲੈ ਜਾਵਾਂਗਾ ਇਹ ਵਾਅਦਾ ਵੱਡੀ ਮਾਤਰਾ ਦੀ ਰੂਹਾ ਨਾਲ ਕੀਤਾ ਗਿਆ ਸੀ ਪਰ ਇਹ ਸਾਰੀਆਂ ਰੂਹਾ ਨਾਲ ਨਹੀਂ ਸੀ ਕੀਤਾ ਗਿਆ ਅਸਲ ਵਿੱਚ ਗਿਣਤੀ ਥੋੜੀ ਸੀ ਕੁੱਲ ਮੌਜੂਦ ਰੂਹਾ ਵਿੱਚੋਂ ਤੁਸੀਂ ਕਹਿ ਸਕਦੇ ਹੋ ਵੱਤ ਉਹ 10% ਨੂੰ ਇਹ ਭਰੋਸਾ ਮਿਲਿਆ ਸੀ ਅੱਜ ਇਸ ਆਡੀਟੋਰੀਅਮ ਵਿੱਚ ਬੈਠੇ ਅਸੀਂ ਉਸ 10% ਦਾ ਹਿੱਸਾ ਹਾਂ ਕਿਉਂਕਿ ਅਸੀਂ ਜਿਗਿਆਸੂ ਹਾਂ ਅਸੀਂ ਉਸ ਭਾਲ ਵਿੱਚ ਇੱਥੇ ਆਏ ਹਾਂ ਉਸ ਪਰਮਾਤਮਾ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਉਹ ਕਿਸ ਤਰ੍ਹਾਂ ਇਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਕਿਉਂਕਿ ਜਦੋਂ ਉਸ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਖੁਦ ਆ ਕੇ ਸਾਨੂੰ ਵਾਪਸ ਕਰ ਲਿਆ ਜਾਵੇਗਾ ਤਾਂ ਉਸ ਵਰਦਾਨ ਦਾ ਕੀ ਹੋਵੇਗਾ ਜੋ ਪਰਮਾਤਮਾ ਨੇ ਉਸ ਨਕਾਰਾਤਮਕ ਸ਼ਕਤੀ ਨੂੰ ਸੰਸਾਰ ਪੈਦਾ ਕਰਨ ਲਈ ਦਿੱਤਾ ਸੀ ਤਾਂ ਉਸ ਨਕਾਰਾਤਮਕ ਸ਼ਕਤੀ ਨੂੰ ਪਰਮਾਤਮਾ ਨਾਲ ਸੌਦਾ ਕਰਨਾ ਪੈਣਾ ਸੀ ਮੇਰੀ ਕਹਾਣੀ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਕਹੇ ਜਾਣ ਵਾਲ ਧਿਆਨ ਨਾ ਦਿਓ ਕਿ ਉਹ ਕਿ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਦੱਸਿਆ ਨਹੀਂ ਜਾ ਸਕਦਾ ਇਹ ਸ਼ਾਬਦਿਕ ਕਹਾਣੀ ਨਹੀਂ ਹੈ ਇਹ ਸ਼ਾਬਦਿਕ ਨਹੀਂ ਵਾਪਰੇ ਪਰ ਇਹ ਸਿਰਫ ਇਸ ਨੂੰ ਜ਼ਾਹਿਰ ਕਰਨ ਦਾ ਤਰੀਕਾ ਹੈ ਵੈਸੇ ਅਨੁਰਾਗ ਸਾਗਰ ਵਿੱਚ ਧਰਮਦਾਸ ਨਾਲ ਗੱਲਬਾਤ ਕਰਦਿਆ ਕਬੀਰ ਨੇ ਵੀ ਉਸ ਨੂੰ ਬਾਰ-ਬਾਰ ਯਾਦ ਕਰਾਇਆ ਸੀ ਕਿ ਇਸ ਨੂੰ ਸ਼ਾਬਦਿਕ ਨਾ ਲਾਓ ਕਬੀਰ ਸਾਹਿਬ ਨੇ ਕਿਹਾ ਮੈਂ ਕਿਸੇ ਚੀਜ਼ ਨੂੰ ਬਿਆਨ ਕਰਨ ਲਈ ਇੱਕ ਕਹਾਣੀ ਦੀ ਵਰਤੋਂ ਕਰ ਰਿਹਾ ਹਾਂ ਤਾਂ ਉਹ ਨਕਾਰਾਤਮਕ ਸ਼ਕਤੀ ਕਹਿੰਦੀ ਹੈ ਦੇਖੋ ਤੁਸੀਂ ਮੈਨੂੰ ਇੱਕ ਵਰਦਾਨ ਦਿੱਤਾ ਸੀ ਹੁਣ ਤੁਸੀਂ ਮੇਰੇ ਤੋਂ ਉਸ ਵਰਦਾਨ ਨੂੰ ਕਿਸ ਤਰ੍ਹਾਂ ਵਾਪਸ ਲੈ ਸਕਦੇ ਹੋ ਪਰਮ ਪਿਤਾ ਕਹਿੰਦੇ ਹਨ ਮੈਂ ਤੇਰੇ ਤੋਂ ਵਰਦਾਨ ਵਾਪਸ ਨਹੀਂ ਲੈ ਰਿਹਾ ਮੈਂ ਸਿਰਫ ਉਹਨਾਂ 10% ਥੋੜੀਆਂ ਰੂਹਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਲਾਗੂ ਕਰਨ ਜਾ ਰਿਹਾ ਹਾਂ ਏ ਉਹ ਰੁਹਾਹਾਂ ਜੋ ਤੇਰੀ ਦੁਨੀਆ ਅੰਦਰ ਜਗਿਆਸੂ ਬਣ ਜਾਣਗੀਆਂ ਅਤੇ ਮੈਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦਾ ਹਾਂ ਨਕਾਰਾਤਮਕ ਸ਼ਕਤੀ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਜੇ ਤੁਸੀਂ ਸੰਸਾਰ ਵਿੱਚ ਆ ਗਏ ਅਤੇ ਸਾਰੇ ਲੋਕ ਤੁਹਾਨੂੰ ਦੇਖ ਲੈਣਗੇ ਕਿ ਪ੍ਰਮਾਤਮਾ ਆਪ ਸਿਰਜਣਹਾਰ ਆਪ ਇੱਥੇ ਆਇਆ ਹੈ ਤਾਂ ਹਰ ਕੋਈ ਵਾਪਸ ਚਲਾ ਜਾਵੇਗਾ ਤੁਸੀਂ ਉਹਨਾਂ ਨੂੰ ਕਿਵੇਂ ਰੋਕ ਸਕੋਗੇ ਪਰੰਪੀਤਾ ਕਹਿੰਦੇ ਹਨ ਨਹੀਂ ਨਹੀਂ ਮੈਂ ਉਹੀ ਪੇਛ ਤਾਰਨ ਕਰਕੇ ਆਵਾਂਗਾ ਜੋ ਤੂੰ ਹੋਰ ਲੋਕਾਂ ਨੂੰ ਦਿੱਤਾ ਹੋਇਆ ਹੈ ਮੈਂ ਇੱਕ ਆਮ ਇਨਸਾਨ ਵਾਂਗ ਆਵਾਂਗਾ ਮੈਂ ਇਸ ਤਰ੍ਹਾਂ ਦੇ ਆਮ ਟੰਗ ਨਾਲ ਆਵਾਂਗਾ ਕਿ ਜਿਗਿਆਸੂ ਤੋਂ ਸਵਾ ਕੋਈ ਵੀ ਮੈਨੂੰ ਪਛਾਣ ਨਹੀਂ ਸਕੇਗਾ ਕੇਵਲ ਜਿਗਿਆਸੂ ਜਾਣ ਸਕਣਗੇ ਅਤੇ ਮੈਂ ਉਹਨਾਂ ਦੀ ਪਾਲ ਕਰਾਂਗਾ ਉਹ ਜਿੱਥੇ ਵੀ ਹੋਣਗੇ ਮੈਂ ਉਹਨਾਂ ਨੂੰ ਲੱਭ ਲਵਾਂਗਾ ਚਿੰਤਾ ਨਾ ਕਰ ਉਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਕੁਝ ਹੋਰ ਵਰਦਾਨ ਦੇ ਸਕਦੇ ਹੋ ਇਹ ਯਕੀਨੀ ਬਣਾਉਣ ਲਈ ਕਿ ਮੇਰਾ ਪ੍ਰਬੰਧ ਅਸਫਲ ਨਾ ਹੋਵੇ ਪਰਮਪੀਤਾ ਕਹਿੰਦੇ ਹਨ ਠੀਕ ਹੈ ਹੋਰ ਕਿਹੜੇ ਵਰਦਾਨ ਚਾਹੁੰਦਾ ਹੈ ਉਸਨੇ ਕਿਹਾ ਪਹਿਲਾ ਇਹ ਕਿ ਜਦੋਂ ਤੁਸੀਂ आओ ਤਾਂ ਜਗਿਆਸੂ ਨਿੱਜੀ ਤੌਰ ਤੇ ਤੁਹਾਡੀ ਭਾਲ ਕਰੇਗਾ ਦੂਜੇ ਬੰਦੇ ਉਸ ਦੇ ਪਾਲਲਾਲ ਪ੍ਰਭਾਵਿਤ ਨਹੀਂ ਹੋਣਗੇ ਮੈਂ ਨਹੀਂ ਚਾਹੁੰਦਾ ਕਿ ਹਰ ਕੋਈ ਜਿਗਿਆਸੂ ਦੇ ਮਗਰ દોੜੇ ਉਹ ਵਿਅਕਤੀਗਤ ਜਾਂ ਇੰਡੀਵਿਜੂਅਲ ਤੌਰ ਤੇ ਪਾਲ ਕਰੇਗਾ ਦੂਜੇ ਉਸ ਉੱਤੇ ਵਿਸ਼ਵਾਸ ਨਾ ਕਰ ਤੁਸੀਂ ਇਹ ਯਕੀਨੀ ਬਣਾਓ ਕਿ ਜਦੋਂ ਉਹ ਤੁਹਾਡੀ ਪਾਲ ਕਰੇ ਅਤੇ ਤੁਸੀਂ ਉਹਨਾਂ ਨੂੰ ਲੱਭ ਲਵੋ ਤਾਂ ਕੋਈ ਹੋਰ ਆਲੇ ਦੁਆਲੇ ਦਾ ਵਿਅਕਤੀ ਉਸ ਤੋਂ ਪ੍ਰਭਾਵਿਤ ਨਾ ਹੋ ਸਕੇ ਉਹ ਸਿਰਫ ਆਪਣੇ ਦੁਵਾਲੇ ਦੇ ਜਗਿਆਸੂਆਂ ਨੂੰ ਹੀ ਪ੍ਰਭਾਵਿਤ ਕਰ ਸਕੇ ਕਿ ਤੁਸੀਂ ਇਹ ਨਿਸ਼ਚਿਤ ਕਰ ਸਕਦੇ ਹੋ ਪਰਮਪੀਤਾਨੇ ਕਿਹਾ ਹਾਂ ਉਸ ਨੂੰ ਹੋਰ ਜਗਿਆਸੂਆ ਦੇ ਵਿੱਚ ਰੱਖ ਦਵੇਂ ਅਤੇ ਇਹ ਸੁਨਿਸ਼ਚਿਤ ਕਰ ਲਈ ਕਿ ਸਾਰੇ ਸ਼ੱਕੀ ਬੰਦੇ ਉਸ ਦੇ ਆਲੇ ਦੁਆਲੇ ਹੋਣ ਉਹ ਨੈਗੇਟਿਵ ਸ਼ਕਤੀ ਕਹਿੰਦੀ ਹੈ ਦੂਜਾ ਇਹ ਸੁਨਿਸ਼ਚਿਤ ਕਰ ਕਿ ਹਰ ਉਹ ਵਿਅਕਤੀ ਆਪਣੀ ਪਿਛਲੀ ਜ਼ਿੰਦਗੀ ਨੂੰ ਭੁੱਲ ਜਾਵੇ ਅਤੇ ਜੋ ਵੀ ਉਸਨੇ ਆਪਣੀ ਪਿਛਲੀ ਜ਼ਿੰਦਗੀ ਵਿੱਚ ਕੀਤਾ ਹੈ ਉਸ ਨੂੰ ਭੁੱਲ ਜਾਵੇ ਉਸ ਨੂੰ ਕੁਝ ਵੀ ਯਾਦ ਨਾ ਰਹੇ ਕਿ ਉਹ ਕਿਦਰੋਂ ਆਇਆ ਹੈ ਇਹ ਕਿਵੇਂ ਹੋਇਆ ਕਰਮਾ ਦੇ ਨਿਯਮ ਕੀ ਹਨ ਉਹ ਕਿਵੇਂ ਕੰਮ ਕਰਦੇ ਹਨ ਉਹ ਇਹ ਸਭ ਕੁਝ ਭੁੱਲ ਜਾਵੇ ਪਰਮ ਪਿਤਾ ਨੇ ਕਿਹਾ ਇਦਾਂ ਹੀ ਹੋਵੇਗਾ ਉਹ 네ਗੇਟਿਵ ਸ਼ਕਤੀ ਫਿਰ ਕਹਿੰਦੀ ਹੈ ਤੀਜਾ ਵਚਨ ਇਹ ਦੇਵੋ ਕਿ ਤੁਸੀਂ ਲੋਕਾਂ ਨੂੰ ਦਰਸਾਉਣ ਲਈ ਜੰਮ ਤੱਕ ਤੌਰ ਤੇ ਕੋਈ ਚਮਤਕਾਰ ਨਹੀਂ ਕਰੋਗੇ ਇਹ ਨਹੀਂ ਦੱਸ ਸਕੋਗੇ ਕਿ ਤੁਸੀਂ ਦੁਜਿਆਂ ਤੋਂ ਵੱਖਰੇ ਹੋ ਤੁਸੀਂ ਉਹਨਾਂ ਵਰਗੇ ਹੋਵੋਗੇ ਪਰਮਪੀਤਾ ਬੋਲੇ ਠੀਕ ਹੈ ਇਹ ਵਰਦਾਨ ਵੀ ਦਿੱਤਾ ਸੋ ਪਰਮੇਸ਼ਰ ਨੇ ਇੱਕ ਅਜੀਹੀ ਵਿਵਸਥਾ ਤਿਆਰ ਕਰ ਦਿੱਤੀ ਜਿਸ ਨਾਲ ਇਹ ਵਿਵਸਥਾ ਚੱਲ ਸਕੇ ਪਰਮੇਸ਼ਵਰ ਨੇ ਸੋਚਿਆ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਕ ਰੂਹ ਜੋ ਗਿਆਨਵਾਨ ਹੋਵੇ ਤੇ ਮੇਰੇ ਵਿੱਚ ਕੰਮ ਕਰੇ ਮੈਂ ਉਸ ਰੂਹ ਨੂੰ ਆਪਣੇ ਨਾਲ ਤਬਦੀਲ ਕਰ ਲਵਾਂਗਾ ਇਹ ਕਿਸ ਤਰ੍ਹਾਂ ਹੋਵੇਗਾ ਉਸ ਨੂੰ ਉਹ ਸਭ ਅਨੁਭਵ ਦੇ ਕੇ ਜਿਸ ਵਿੱਚ ਉਹ ਇਹ ਸ੍ਰਿਸ਼ਟੀ ਗੁਜ਼ਰੀ ਹੈ ਅਜਿਹਾ ਕਰਕੇ ਉਹ ਰੂਹ ਮੇਰੇ ਲਈ ਕੰਮ ਕਰੇਗੀ ਮੈਂ ਇੱਕ ਇਨਸਾਨ ਸਧਾਰਨ ਇਨਸਾਨ ਬਣਾਵਾਂਗਾ ਬਿਲਕੁਲ ਕਿਸੇ ਹੋਰ ਵਾਂਗ ਪਰ ਉਸ ਕੋਲ ਗਿਆਨ ਹੋਵੇਗਾ ਕਿ ਉਹ ਕੌਣ ਹੈ ਉਸ ਕੋਲ ਗਿਆਨ ਹੋਵੇਗਾ ਕਿ ਸਭ ਤੋਂ ਸਿਖਰ ਤੇ ਕੌਣ ਕੰਮ ਕਰ ਰਿਹਾ ਹੈ ਉਸ ਨੂੰ ਅਹਿਸਾਸ ਹੋਵੇਗਾ ਉਹ ਕੰਮ ਕਰਨ ਵਾਲਾ ਕੋਈ ਮਨੁੱਖ ਨਹੀਂ ਹੈ ਬਲਕਿ ਉਹ ਖੁਦ ਪਰਮਾਤਮਾ ਹੈ ਉਸ ਕੋਲ ਇਸ ਦਾ ਅਨੁਭਵ ਹੋਵੇਗਾ ਫਿਰ ਉਹ ਜਾ ਕੇ ਆਮ ਮਨੁੱਖੀ ਤਰੀਕਿਆਂ ਨਾਲ ਰੂਹਾਂ ਨੂੰ ਚੁਣੇਗਾ ਅਤੇ ਬਾਕੀ ਸ੍ਰਿਸ਼ਟੀ ਵਿੱਚ ਦਖਲ ਨਹੀਂ ਦੇਵੇਗਾ ਸੋ ਇਹ ਸਾਰੀ ਵਿਵਸਥਾ ਬਣਾਈ ਗਈ ਜਿਸ ਦੁਆਰਾ ਪਰਮ ਸੰਤ ਸਤਗੁਰੂ ਆਏ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਹਨ ਕਿਸੇ ਅਜਿਹੀ ਰੂਹ ਨੂੰ ਜੋ ਆਪਣੀ ਕਿਸਮਤ ਤੋਂ ਅਣਜਾਣ ਹੋਵੇ ਉਸ ਨੂੰ ਚੁਣਿਆ ਜਾਂਦਾ ਹੈ ਇਹ ਜ਼ਿਆਦਾਤਰ ਉਸ ਦੇ ਕਰਮਾ ਕਰਕੇ ਹੁੰਦਾ ਹੈ ਕੁਝ ਹੋਰ ਆਧਾਰ ਵੀ ਹੁੰਦੇ ਹਨ ਇੱਕ ਵਿਅਕਤੀ ਇੱਕ ਪ੍ਰਾਣੀ ਨੂੰ ਚੁਣਿਆ ਜਾਂਦਾ ਹੈ ਜੋ ਪੈਦਾ ਹੁੰਦਾ ਹੈ ਅਤੇ ਇੱਕ ਅਜਿਹੇ ਵਿਅਕਤੀ ਨੂੰ ਮਿਲਦਾ ਹੈ ਜੋ ਪਹਿਲਾਂ ਹੀ ਇੱਕ ਪਰਮ ਸੰਤ ਸਤਿਗੁਰੂ ਵਜੋਂ ਕੰਮ ਕਰ ਰਿਹਾ ਹੁੰਦਾ ਹੈ ਉਹ ਵਿਅਕਤੀ ਨਾਮદાન ਦੀ ਦੇਖਿਆ ਪ੍ਰਾਪਤ ਕਰਦਾ ਹੈ అనుभव ਪ੍ਰਾਪਤ ਕਰਦਾ ਹੈ ਉਹ ਸਾਰੀ ਗੱਲ ਜਾਣ ਜਾਂਦਾ ਹੈ ਅਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਇੱਕ ਜ਼ਿੰਮੇਵਾਰੀ ਨਿਭਾਉਣੀ ਹੈ ਜੋ ਉਹ ਨਹੀਂ ਕਰੇਗਾ ਬਲਕਿ ਸਿਰਜਣਹਾਰ ਖੁਦ ਨਿਭਾਵੇਗਾ ਅਸੀਂ ਉਸ ਵਿਅਕਤੀ ਨੂੰ ਇੱਕ ਪਰਮ ਸੰਤ ਸਤਗੁਰੂ ਜਾਂ ਕਾਮਲ ਮੁਰਸ਼ਿਦ ਆਖਦੇ ਹਾਂ ਅਜਿਹੀ ਵਿਵਸਥਾ ਬਣਾਈ ਗਈ ਅਤੇ ਇਹ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਬੇਸ਼ੱਕ ਸਾਰੀਆਂ ਸ਼ਰਤਾਂ ਜੋ ਲਾਗੂ ਕੀਤੀਆਂ ਗਈਆਂ ਸਨ ਉਹ ਵੀ ਚੱਲ ਰਹੀਆਂ ਹਨ ਫਿਰ ਵੀ ਜਦੋਂ ਇੱਕ ਪਰਮ ਸੰਤ ਸਤਗੁਰੂ ਸਪੇਸ ਅਤੇ ਸਮੇਂ ਵਿੱਚ ਆਉਂਦਾ ਹੈ ਉਹ ਹਰ ਸਮੇਂ ਲਈ ਨਹੀਂ ਆ ਸਕਦਾ ਕਿਉਂਕਿ ਉਸ ਨੂੰ ਇੱਕ ਇਨਸਾਨ ਦੇ ਰੂਪ ਵਿੱਚ ਆਉਣਾ ਹੁੰਦਾ ਹੈ ਉਹ ਸਾਰੀਆਂ ਥਾਵਾਂ ਤੇ ਨਹੀਂ ਜਾ ਸਕਦਾ ਕਿਉਂਕਿ ਇੱਕ ਮਨੁੱਖ ਸਾਰੀਆਂ ਥਾਵਾਂ ਤੇ ਸੇਵਾ ਨਹੀਂ ਨਿਭਾ ਸਕਦਾ ਅਤੇ ਉਹ ਇੱਕ ਅਜਿਹੇ ਖੇਤਰ ਵਿੱਚ ਆਉਂਦਾ ਹੈ ਜਿੱਥੇ ਉਹ ਜਿਗਿਆਸੂ ਰੂਹਾਂ ਮੌਜੂਦ ਹੁੰਦੀਆਂ ਹਨ ਉਸ ਨੇ ਉਹਨਾਂ ਰੂਹਾਂ ਨੂੰ ਚੁੱਕਣਾ ਹੁੰਦਾ ਹੈ ਅਤੇ ਉਹ ਇਦਾਂ ਹੀ ਕਰਦਾ ਹੈ ਪਰਮਪਿਤਾ ਆਪਣਾ ਕੰਮ ਕਰਦੇ ਹੋਏ ਇੱਕ ਸੂਚੀ ਤਿਆਰ ਕਰਦੇ ਹਨ ਕਿ ਉਸ ਖਾਸ ਵਿਅਕਤੀ ਨੇ ਕਿਸੇ ਖਾਸ ਖੇਤਰ ਵਿੱਚ ਕਿਸੇ ਖਾਸ ਸਮੇਂ ਤੇ ਕੰਮ ਕਰਨਾ ਹੈ ਇੱਕ ਛੋਟੀ ਯਹੀ ਸੂਚੀ ਬਣਾਈ ਜਾਂਦੀ ਹੈ ਉਸ ਛੋਟੀ ਯਹੀ ਸੂਚੀ ਵਿੱਚ ਉਹਨਾਂ ਲੋਕਾਂ ਦੇ ਨਾਮ ਹੁੰਦੇ ਹਨ ਜਿਨ੍ਹਾਂ ਨੂੰ ਚੁੱਕਣਾ ਹੁੰਦਾ ਹੈ ਅਤੇ ਫਿਰ ਉਹ ਸੂਚੀ ਉਸ ਖਾਸ ਮਨੁੱਖ ਨੂੰ ਸੌਂਪ ਦਿੱਤੀ ਜਾਂਦੀ ਹੈ ਉਹ ਖਾਸ ਮਨੁੱਖ ਉਸ ਸੂਚੀ ਨੂੰ ਵੇਖਦਾ ਹੋਇਆ ਕਹਿੰਦਾ ਹੈ ਚੰਗਾ ਇਹ ਰੋਹਾਂ ਇਹਨਾਂ ਥਾਵਾਂ ਤੇ ਮਨੁੱਖੀ ਸਰੀਰਾਂ ਵਿੱਚ ਨਿਵਾਸ ਕਰ ਰਹੀਆਂ ਹਨ ਹੁਣ ਉਹ ਆਪਣੀਆਂ ਅੱਖਾਂ ਦੇ ਵਰਤੋਂ ਨਹੀਂ ਕਰ ਰਿਹਾ ਹੁੰਦਾ ਉਹ ਆਪਣਾ ਮਨ ਨਹੀਂ ਵਰਤ ਰਿਹਾ ਹੁੰਦਾ ਉਹ ਆਪਣਾ ਸਰੀਰ ਵੀ ਨਹੀਂ ਵਰਤ ਰਿਹਾ ਹੁੰਦਾ ਰੋਹਾਂ ਨੂੰ ਚੁਣਨ ਵਿੱਚ ਉਸ ਦੀ ਅਗਵਾਈ ਸਮੁੱਚੀ ਚੇਤਨਾ ਦੀ ਸ਼ਕਤੀ ਕਰ ਰਹੀ ਹੁੰਦੀ ਹੈ ਉਹ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਸਿਰਜਦਾ ਹੈ ਜ਼ਰੂਰਤ ਪੈਣ ਤੇ ਕਿਸਮਤ ਨੂੰ ਬਦਲ ਦਿੰਦਾ ਹੈ ਜੇ ਜ਼ਰੂਰਤ ਪਵੇ ਤਾਂ ਕਿਸਮਤ ਨੂੰ ਸ਼ੁਰੂ ਤੋਂ ਹੀ ਬਦਲ ਦਿੰਦਾ ਹੈ ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਰੂਹਾ ਉਸ ਦੇ ਸੰਪਰਕ ਵਿੱਚ ਆਉਣ ਜਦੋਂ ਉਹ ਰੂਹਾ ਉਸ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਕਿਸੇ ਆਮ ਇਨਸਾਨ ਵਾਂਗ ਉਹ ਵੀ ਆਪਣੇ ਮਨ ਨਾਲ ਭੱਜੇ ਹੋਏ ਹੁੰਦੇ ਹਨ ਉਹਨਾਂ ਵਿੱਚ ਵੀ ਸ਼ੱਕ ਦਰ ਅਤੇ ਸੰਦੇਹ ਦੀਆਂ ਭਾਵਨਾਵਾਂ ਹੁੰਦੀਆਂ ਹਨ ਪਰ ਪਰਮ ਸੰਤ ਸਤਗੁਰੂ ਇਸ ਦੀ ਪ੍ਰਵਾਹ ਨਹੀਂ ਕਰਦੇ ਉਹ ਕਹਿੰਦੇ ਹਨ ਇਹ ਤਾਂ ਨਕਾਰਾਤਮਕ ਸ਼ਕਤੀ ਦੀ ਭੂਮਿਕਾ ਹੈ ਇਹ ਮੇਰੀ ਭੂਮਿਕਾ ਨਹੀਂ ਹੈ ਉਹ ਭੂਮਿਕਾ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੇ ਹਨ ਕਾਲ ਸਮੇਂ ਦੀ ਭੂਮਿਕਾ ਅਤੇ ਦਿਆਲ ਮਿਹਰਬਾਨ ਦੀ ਭੂਮਿਕਾ ਉਹ ਦਿਆਲ ਜੋ ਸਾਨੂੰ ਵਾਪਸ ਲੈ ਕੇ ਜਾਵੇਗਾ ਉਹ ਕਾਰਜ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੰਦੇ ਹਨ ਉਹ ਕਹਿੰਦੇ ਹਨ ਮੇਰਾ ਮਨ ਦੀ ਭੂਮਿਕਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰਾ ਕੰਮ ਰੂਹ ਨਾਲ ਹੈ ਮੈਂ ਰੂਹ ਨੂੰ ਵਾਪਸ ਘਰ ਲੈ ਜਾਣਾ ਹੈ ਮੈਂ ਸਰੀਰ ਨੂੰ ਨਹੀਂ ਵਾਪਸ ਘਰ ਲੈ ਜਾ ਰਿਹਾ ਮੈਂ ਮਨ ਨੂੰ ਵਾਪਸ ਘਰ ਨਹੀਂ ਲੈ ਜਾ ਰਿਹਾ ਮੈਂ ਕਿਸੇ ਹੋਰ ਚੀਜ਼ ਨੂੰ ਨਹੀਂ ਲੈ ਜਾ ਰਿਹਾ ਮੈਂ ਇਸ ਸੰਸਾਰ ਨੂੰ ਵਾਪਸ ਘਰ ਨਹੀਂ ਲੈ ਜਾ ਰਿਹਾ ਮੇਰੀ ਭੂਮਿਕਾ ਤਾਂ ਮਾਰਗ ਸੋਲ ਜਾਂ ਨਿਸ਼ਾਨਬੰਦ ਰੂਹਾਂ ਨੂੰ ਵਾਪਸ ਘਰ ਲਿਜਾਣ ਤੱਕ ਸੀਮਤ ਹੈ ਇਸ ਲਈ ਇਤਫਾਕ ਅਤੇ ਕਿਸਮਤ ਦੇ ਅਨੋਖੇ ਖੇਲ ਨਾਲ ਉਹ ਲੋਕ ਜੋ ਉਸ ਦੀ ਸੂਚੀ ਵਿੱਚ ਹੁੰਦੇ ਹਨ ਉਹਨਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ ਉਹ ਉਹਨਾਂ ਨਾਲ ਇੱਕ ਖਾਸ ਕਿਸਮ ਦਾ ਰਸਮੀ ਸੰਪਰਕ ਕਰਦਾ ਹੈ ਜਿਸ ਨੂੰ ਨਾਮਦਾਨ ਦੀ ਦੇਖਿਆ ਕਹਿੰਦੇ ਹਨ ਇਹ ਇੱਕ ਰਸਮੀ ਚੀਜ਼ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਸੂਚੀ ਮਿਲੀ ਹੋਈ ਹੁੰਦੀ ਹੈ ਜਦੋਂ ਕਿਸੇ ਕੋਲ ਕੋਈ ਸੂਚੀ ਹੋਵੇ ਅਤੇ ਉਸ ਨੇ ਤਾਂ ਉਸ ਵਿਅਕਤੀ ਨੂੰ ਚੁਕਣਾ ਹੀ ਹੁੰਦਾ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੇ ਕਿਸੇ ਨੂੰ ਚੁਣਨਾ ਹੁੰਦਾ ਹੈ ਉਹ ਤਾਂ ਪਹਿਲਾਂ ਹੀ ਚੁਣੇ ਗਏ ਹੁੰਦੇ ਹਨ ਉਹ ਤਾਂ ਪਹਿਲਾਂ ਹੀ ਸੂਚੀ ਵਿੱਚ ਹੁੰਦੇ ਹਨ ਪਰ ਉਹ ਰਸਮੀ ਕਿਰਿਆ ਕਰਦੇ ਹਨ ਉਹ ਨਿਰਦੇਸ਼ਾਂ ਅਤੇ ਨਾਮਦਾਨ ਦੀ ਦੇਖਿਆ ਇਨਾ ਚੀਜ਼ਾਂ ਦੀ ਰਸਮੀ ਕਿਰਿਆ ਕਰਦੇ ਹਨ ਇਹ ਹੈ ਇੱਕ ਪਰਮ ਸੰਤ ਸਤਗੁਰੂ ਦੀ ਭੂਮਿਕਾ ਤੁਸੀਂ ਹੈਰਾਨ ਹੋਵੋਗੇ ਕਿ ਇਹ ਵਿਵਸਥਾ ਕਿੰਨੇ ਆਸਾਨ ਅਤੇ ਨਿਰਵਿਗੰ ਤਰੀਕੇ ਨਾਲ ਕੰਮ ਕਰਦੀ ਹੈ ਸੋ ਉਹ ਪਰਮ ਸੰਤ ਸਤਗੁਰੂ ਆਪਣਾ ਕੰਮ ਕਰਦਾ ਹੈ ਰੂਹਾਂ ਨੂੰ ਘਰ ਲੈ ਜਾਂਦਾ ਹੈ ਇਸ ਕਾਰਵਾਈ ਦੌਰਾਨ ਕਿਉਂਕਿ ਇਹ ਸੰਤ ਸਤਗੁਰੂ ਪਰਮ ਪਿਤਾ ਪਰਮੇਸ਼ਰ ਹੀ ਹੁੰਦੇ ਹਨ ਉਹਨਾਂ ਦੀ ਚੇਤਨਾ ਵਿੱਚ ਪਰਮੇਸ਼ਵਰ ਦੀ ਸ਼ਕਤੀ ਹੁੰਦੀ ਹੈ ਅਤੇ ਬੇਸ਼ੱਕ ਬਹੁਤ ਸਾਰੀਆਂ ਹੋਰ ਰੂਹਾਂ ਵੀ ਆਉਂਦੀਆਂ ਹਨ ਅਤੇ ਉਹਨਾਂ ਨੂੰ ਸੁਣਦੀਆਂ ਹਨ ਇਸ ਲਈ ਬਹੁਤ ਸਾਰੇ ਆਉਂਦੇ ਹਨ ਪਰ ਉਹ ਸਾਰੀਆਂ ਚੁਣੀਆਂ ਹੋਈਆਂ ਰੂਹਾਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਉਹ ਘਰ ਵਾਪਸ ਲੈ ਜਾਵੇ ਉਸਨੇ ਚੁਣੀਆਂ ਹੋਈਆਂ ਰੂਹਾਂ ਨੂੰ ਹੀ ਵਾਪਸ ਲੈ ਕੇ ਜਾਣਾ ਹੁੰਦਾ ਹੈ ਫਿਰ ਹੋਰਾਂ ਦਾ ਕੀ ਹੁੰਦਾ ਹੈ ਉਹਨਾਂ ਦੂਜਿਆਂ ਜਿਨ੍ਹਾਂ ਨੂੰ ਪਰਮ ਸੰਤ ਸਤਗੁਰੂ ਦੇ ਸਪਰਕ ਵਿੱਚ ਆਉਣ ਦਾ ਅਜੀਬ ਅਨੁਭਵ ਪ੍ਰਾਪਤ ਹੁੰਦਾ ਹੈ। ਉਹਨਾਂ ਨਾਲ ਕੀ ਹੁੰਦਾ ਹੈ? ਉਹ ਉਹਦੋਂ ਤੋਂ ਹੀ ਚਿੰਨਿਤ ਜਾਂ ਮਾਰਕਡ ਹੋ ਜਾਂਦੇ ਹਨ। ਜ਼ਰੂਰੀ ਨਹੀਂ ਕਿ ਉਹਨਾਂ ਨੇ ਵੀ ਉਸੇ ਵਿਅਕਤੀ ਉਸੇ ਪਰਮ ਸੰਤ ਸਤਗੁਰੂ ਦੁਆਰਾ ਨਾਮਦਾਨ ਮਿਲੇ ਪਰ ਉਹਨਾਂ ਨੂੰ ਵੀ ਜ਼ਰੂਰ ਇੱਕ ਦਿਨ ਨਾਮਦਾਨ ਦੀ ਦੇਖਿਆ ਮਿਲੇਗੀ ਅਤੇ ਉਹ ਉਸੇ 10% ਦਾ ਹਿੱਸਾ ਹੁੰਦੇ ਹਨ ਜੋ ਵਾਪਸ ਘਰ ਜਾਣਗੇ। ਮੈਂ ਤੁਹਾਨੂੰ ਇਹ ਲੰਬੀਆਂ ਲੰਬੀਆਂ ਕਹਾਣੀਆਂ ਸੁਣਾਉਂਦਾ ਖੁਦ ਭੁੱਲ ਗਿਆ ਕਿ ਅਸੀਂ ਇੱਥੇ ਅਭਿਆਸ ਲਈ ਹਾਂ ਆਓ ਅਸਲ ਵਿਸ਼ੇ ਤੇ ਵਾਪਸ ਚਲੀਏ ਅਸਲ ਵਿੱਚ ਅਜਿਹੀਆਂ ਕਹਾਣੀਆਂ ਕਈ ਵਾਰ ਸਾਡੇ ਮਨ ਨੂੰ ਸੰਤੁਸ਼ਟ ਕਰਦੀਆਂ ਹਨ ਇਹ ਕਹਾਣੀਆਂ ਸਾਡੇ ਮਨ ਲਈ ਹਨ ਸਾਰੇ ਬਾਹਰਲੇ ਵੇਰਵੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਹਾਂ ਉਹ ਸਾਡੇ ਮਨ ਲਈ ਹੁੰਦੇ ਹਨ ਜੇ ਮਨ ਸੰਤੁਸ਼ਟ ਹੋ ਜਾਂਦਾ ਹੈ ਤਾਂ ਉਹ ਸਾਡੀ ਤਰੱਕੀ ਵਿੱਚ ਬਹੁਤ ਜ਼ਿਆਦਾ ਦਖਲ ਨਹੀਂ ਦਿੰਦਾ ਦਰਅਸਲ ਜੇ ਮਨ ਸੰਤੁਸ਼ਟ ਹੋ ਜਾਂਦਾ ਹੈ ਤਾਂ ਉਹ ਅਭਿਆਸ ਵਿੱਚ ਵੀ ਸਹਾਇਤਾ ਕਰਦਾ ਹੈ ਇਸ ਲਈ ਅਭਿਆਸ ਦਾ ਪਹਿਲਾ ਕਦਮ ਸਭ ਤੋਂ ਮੁਸ਼ਕਲ ਹੁੰਦਾ ਹੈ ਅੰਦਰ ਜਾ ਕੇ ਬਾਹਰ ਨਾਲੋਂ ਵਧੇਰੇ ਸੁੰਦਰ ਵਧੇਰੇ ਸਵਾਦੀ ਵਧੇਰੇ ਲذیذ ਚੀਜ਼ ਨੂੰ ਦੇਖਣਾ ਅਭਿਆਸ ਦਾ ਸਭ ਤੋਂ ਮੁਸ਼ਕਲ ਹਿੱਸਾ ਹੈ ਇੱਕ ਵਾਰ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਤਾਂ ਮਨ ਵੀ ਇਸ ਨੂੰ ਪਸੰਦ ਕਰਦਾ ਹੈ ਜੇਕਰ ਮਨ ਇਸ ਨੂੰ ਪਸੰਦ ਕਰਦਾ ਹੈ ਤਾਂ ਉਹ ਅਭਿਆਸ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ ਉਦੋਂ ਤੱਕ ਮਨ ਵਿਰੋਧ ਕਰਦਾ ਰਹਿੰਦਾ ਹੈ ਰੁਕਾਵਟਾਂ ਪੈਦਾ ਕਰਦਾ ਰਹਿੰਦਾ ਹੈ ਇਹ ਮਨ ਰੁਕਾਵਟਾਂ ਨੂੰ ਕਿਸ ਤਰ੍ਹਾਂ ਪੈਦਾ ਕਰਦਾ ਹੈ ਮੁੱਖ ਰੁਕਾਵਟ ਇਹ ਹੈ ਕਿ ਅਭਿਆਸ ਦੌਰਾਨ ਇਹ ਹੋਰ ਚੀਜ਼ਾਂ ਬਾਰੇ ਸੋਚਣ ਲੱਗ ਜਾਂਦਾ ਹੈ ਉਸ ਰਾਤ ਉਹਨੂੰ ਜਿੱਦਾਂ ਤੁਸੀਂ ਅਸਲ ਵਿੱਚ ਜਾਣਾ ਚਾਹੁੰਦੇ ਹੋ ਜੇ ਤੁਸੀਂ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਤੁਹਾਡੇ ਅੱਗੇ ਬਹੁਤ ਸਾਰੀਆਂ ਅਜੇਹੀਆਂ ਚੀਜ਼ਾਂ ਲਿਆਵੇਗਾ ਜਿਸ ਬਾਰੇ ਤੁਸੀਂ ਸੋਚਣਾ ਨਹੀਂ ਚਾਹੁੰਦੇ ਨਾਲ ਹੀ ਇਹ ਉਹ ਚੀਜ਼ਾਂ ਬਾਰੇ ਵੀ ਸੋਚੇਗਾ ਜੋ ਤੁਸੀਂ ਸੋਚਣਾ ਚਾਹੁੰਦੇ ਇਹ ਤੁਹਾਨੂੰ ਉਸ ਜਗ੍ਹਾ ਤੇ ਰਹਿਣ ਨਹੀਂ ਦੇਵੇਗਾ ਜਿੱਥੇ ਤੁਸੀਂ ਅਭਿਆਸ ਕਰ ਰਹੇ ਹੋਗੇ ਉਹ ਹੈ ਅੱਖਾਂ ਦੇ ਪਿੱਛੇ ਇਹ ਤੁਹਾਨੂੰ ਉਥੋਂ ਹਟਾ ਦੇਵੇਗਾ ਤੁਸੀਂ ਅਚਾਨਕ ਮਹਿਸੂਸ ਕਰੋਗੇ ਕਿ ਤੁਸੀਂ ਕਿਤੇ ਹੋਰ ਹੋ ਤੁਹਾਨੂੰ ਆਪਣੇ ਆਪ ਨੂੰ ਬਾਰ ਬਾਰ ਵਾਪਸ ਲਿਜਾਣਾ ਪਵੇਗਾ ਇਸ ਤੋਂ ਬਾਅਦ ਇਹ ਮਨ ਸਭ ਤੋਂ ਵੱਡਾ ਖੇਡ ਖੇਡਦਾ ਹੈ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮਨ ਦੀ ਇਸ ਖੇਡ ਬਾਰੇ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਮਨ ਕਿਸੇ ਹੋਰ ਚੀਜ਼ ਬਾਰੇ ਸੋਚ ਕੇ ਤੁਹਾਨੂੰ ਉਸ ਜਗ੍ਹਾ ਤੋਂ ਪਹਰ ਤੱਕ ਦਿੰਦਾ ਹੈ ਫਿਰ ਤੁਸੀਂ ਇਸ ਨਾਲ ਲੜਦੇ ਹੋ ਕਹਿੰਦੇ ਹੋ ਨਹੀਂ ਅਤੇ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਸੀਂ ਵਾਪਸ ਪਹੁੰਚਦੇ ਹੋ ਤਾਂ ਇਹ ਤੁਹਾਨੂੰ ਇੱਕ ਵਾਰ ਫਿਰ ਮਜਬੂਰ ਕਰਦਾ ਹੈ ਤੁਸੀਂ ਫਿਰ ਲੜ ਕੇ ਵਾਪਸ ਆਉਂਦੇ ਹੋ ਇਦਾਂ ਨਿਰੰਤਰ ਚੱਲਦਾ ਰਹਿੰਦਾ ਹੈ ਫਿਰ 1 ਘੰਟਾ 2 ਘੰਟੇ 3 ਘੰਟੇ 10 ਘੰਟੇ ਦੇ ਅਭਿਆਸ ਤੋਂ ਬਾਅਦ ਤੁਸੀਂ ਬਿਲਕੁਲ ਥੱਕ ਜਾਂਦੇ ਹੋ ਕਿਉਂਕਿ ਤੁਸੀਂ ਹਰ ਸਮੇਂ ਲੜਦੇ ਰਹੇ ਅਤੇ ਤੁਹਾਨੂੰ ਕੁਝ ਨਹੀਂ ਮਿਲਿਆ ਤੁਸੀਂ ਹਰ ਸਮੇਂ ਲੜਦੇ ਰਹੇ ਤੁਸੀਂ ਛੋਟੀਆਂ ਛੋਟੀਆਂ ਲੜਾਈਆਂ ਜਿੱਤਦੇ ਰਹੇ ਪਰ ਮਨ ਵੱਡੀ ਲੜਾਈ ਜਿੱਤ ਜਾਂਦਾ ਹੈ ਮਨ ਦਾ ਕੰਮ ਸੀ ਤੁਹਾਨੂੰ ਲੜਾਈ ਵਿੱਚ ਉਲਝਾਈ ਰੱਖਣਾ ਅਤੇ ਉਹ ਸਫਲ ਹੋ ਜਾਂਦਾ ਹੈ ਇਸ ਲਈ ਇਹ ਇੱਕ ਬਹੁਤ ਵੱਡਾ ਉਪਕਰਣ ਹੈ ਜੋ ਇਹ ਮਨ ਸਾਡੇ ਅਭਿਆਸ ਦੀ ਸਫਲਤਾ ਵਿੱਚ ਰੁਕਾਵਟ ਪਾਉਣ ਲਈ ਵਰਤਦਾ ਹੈ ਇਸ ਦਾ ਕੀ ਹੱਲ ਹੈ ਹੱਲ ਸੋਖਾ ਹੈ ਇਸ ਵਿੱਚ ਮਨ ਨਾਲ ਥੋੜੀ ਜਹੀ ਮੁਹਾਰਤ ਥੋੜੀ ਜਹੀ ਚਲਾਕੀ ਅਤੇ ਥੋੜੀ ਜਹੀ ਕੂਟਨੀਤੀ ਦੀ ਜਰੂਰਤ ਹੈ ਉਹ ਕੀ ਹੈ ਮਨ ਨਾਲ ਲੜਨ ਦੀ ਕੋਸ਼ਿਸ਼ ਨਾ ਕਰੋ ਮਨ ਨੂੰ ਨજર ਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ ਜੇ ਮਨ ਕੁਝ ਸੋਚ ਰਿਹਾ ਹੈ ਉਸ ਨੂੰ ਕਹੋ ਤੂੰ ਆਪਣਾ ਕੰਮ ਕਰੇ ਚੱਲ ਮੈਂ ਇੱਥੇ ਹਾਂ ਇੱਥੇ ਹੀ ਰਹਾਗਾ ਜੇਕਰ ਤੂੰ ਕੁਝ ਹੋਰ ਸੋਚਣਾ ਚਾਹੁੰਦਾ ਹੈ ਤਾਂ ਸੋਚੀ ਜਾ ਮੈਂ ਤਾਂ ਇੱਥੇ ਹੀ ਰਹਾਗਾ ਮੈਂ ਕਿਤੇ ਨਹੀਂ ਜਾ ਰਿਹਾ ਮਨ ਨੂੰ ਸਪਸ਼ਟ ਕਹਿ ਦਿਓ ਕਿ ਤੁਸੀਂ ਉਸ ਦੀਆਂ ਚਾਹਾਂ ਨੂੰ ਸਮਝ ਚੁੱਕੇ ਹੋ ਤੁਸੀਂ ਉਸ ਨੂੰ ਬਹੁਤ ਵਾਰ ਵੇਖ ਚੁੱਕੇ ਹੋ ਤੂੰ ਜੋ ਵੀ ਸੋਚਣਾ ਚਾਹੁੰਦਾ ਹੈ ਸੋਚੀ ਚੱਲ ਮੈਂ ਕਿਤੇ ਨਹੀਂ ਜਾ ਰਿਹਾ ਇਸ ਦਾ ਮਤਲਬ ਹੈ ਕਿ ਮਨ ਨਾਲ ਲੜਨ ਦੀ ਬਜਾਏ ਮਨ ਨੂੰ ਨਜ਼ਰ ਅੰਦਾਜ਼ ਕਰੋ ਇਸ ਤਰ੍ਹਾਂ ਮਨ ਥੱਕ ਜਾਵੇਗਾ ਤੁਹਾਡੇ ਥੱਕਣ ਦੀ ਬਜਾਏ ਮਨ ਥੱਕ ਜਾਵੇਗਾ ਨਹੀਂ ਤਾਂ ਤੁਸੀਂ ਥੱਕ ਜਾਂਦੇ ਹੋ ਤਾਂ ਇਸ ਲਈ ਮਨ ਨੂੰ ਨਜ਼ਰ ਅੰਦਾਜ਼ ਕਰਨਾ ਇਹ ਇੱਕ ਜੁਗਤੀ ਹੈ ਮਨ ਨੂੰ ਪਿੱਛੇ ਕਰਨ ਅਤੇ ਆਪਣੇ ਆਪ ਤੋਂ ਵੱਖ ਕਰਨ ਲਈ ਇਸ ਲਈ ਥੋੜੀ ਪ੍ਰੈਕਟਿਸ ਥੋੜੀ ਚਲਾ ਕੇ ਥੋੜੀ ਜਹੀ ਡਿਪਲੋਮੇਸੀ ਦੀ ਜ਼ਰੂਰਤ ਹੁੰਦੀ ਹੈ ਉਸ ਲਈ ਇਹ ਜਾਣਣਾ ਮਹੱਤਵਪੂਰਨ ਹੈ ਕਿ ਤੁਸੀਂ ਮਨ ਨਹੀਂ ਹੋ ਅੱਜ ਦਾ ਅਭਿਆਸ ਮੈਂ ਇਸ ਅਨੁਪਵਤੋਂ ਹੀ ਸ਼ੁਰੂ ਕਰਾਂਗਾ ਤੁਸੀਂ ਕਿਵੇਂ ਦੇਖ ਸਕਦੇ ਹੋ ਕਿ ਤੁਸੀਂ ਮਨ ਨਹੀਂ ਹੋ ਕਿਉਂਕਿ ਅਸੀਂ ਸਾਰੇ ਹਰ ਸਮੇਂ ਸੋਚਦੇ ਹਾਂ ਕਿ ਅਸੀਂ ਅਤੇ ਸਾਡਾ ਮਨ ਇੱਕੋ ਹੀ ਹੈ ਮਨ ਅਤੇ ਰੂਹ ਇੱਕੋ ਹੀ ਹੈ ਜੇਕਰ ਮਨ ਕੁਝ ਸੋਚਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਸੋਚ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਮਨ ਤੋਂ ਪਰੇ ਕੁਝ ਨਹੀਂ ਹੈ ਆਤਮਾ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਆਤਮਾ ਕੀ ਹੈ ਕੋਈ ਜਾਣਾ ਕਿਵੇਂ ਇਸ ਆਤਮਾ ਦਾ ਵਰਣਨ ਕਰ ਸਕਦਾ ਹੈ ਆਤਮਾ ਇੱਕ ਸ਼ਕਤੀ ਹੈ ਇਸ ਤੋਂ ਬਿਨਾ ਮਨ ਜੀਂਦਾ ਨਹੀਂ ਰਹਿ ਸਕਦਾ ਆਤਮਾ ਜੀਵਨ ਸੱਤਾ ਜਾਂ ਸ਼ਕਤੀ ਹੈ ਆਤਮਾ ਕਰਕੇ ਹੀ ਅਸੀਂ ਸੁਚੇਤ ਹਾਂ ਚੇਤਨ ਹਾਂ ਸਾਡੇ ਕੋਲ ਜੋ ਕੁਝ ਵੀ ਹੈ ਉਹ ਆਤਮਾ ਕਰਕੇ ਹੈ ਉਸ ਚੇਤਨਾ ਤੋਂ ਬਿਨਾ ਸਾਡੇ ਕੋਲ ਕੁਝ ਵੀ ਨਹੀਂ ਹੈ ਕਿ ਅਸੀਂ ਸਮਝ ਨਹੀਂ ਸਕਦੇ ਚੇਤਨਾ ਹੀ ਆਤਮਾ ਹੈ ਆਤਮਾ ਕੋਈ ਵੀ ਅਨੁਭਵ ਜਾਂ ਉਸ ਉੱਤੇ ਪਏ ਲਿਬਾਸ ਨਹੀਂ ਅਤੇ ਫਿਰ ਵੀ ਅਸੀਂ ਇਹਨਾਂ ਲਿਬਾਸਾਂ ਨੂੰ ਆਪਣੀ ਆਤਮਾ ਆਪਣਾ ਆਪ ਸਮਝ ਲੈਂਦੇ ਹਾਂ ਤੁਸੀਂ ਮਨ ਨਾਲ ਬਹਿਸ ਨਹੀਂ ਕਰ ਸਕਦੇ ਤੁਸੀਂ ਮਨ ਨਾਲ ਉਦੋਂ ਤੱਕ ਡਿਪਲੋਮੇਸੀ ਨਹੀਂ ਵਰਤ ਸਕਦੇ ਉਸ ਨੂੰ ਉਦੋਂ ਤੱਕ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਨੂੰ ਇਹ ਪਤਾ ਨਾ ਹੋਵੇ ਕਿ ਤੁਸੀਂ ਮਨ ਨਹੀਂ ਹੋ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਮਨ ਨਹੀਂ ਹੋ ਤਾਂ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਕਰਨ ਦੇ ਸਮਰਤ ਹੋ ਜਾਵੋਗੇ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਸੁਝਾਅ ਦੇ ਰਿਹਾ ਹਾਂ ਕਿਉਂਕਿ ਲੋਕ ਸਾਲਾਂ ਤੋਂ ਅਭਿਆਸ ਕਰਦੇ ਆ ਰਹੇ ਹਨ ਪਰ ਆਪਣੇ ਮਨ ਨੂੰ ਨਹੀਂ ਹਰਾ ਸਕੇ ਮਨ ਤੁਹਾਨੂੰ ਲੜਾਈ ਵਿੱਚ उलझਾਈ ਰੱਖਣ ਦੀ ਉਹੀ ਖੇਡ ਖੇਡਦਾ ਹੈ ਅਤੇ ਲੋਕ ਉਸ ਦੀ ਖੇਡ ਵਿੱਚ ਫਸੇ ਰਹਿੰਦੇ ਹਨ ਤੁਸੀਂ ਸੋਚਦੇ ਹੋ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਹਰ ਵਾਰ ਜਦੋਂ ਮਨ ਤੁਹਾਨੂੰ ਪਟਕਾਉਂਦਾ ਹੈ ਤਾਂ ਤੁਸੀਂ ਉਸ ਨਾਲ ਲੜ ਕੇ ਉਸ ਨੂੰ ਵਾਪਸ ਧੱਕ ਦਿੰਦੇ ਹੋ ਉਹ ਫਿਰ ਵਾਪਸ ਆ ਜਾਂਦਾ ਹੈ ਤੁਸੀਂ ਫਿਰ ਉਸ ਨਾਲ ਲੜਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਬਹੁਤ ਹੀ ਠਿਕਾਵਟ ਵਾਲੀ ਪ੍ਰਕਿਰਿਆ ਹੈ ਤੁਸੀਂ ਥੱਕ ਜਾਂਦੇ ਹੋ ਅਭਿਆਸ ਠਿਕਾਵਟ ਵਾਲੀ ਪ੍ਰਕਿਰਿਆ ਕਿਵੇਂ ਹੋ ਸਕਦੀ ਹੈ ਅਭਿਆਸ ਨਾਲ ਤਾਂ ਤਾਜ਼ਗੀ ਆਉਣੀ ਚਾਹੀਦੀ ਹੈ ਆਰਾਮਦਾਇਕ ਹੋਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਤਾਕਤ ਮਿਲਣੀ ਚਾਹੀਦੀ ਹੈ ਜਦੋਂ ਤੁਹਾਨੂੰ ਸਮਝ ਆ ਜਾਓ ਕਿ ਤੁਸੀਂ ਆਪਣਾ ਸਵੈ ਹੋ ਤੁਸੀਂ ਆਪਣੀ ਆਤਮਾ ਹੋ ਆਪਣਾ ਮਨ ਨਹੀਂ ਹੋ ਤਾਂ ਤੁਸੀਂ ਆਪਣੇ ਆਪ ਹੀ ਬਹੁਤ ਤਾਕਤਵਰ ਹੋ ਜਾਵੋਗੇ ਤਾਂ ਆਓ ਹੁਣ ਉਹ ਕਿਰਿਆ ਕਰੀਏ ਇਹ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਅਸੀਂ ਆਪਣੀਆਂ ਅੱਖਾਂ ਬੰਦ ਕਰਕੇ ਅੱਖਾਂ ਦੇ ਪਿੱਛੇ ਬੈਠਦੇ ਹਾਂ ਜਿਵੇਂ ਕਿ ਅਸੀਂ ਕੱਲ ਜਾਣਿਆ ਸੀ ਅਸੀਂ ਇਹ ਵੀ ਜਾਣਿਆ ਸੀ ਕਿ ਅਭਿਆਸ ਕਰਨ ਲਈ ਸਹੀ ਜਗ੍ਹਾ ਕਿੱਥੇ ਹੈ ਤੁਸੀਂ ਇਹ ਮਹਿਸੂਸ ਕਰਨਾ ਕਿ ਤੁਸੀਂ ਅੱਖਾਂ ਦੇ ਪਿੱਛੇ ਆਪਣੇ ਸਿਰ ਵਿੱਚ ਹੋ ਅੱਖਾਂ ਦੇ ਪਿੱਛੇ ਆਪਣੇ ਆਪ ਨੂੰ ਨਹੀਂ ਦੇਖਣਾ ਸਿਰਫ ਮਹਿਸੂਸ ਕਰਨਾ ਹੈ ਕਿ ਤੁਸੀਂ ਸਤੂਲ ਸਰੀਰ ਵਿੱਚ ਅੱਖਾਂ ਦੇ ਪਿੱਛੇ ਹੋ ਅਤੇ ਸਰੀਰ ਦਾ ਬਾਕੀ ਹਿੱਸਾ ਹੇਠਾਂ ਹੈ ਇਹ ਮੁਸ਼ਕਲ ਨਹੀਂ ਹੈ ਇਹ ਮੁਸ਼ਕਲ ਜਾਪਦਾ ਹੈ ਕਿਉਂਕਿ ਅਸੀਂ ਇਹ ਨਹੀਂ ਕੀਤਾ ਇੱਕ ਵਾਰ ਜਦੋਂ ਤੁਸੀਂ ਇਹ ਕਰ ਲੈਂਦੇ ਹੋ ਤਾਂ ਇਹ ਆਪਣੇ ਆਪ ਹੋ ਜਾਂਦਾ ਹੈ ਫਿਰ ਹਰ ਵਾਰ ਜਦੋਂ ਤੁਸੀਂ ਇਦਾਂ ਕਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਆਪਣੇ ਸਿਰ ਵਿੱਚ ਅੱਖਾਂ ਦੇ ਪਿੱਛੇ ਬੈਠੇ ਹੋ ਅਤੇ ਸਰੀਰ ਤੁਹਾਡੇ ਹੇਠਾਂ ਹੈ ਇੱਕ ਵਾਰ ਜਦੋਂ ਤੁਸੀਂ ਉੱਥੇ ਅੱਖਾਂ ਦੇ ਪਿੱਛੇ ਪਹੁੰਚ ਜਾਂਦੇ ਹੋ ਤਾਂ ਮਨ ਨੂੰ ਖੁੱਲੀ ਛੁੱਟੀ ਦੇ ਦੇਵੋ ਕਿ ਉਹ ਜੋ ਵੀ ਸੋਚਣਾ ਚਾਹੇ ਸੋਚ ਸਕਦਾ ਹੈ ਅਤੇ ਤੁਸੀਂ ਸਿਰਫ ਸੁਣੋ ਕਿ ਮਨ ਕੀ ਕਹਿ ਰਿਹਾ ਹੈ ਉਸ ਨੂੰ ਨਿਰਦੇਸ਼ ਨਾ ਦੇਓ ਸਿਰਫ ਉਸ ਦੇ ਕਹੇ ਸ਼ਬਦ ਸੁਣੋ ਸੁਣੋ ਕਿ ਉਹ ਕਿਸ ਤਰ੍ਹਾਂ ਦੀ ਬੜਬੜ ਕਰ ਰਿਹਾ ਹੈ ਤੁਸੀਂ ਅਜਿਹੀਆਂ ਬਿਲਖਣ ਗੱਲਾਂ ਸੁਣੋਗੇ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਤੁਸੀਂ ਕਦੇ ਨਹੀਂ ਹੋ ਸਕਦੇ ਕਟੋ-ਕਾਟ ਇਸ ਦਾ ਤਜਰਬਾ ਲਓ ਕਿ ਮਨ ਆਪਣੇ ਆਪ ਹੀ ਸੋਚਦਾ ਹੈ ਅਤੇ ਮਨ ਸ਼ਬਦਾਂ ਵਿੱਚ ਸੋਚਦਾ ਹੈ ਅਤੇ ਇਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਂਦਾ ਹੈ ਤੁਸੀਂ ਕਦੇ ਵੀ ਮਨ ਨਹੀਂ ਹੋ ਸਕਦੇ ਫਿਰ ਜੇ ਤੁਸੀਂ ਮਨ ਨਹੀਂ ਤਾਂ ਕੌਣ ਹੋ ਤੁਸੀਂ ਮਨ ਦੀ ਬੁੜ-ਬੁੜ ਸੁਣਨ ਵਾਲੇ ਹੋ ਸੋ ਮਨ ਨੂੰ ਬੋਲਣ ਦੀ ਆਗਿਆ ਦੇ ਦਿਓ ਤਾਂ ਕਿ ਉਹ ਆਜ਼ਾਦੀ ਨਾਲ ਬੜਬੜ ਕਰ ਸਕੇ ਮਨ ਨੂੰ ਬੇਤਰਤੀਬੇ ਤਰੀਕੇ ਨਾਲ ਜੋ ਵੀ ਚਾਹੇ ਸੋਚਣ ਦੀ ਆਗਿਆ ਦੇ ਦੇਵੋ ਤੁਸੀਂ ਪਿੱਛੇ ਬੈਠ ਕੇ ਦੇਖੋ ਕਿ ਕਿਹੜੇ ਸ਼ਬਦ ਆ ਰਹੇ ਹਨ ਸ਼ਬਦ ਬੋਲਾਂ ਦੇ ਰੂਪ ਵਿੱਚ ਆ ਸਕਦੇ ਹਨ ਤੁਸੀਂ ਉਹਨਾਂ ਨੂੰ ਸੁਣ ਸਕੋਗੇ ਸ਼ਬਦ ਲਿਖਤੀ ਰੂਪ ਵਿੱਚ ਆ ਸਕਦੇ ਹਨ ਅਤੇ ਤੁਸੀਂ ਉਹਨਾਂ ਨੂੰ ਦੇਖੋਗੇ ਸ਼ਬਦ ਚਿਤਰਾ ਦੇ ਰੂਪ ਵਿੱਚ ਵੀ ਆ ਸਕਦੇ ਹਨ ਤੁਸੀਂ ਦੇਖੋਗੇ ਉਨ੍ਹਾਂ ਤੋਂ ਖੁਸ਼ ਹੋਵੋ ਮੁਸਕਰਾਓ ਉਨ੍ਹਾਂ ਨਾਲ دخل اندਾਜੀ ਨਾ ਕਰੋ ਔਰ ਕੋਸ਼ਿਸ਼ करिए ਆਪਣੀਆਂ ਅੱਖਾਂ ਬੰਦ ਕਰੋ ਅੱਖਾਂ ਦੇ ਪਿੱਛੇ ਜਾਓ ਅਤੇ ਮਨ ਨੂੰ ਬੋਲਣ ਦੇਵੋ ਸੋਚਣ ਦੇਵੋ ਉਸ ਨੂੰ ਜੋ ਵੀ ਪਸੰਦ ਹੋਵੇ ਤੁਹਾਡੇ ਵਿੱਚੋਂ ਕਿੰਨੇ ਜਾਣੇ ਇਸ ਨੂੰ ਸਫਲਤਾਪੂਰਵਕ ਕਰ ਸਕੇ ਮੈਨੂੰ ਬਹੁਤ ਖੁਸ਼ੀ ਹੋਈ ਹੋਰਾਂ ਨੂੰ ਥੋੜੇ ਅਭਿਆਸ ਦੀ ਜ਼ਰੂਰਤ ਹੋਵੇਗੀ ਪਰ ਉਹ ਵੀ ਅਜਿਹਾ ਕਰ ਸਕਣਗੇ ਹੁਣ ਤੁਸੀਂ ਜਾਣ ਗਏ ਹੋ ਕਿ ਉਹ ਮਨ ਹੈ ਜਿਸ ਨੇ ਸ਼ਬਦਾਂ ਨੂੰ ਦੁਹਰਾਉਣਾ ਹੈ ਤੁਹਾਡੀ ਜੀਭ ਦੇ ਨਹੀਂ ਇਸ ਦੀ ਪ੍ਰੈਕਟਿਸ ਕਰਨ ਲਈ ਥੋੜਾ ਸਮਾਂ ਲੱਗਦਾ ਹੈ ਕਿਉਂਕਿ ਅਸੀਂ ਹਮੇਸ਼ਾ ਆਪਣੀ ਜ਼ੁਬਾਨ ਨਾਲ ਬੋਲਦੇ ਹਾਂ ਪਰ ਵਰਤੀ ਹਮੇਸ਼ਾ ਜੀਵ ਨਾਲ ਬੋਲਣ ਦੀ ਹੁੰਦੀ ਹੈ ਪਰ ਜਿਵੇਂ ਕਬੀਰ ਸਾਹਿਬ ਨੇ ਆਪਣੀ ਇੱਕ ਹੋਰ ਕਵਿਤਾ ਵਿੱਚ ਅਨਰਾਗ ਸਾਗਰ ਵਿੱਚ ਨਹੀਂ ਇੱਕ ਹੋਰ ਕਵਿਤਾ ਵਿੱਚ ਕਿਹਾ ਹੈ ਜੇ ਤੁਸੀਂ ਜ਼ਬਾਨ ਨਾਲ ਦੁਹਰਾਓ ਜੇ ਤੁਹਾਨੂੰ ਇਤਰਾਜ ਨਹੀਂ ਤਾਂ ਜੋ ਕਬੀਰ ਸਾਹਿਬ ਨੇ ਕਿਹਾ ਸੀ ਮੈਂ ਨਾਲ ਹੀ ਉਸ ਦਾ ਅਨੁਵਾਦ ਕਰਾਂਗਾ ਕਬੀਰ ਸਾਹਿਬ ਕਹਿੰਦੇ ਹਨ ਜੇ ਤੁਸੀਂ ਆਪਣੇ ਜੀਵ ਨਾਲ ਮੰਤਰ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋ ਅਤੇ ਤੁਹਾਡਾ ਮਨ ਆਸੇ-ਪਾਸੇ ਦੌੜ ਰਿਹਾ ਹੁੰਦਾ ਹੈ ਤੁਹਾਡੇ ਹੱਥ ਵਿੱਚ ਮਾਲਾ ਹੈ ਤੁਸੀਂ ਉਸ ਦੇ ਮਾਨ ਕੇ ਫੇਰ ਰਹੇ ਹੋ ਉਸ ਨੂੰ ਅਭਿਆਸ ਨਾ ਸਮਝੋ ਅਭਿਆਸ ਤਾਂ ਹੀ ਸ਼ੁਰੂ ਹੁੰਦਾ ਹੈ ਜੇਕਰ ਉਹ ਮਨ ਨਾਲ ਕੀਤਾ ਜਾਵੇ ਜੇਕਰ ਮਨ ਦੁਹਰਾਣ ਤੋਂ ਇਲਾਵਾ ਕੁਝ ਹੋਰ ਨਹੀਂ ਸੋਚਦਾ ਤਾਂ ਕੇਵਲ ਉਸ ਨੂੰ ਹੀ ਸਿਮਰਨ ਜਾਂ ਸ਼ਬਦਾ ਦਾ ਦੁਹਰਾਵ ਕਿਹਾ ਜਾ ਸਕਦਾ ਹੈ ਸੋ ਯਾਦ ਰੱਖੋ ਇੰਜ ਨਹੀਂ ਹੈ ਕਿਉਂਕਿ ਜੀਵਦਲ ਅਸੀਂ ਤੋਤੇ ਵਾਂਗ ਗੱਲਾਂ ਕਰ ਸਕਦੇ ਹਾਂ ਅਤੇ ਕਿਸੇ ਵੀ ਚੀਜ਼ ਨੂੰ ਦੁਹਰਾ ਸਕਦੇ ਹਾਂ ਮਨ ਦਾ ਇੱਕ ਹਿੱਸਾ ਦੁਹਰਾਉਂਦਾ ਹੈ ਅਤੇ ਦੂਜਾ ਹਿੱਸਾ ਹੈ ਜੋ ਦੁਹਰਾਵ ਨੂੰ ਨਿਰਸਤ ਜਾਂ ਓਵਰਰਾਈਡ ਕਰ ਸਕਦਾ ਹੈ ਕੀ ਤੁਸੀਂ ਕਦੇ ਦੇਖਿਆ ਹੈ ਜਦੋਂ ਤੁਸੀਂ ਇਹ ਸ਼ਬਦ ਦੁਹਰਾ ਰਹੇ ਹੁੰਦੇ ਹੋ ਤਾਂ ਮਨ ਦਾ ਇੱਕ ਹਿੱਸਾ ਕਹਿ ਰਿਹਾ ਹੁੰਦਾ ਹੈ ਕਦੋਂ ਖਤਮ ਹੋਵੇਗਾ ਇਹ ਦੁਹਰਾਣਾ ਕੀ ਮੈਂ ਇਹ ਸਹੀ ਕਰ ਰਿਹਾ ਹਾਂ ਇਹ ਐਸਾ ਵੀ ਠੀਕ ਹੈ ਕਿ ਤੁਸੀਂ ਅੰਦਰ ਬੈਠੇ ਟਿੱਪਣੀ ਕਰਨ ਨੂੰ ਵੇਖ ਸਕਦੇ ਹੋ ਕੌਣ ਹੈ ਇਹ ਟਿੱਪਣੀ ਕਰਨ ਵਾਲਾ ਜੋ ਦਹਰਾਉਣ ਤੇ ਟਿੱਪਣੀ ਕਰ ਰਿਹਾ ਹੈ ਇਹ ਵੀ ਤੁਹਾਡਾ ਮਨ ਹੈ ਕਿਉਂਕਿ ਮਨ ਕੋਲ ਬਹੁਤ ਸਾਰੇ ਚੈਨਲ ਵਿੱਚ ਸੋਚਣ ਦੀ ਸਮਰੱਥਾ ਹੁੰਦੀ ਹੈ ਮਨ ਸਿਰਫ ਇੱਕ ਚੈਨਲ ਵਿੱਚ ਨਹੀਂ ਸੋਚਦਾ ਇਹ ਨਾਲ ਨਾਲ ਇੱਕ ਚੀਜ਼ ਬਾਰੇ ਸੋਚ ਸਕਦਾ ਹੈ ਕੋਈ ਹੋਰ ਚੀਜ਼ ਬਾਰੇ ਗੱਲ ਕਰ ਸਕਦਾ ਹੈ ਅਤੇ ਉਸੇ ਸਮੇਂ ਕਿਸੇ ਹੋਰ ਚੀਜ਼ ਬਾਰੇ ਸੋਚ ਸਕਦਾ ਹੈ ਅਸਲ ਵਿੱਚ ਇਹ ਸਾਡੇ ਸਾਰਿਆਂ ਨਾਲ ਹੁੰਦਾ ਹੈ ਸਾਡੇ ਵਿੱਚ ਬੈਠੇ ਟਿੱਪਣੀਆਂ ਕਰਨ ਵਾਲੇ ਦੂਜੇ ਅਤੇ ਤੀਜੇ ਚੈਨਲ ਲਗਭਗ ਸਭ ਵਿੱਚ ਹੁੰਦੇ ਹਨ ਅਸੀਂ ਸਾਰੇ ਕਿਸੇ ਚੀਜ਼ ਨੂੰ ਵੀ ਤੋਤੇ ਵਾਂਗੂ ਦੁਹਰਾ ਸਕਦੇ ਹਾਂ ਅਤੇ ਉਸੇ ਸਮੇਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰ ਸਕਦੇ ਹਾਂ ਉੱਥੇ ਕਈ ਚੈਨਲ ਹਨ ਮਨ ਇੱਕ ਚੈਨਲ ਤੋਂ ਦੂਜੇ ਚੈਨਲ ਤੇ ਸ਼ਲਾਂਗ ਮਾਰਨਾ ਪਸੰਦ ਕਰਦਾ ਹੈ ਜੇ ਤੁਸੀਂ ਮਨ ਦੇ ਇੱਕ ਪੱਧਰ ਨਾਲ ਦੁਹਰਾ ਰਹੇ ਹੋ ਉਹ ਤਾਂ ਕੋਈ ਹੋਰ ਹਿੱਸਾ ਵੀ ਦੁਹਰਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਟਿੱਪਣੀ ਕਰਨ ਲੱਗ ਜਾਂਦਾ ਹੈ ਤੁਹਾਡਾ ਮਨ ਉਸ ਉੱਤੇ ਹੋਰ ਰਹੀ ਟਿੱਪਣੀ ਕਰਕੇ ਖਿੰਡ ਸਕਦਾ ਹੈ ਫਿਰ ਇਸ ਦਾ ਕੀ ਹੱਲ ਹੈ ਜਦੋਂ ਤੁਸੀਂ ਦੇਖੋ ਕਿ ਅਜਿਹਾ ਹੋ ਰਿਹਾ ਹੈ ਤਾਂ ਟਿੱਪਣੀ ਕਰਨ ਨੂੰ ਵੀ ਦੁਹਰਾਉਣ ਵਿੱਚ ਸ਼ਾਮਲ ਕਰ ਲਓ ਉਸ ਨੂੰ ਖਾਰਜ ਨਾ ਕਰੋ ਉਸ ਨਾਲ ਲੜੋ ਨਾ ਆਪਣੇ ਆਪ ਨੂੰ ਕਹੋ ਚਲੋ ਹੁਣ ਦੋ ਹਿੱਸਿਆਂ ਨਾਲ ਉਹੀ ਸ਼ਬਦਾਂ ਨੂੰ ਬੋਲਣ ਦਾ ਅਭਿਆਸ ਕਰਦੇ ਹਾਂ ਜਦੋਂ ਕਈ ਵਾਰ ਮਨ ਜਦੋਂ ਉਸ ਨੂੰ ਲੱਗੂਗਾ ਕਿ ਉਹ ਘਿਰ ਗਿਆ ਹੈ ਤਾਂ ਤੁਹਾਨੂੰ ਵਿਚਲਿਤ ਕਰਨ ਲਈ ਉਹ ਤੁਹਾਡੇ ਅੱਗੇ ਤੁਹਾਡੇ ਕੁਝ ਦੋਸਤਾਂ ਦੀਆਂ ਦੁਸ਼ਮਣਾਂ ਦੀਆਂ ਅਤੇ ਹੋਰ ਲੋਕਾਂ ਦੀਆਂ ਤਸਵੀਰਾਂ ਲਿਆਉਣ ਦੀ ਕੋਸ਼ਿਸ਼ ਕਰੇਗਾ ਜਦੋਂ ਇਸ ਤਰ੍ਹਾਂ ਹੁੰਦਾ ਹੋਵੇ ਤਾਂ ਲੜੋਂ ਨਾ ਉਸ ਤਸਵੀਰ ਨੂੰ ਕਹੋ आओ ਮੇਰੇ ਨਾਲ ਸ਼ਾਮਲ ਹੋ ਜਾਵੋ ਉਸ ਨੂੰ ਵੀ ਆਪਣੇ ਨਾਲ ਜਿਸ ਜਗ੍ਹਾ ਤੇ ਤੁਸੀਂ ਹੋ ਸਿਮਰਨ ਤੇ ਲਗਾ ਦਿਓ ਹੁਣ ਕੀ ਹੁੰਦਾ ਹੈ ਦੋ ਤੁਹਾਡੀਆਂ ਆਵਾਜ਼ਾਂ ਇੱਕ ਮਹਿਮਾਨ ਦੀ ਆਵਾਜ਼ ਅਤੇ ਤੁਸੀਂ ਇਹ ਸਾਰੀਆਂ ਤਿੰਨ ਆਵਾਜ਼ਾਂ ਨੂੰ ਸਿਮਰਨ ਕਰਦੇ ਸੁਣੋ ਜੇ ਕੋਈ ਹੋਰ ਤਸਵੀਰਾਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਵੀ ਇਸੇ ਮਰਨ ਵਿੱਚ ਸ਼ਾਮਲ ਕਰ ਲਓ ਤੁਹਾਡੇ ਸਿਰ ਦੇ ਅੰਦਰ ਕਈ ਜਾਣੇ ਇੱਕ ਗਰੁੱਪ ਦੇ ਰੂਪ ਅੰਦਰ ਅਭਿਆਸ ਕਰ ਸਕਦੇ ਹਨ ਇਹ ਇੱਕੋ ਮਨ ਹੀ ਅਭਿਆਸ ਕਰ ਰਿਹਾ ਹੁੰਦਾ ਹੈ ਇਸ ਲਈ ਅਭਿਆਸ ਵਿੱਚ ਸਫਲਤਾ ਲਈ ਤੁਹਾਨੂੰ ਇਹ ਸਭ ਯੁਗਤਾ ਸਿੱਖਣ ਦੀ ਲੋੜ ਹੋਵੇਗੀ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੇ ਅਜਿਹਾ ਕੀਤਾ ਅਸੀਂ ਥੋੜੀ ਦੇਰ ਬਾਅਦ ਫਿਰ ਇਸ ਤੇ ਵਿਚਾਰ ਕਰਾਂਗੇ ਮੈਂ ਤੁਹਾਨੂੰ ਇੱਕ ਬਹੁਤ ਛੋਟੀ ਜਹੀ ਕਹਾਣੀ ਸੁਣਾਉਂਦਾ ਹਾਂ ਕਹਾਣੀ ਕਿਸੇ ਸਕੂਲ ਬਾਰੇ ਸੀ ਉਹ ਇੱਕ ਚਰਚ ਨਾਲ ਸੰਬੰਧਿਤ ਸਕੂਲ ਸੀ ਅਧਿਆਪਕ ਛੋਟੀ ਉਮਰ ਦੇ ਬੱਚਿਆਂ ਨੂੰ ਜੀਜ਼ਸ ਕ੍ਰਾਈਸਟ ਅਤੇ ਰੱਬ ਬਾਰੇ ਦੱਸਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਬੱਚੇ ਛੋਟੀ ਉਮਰੇ ਹੀ ਧਰਮ ਬਾਰੇ ਪਰਮਾਤਮਾ ਬਾਰੇ ਜਾਣ ਲੈਣ ਅਤੇ ਉਸ ਅਨਸਾਰ ਹੀ ਜੀਵਨ ਬਤੀਤ ਕਰਨ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇੱਕ ਚੰਗੀ ਧਾਰਮਿਕ ਨਹੀਂ ਦਿੱਤੀ ਜਾ ਸਕੈ ਤਾਂ ਉਸ ਅਧਿਆਪਕ ਨੇ ਸਕੂਲ ਵਿੱਚ ਬੱਚਿਆਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਰੱਬ ਕਿੱਥੇ ਹੈ ਕਿ ਤੁਹਾਨੂੰ ਪਤਾ ਹੈ ਕਿ ਜੀਜ਼ਸ ਕ੍ਰਾਈਸਟ ਕਿੱਥੇ ਰਹਿੰਦੇ ਹਨ ਇੱਕ ਬੱਚੇ ਨੇ ਕਿਹਾ ਮੈਂ ਜਾਣਦਾ ਹਾਂ ਜੀਜ਼ਸ ਕ੍ਰਾਈਸਟ ਮੇਰੇ ਦਿਲ ਵਿੱਚ ਵਸਦੇ ਹਨ ਅਧਿਆਪਕ ਬਹੁਤ ਖੁਸ਼ ਹੋਇਆ ਇੱਕ ਹੋਰ ਬੱਚੇ ਨੇ ਆਪਣਾ ਹੱਥ ਉੱਤੇ ਉਠਾਇਆ ਅਤੇ ਕਿਹਾ ਮੈਨੂੰ ਪਤਾ ਹੈ ਜੀਸਸ ਕ੍ਰਾਈਸਟ ਹਰ ਜਗ੍ਹਾ ਰਹਿੰਦੇ ਹਨ ਅਧਿਆਪਕ ਫਿਰ ਬਹੁਤ ਖੁਸ਼ ਹੋਇਆ ਇੱਕ ਹੋਰ ਤੀਸਰੇ ਬੱਚੇ ਨੂੰ ਪੁੱਛਿਆ ਗਿਆ ਉਸਨੇ ਕਿਹਾ ਜੀਸਸ ਕ੍ਰਾਈਸਟ ਸਾਡੇ ਬਾਥਰੂਮ ਵਿੱਚ ਰਹਿੰਦੇ ਹਨ ਅਧਿਆਪਕ ਪੜਾਹਰਾਨ ਹੋਇਆ ਕੀ ਮਤਲਬ ਬੱਚੇ ਨੇ ਕਿਹਾ ਰੋਜ਼ ਸਵੇਰੇ ਜਦੋਂ ਮੇਰੀ ਮੰਮੀ ਅੰਦਰ ਨਹਾ ਰਹੀ ਹੁੰਦੀ ਹੈ ਤਾਂ ਮੇਰੇ ਪਿਤਾ ਜੀ ਬਾਹਰ ਬਾਹਰ ਰਵਾਜਾ ਖੜਕਾਉਂਦੇ ਹਨ ਤੇ ਕਹਿੰਦੇ ਹਨ ਜੀਸਸ ਕ੍ਰਾਈਸਟ ਕੀ ਤੁਸੀਂ ਅਜੇ ਵੀ ਉੱਥੇ ਹੋ ਠੀਕ ਹੈ ਹੁਣ ਅਸੀਂ ਇੱਕ ਬ੍ਰੇਕ ਲਵਾਂਗੇ ਦੋਸਤੋ ਇਸ ਛੋਟੀ ਜਹੀ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਇਆ ਸੀ ਹਰ ਕੋਈ ਹੱਸਿਆ ਸੀ ਮੈਨੂੰ ਇੱਕ ਸਵਾਮੀ ਦੀ ਇੱਕ ਕਹਾਣੀ ਯਾਦ ਆਈ ਹੈ ਉਸ ਸਵਾਮੀ ਭਾਰਤ ਵਿੱਚ ਬਚਨ ਕਰ ਰਿਹਾ ਸੀ ਉਸ ਨੇ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਕਿ ਜੇ ਚਾਰੇ ਪਾਸੇ ਨਿਗਾ ਮਾਰੀਏ ਤਾਂ ਬਹੁਤ ਸਾਰੇ ਗੁਰੂ ਹਨ ਤਾਂ ਉਹਨਾਂ ਵਿੱਚੋਂ ਕਿਹੜਾ ਇੱਕ ਪਰਮ ਸੰਤ ਸਤਗੁਰੂ ਹੋ ਸਕਦਾ ਹੈ ਕਿਸੇ ਦੇ ਕਹੇ ਤੇ ਮੂਰਖ ਨਾ ਬਣੋ ਵੇਖੋ ਤੁਸੀਂ ਕਿ ਤੁਹਾਡਾ ਦਿਲ ਕੀ ਕਹਿੰਦਾ ਹੈ ਤੁਹਾਡਾ ਦਿਲ ਖਿੱਚਿਆ ਜਾਣਾ ਚਾਹੀਦਾ ਹੈ ਜੇ ਦਿਲ ਨਹੀਂ ਖਿੱਚਿਆ ਜਾਂਦਾ ਤਾਂ ਉਹ ਇੱਕ ਪਰਮ ਸੰਤ ਸਤਿਗੁਰੂ ਨਹੀਂ ਹੈ ਜਾਂ ਤੁਹਾਡਾ ਗੁਰੂ ਨਹੀਂ ਹੈ ਇਹ ਨਾ ਸੋਚੋ ਕਿ ਉਹੀ ਗੁਰੂ ਹੋਰ ਸਾਰਿਆਂ ਦਾ ਵੀ ਗੁਰੂ ਹੋ ਸਕਦਾ ਹੈ ਜਦੋਂ ਦਿਲ ਖਿੱਚਿਆ ਜਾਂਦਾ ਹੈ ਤਾਂ ਮਨ ਤੁਹਾਡਾ ਵਿਰੋਧ ਕਰਦਾ ਹੈ ਅਤੇ ਕਹਿੰਦਾ ਹੈ ਨਹੀਂ 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 ਜੇ ਤੁਸੀਂ ਅਜੇ ਵੀ ਖਿੱਚੇ ਜਾਂਦੇ ਹੋ ਤਾਂ ਜ਼ਰੂਰ ਕੁਝ ਹੈ ਉਹ ਇੱਕ ਪਰਮ ਸੰਤ ਸਤਿਗੁਰੂ ਹੋ ਸਕਦਾ ਹੈ ਪਰ ਕਦੇ ਵੀ ਆਪਣੀ ਸਮਝਦਾਰੀ ਨਾ ਛੱਡੋ ਅੰਧ ਵਿਸ਼ਵਾਸ ਨਾ ਕਰੋ ਜਦੋਂ ਲੋਕ ਆਪਣੀ ਸਮਝਦਾਰੀ ਗਵਾ ਬੈਠਦੇ ਹਨ ਅਤੇ ਉਹ ਆਮ ਢੰਗ ਨਾਲ ਵੀ ਨਹੀਂ ਸੋਚਦੇ ਤਾਂ ਫਿਰ ਉਹ ਰੋਹਾਨੀ ਰਸਤੇ ਤੇ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਨ ਇਸੇ ਕਰਕੇ ਮੈਨੂੰ ਉਸ Swami ਦਾ ਕਿਹਾ ਯਾਦ ਆ ਗਿਆ ਉਸਨੇ ਇੱਕ ਉਦਾਹਰਨ ਦਿੱਤਾ ਉਸਨੇ ਕਿਸੇ ਹੋਰ Swami ਦੀ ਉਦਾਹਰਨ ਦਿੱਤੀ ਉਹ ਸਵਾਮੀ ਇੱਕ ਅਸਲੀ ਸਵਾਮੀ ਹੋਣ ਦਾ ਦਿਖਾਵਾ ਕਰਦਾ ਸੀ। ਇੱਕ ਦਿਨ ਉਹ ਸਵਾਮੀ ਇੱਕ ਟੈਂਟ ਵਿੱਚ ਬੈਠਾ ਆਪਣੇ ਚੇਲਿਆਂ ਨੂੰ ਪ੍ਰਵਚਨ ਦੇ ਰਿਹਾ ਸੀ। ਟੈਂਟ ਤੋਂ ਬਾਹਰ ਕੁਝ ਦੂਰੀ ਤੇ ਇੱਕ ਆਦਮੀ ਤੁਰਿਆ ਜਾ ਰਿਹਾ ਸੀ। ਉਹ ਆਦਮੀ ਉੱਥੇ ਸਤਸੰਗ ਤੁਨਾਂ ਲਈ ਨਹੀਂ ਸੀ ਜਾ ਰਿਹਾ। ਉਸ ਦੀ ਸਤਸੰਗ ਵਿੱਚ ਦਿਲਚਸਪੀ ਨਹੀਂ ਸੀ। ਅਚਾਨਕ بارش ਹੋਣ ਲੱਗ ਗਈ। ਉਸ ਆਦਮੀ ਕੋਲ ਛਤਰੀ ਨਹੀਂ ਸੀ। ਸੋਮਿਤ ਉਹ ਬਚਨ ਲਈ ਓਟੰਬੂ ਅੰਦਰ ਆ ਗਿਆ ਉਹ ਉਸ ਸਵਾਮੀ ਦਾ satsang ਸੁਣਨ ਲਈ ਉੱਥੇ ਨਹੀਂ ਸਿੱਕੇਆ ਉਸ ਦੀ satsang ਵਿੱਚ ਕੋਈ ਰੁਚੀ ਨਹੀਂ ਸੀ ਉਹ ਤਾਂ بارش ਤੋਂ ਬਚਨ ਲਈ ਤੰਬੂ ਅੰਦਰ ਗਿਆ ਸੀ ਉਹ ਸਵਾਮੀ ਆਪਣਾ ਤਜਰਬਾ ਦੱਸ ਰਿਹਾ ਸੀ ਉਸ ਆਦਮੀ ਦੇ ਕੰਨਾਂ ਵਿੱਚ ਵੀ ਸਵਾਮੀ ਦੀ ਆਵਾਜ਼ ਪੈਣੀ ਸ਼ੁਰੂ ਹੋ ਗਏ ਸਵਾਮੀ ਕਹਿ ਰਿਹਾ ਸੀ ਫਿਰ ਮੈਂ ਜੰਗਲ ਵਿੱਚ ਚਲਾ ਗਿਆ ਅਤੇ ਉੱਥੇ ਇੱਕ ਸ਼ੇਰ ਦੇਖਿਆ ਸਾਰੇ ਚੇਲੇ ਨੇ ਕਿਹਾ ਫਿਰ ਕੀ ਹੋਇਆ? ਸਵਾਮੀ ਜੀ ਨੇ ਕਿਹਾ ਸ਼ੇਰ ਮੇਰੇ ਵੱਲ ਆ ਗਿਆ। ਮੈਂ ਗੋਹ ਨਾਲ ਸ਼ੇਰ ਦੀਆਂ ਅੱਖਾਂ ਵਿੱਚ ਵੇਖਿਆ। ਚੇਲੇ ਨੇ ਕਿਹਾ ਫਿਰ ਕੀ ਹੋਇਆ ਸਵਾਮੀ ਜੀ? ਸਵਾਮੀ ਜੀ ਕਹਿੰਦੇ ਸ਼ੇਰ ਘੁੰਮ ਕੇ ਵਾਪਸ ਜਾਣ ਲੱਗ ਗਿਆ। ਸਾਰੇ ਸ਼ਿਸ਼ਕਾਂ ਲਗੇ ਫਿਰ ਤੁਸੀਂ ਕੀ ਕੀਤਾ ਸਵਾਮੀ ਜੀ? ਫਿਰ ਮੈਂ ਸ਼ੇਰ ਦਾ ਪਿੱਛਾ ਕੀਤਾ। ਸਵਾਮੀ ਜੀ ਫਿਰ ਕੀ ਹੋਇਆ ਮੈਂ ਸ਼ੇਰ ਦੇ ਪਿੱਛੇ-ਪਿੱਛੇ ਕੁਝ ਦੂਰੀ ਤੱਕ ਗਿਆ ਸ਼ੇਰ ਰੁਕਿਆ ਅਤੇ ਮੇਰੇ ਵੱਲ ਘੁੰਮ ਗਿਆ ਸਵਾਮੀ ਜੀ ਫਿਰ ਕੀ ਹੋਇਆ ਫਿਰ ਸ਼ੇਰ ਨੇ ਮੈਨੂੰ ਖਾ ਲਿਆ ਉਹ ਆਦਮੀ ਜੋ ਮੀਤ ਉਹ ਬਚਲੇ ਖੜਾ ਸੀ ਜੋ ਸਵਾਮੀ ਦਾ ਪੈਰੋਕਾਰ ਨਹੀਂ ਸੀ ਉਸ ਤੋਂ ਰਹਿਣਾ ਗਿਆ ਉਹ ਅੱਗੇ ਆਇਆ ਅਤੇ ਉਸਨੇ ਕਿਹਾ ਸਵਾਮੀ ਜੀ ਕੀ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛ ਸਕਦਾ ਹਾਂ ਮੈਂ ਇੱਥੇ ਤੁਹਾਡਾ ਸਤਸੰਗ ਸੁਣਨ ਲਈ ਨਹੀਂ ਆਇਆ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਸ਼ੇਰ ਨੇ ਖਾ ਲਿਆ ਸੀ ਤਾਂ ਤੁਸੀਂ ਇੱਥੇ ਕਿਵੇਂ ਹੋ ਉਸ ਸਵਾਮੀ ਨੇ ਕਿਹਾ ਤੂੰ ਸੋਚਦਾ ਹੈ ਕਿ ਮੈਂ ਜਿੰਦਾ ਹਾਂ ਮੈਂ ਮਰ ਚੁੱਕਾ ਹਾਂ ਹੁਣ ਇੱਥੇ ਇੱਕ ਸਵਾਮੀ ਇਸ ਕਹਾਣੀ ਤੋਂ ਕੋਈ ਨੁਕਤਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗਿਆਨ ਤੋਂ ਬਿਨਾ ਅਸੀਂ ਮਰੇ ਹੋਏ ਲੋਕਾਂ ਵਰਗੇ ਹਾਂ ਇਸ ਕਹਾਣੀ ਕਿ ਸ਼ੇਰ ਨੇ ਮੈਨੂੰ ਖਾ ਲਿਆ ਵਾਂਗ ਅਸੀਂ ਕਿਸੇ ਵੀ ਚੀਜ਼ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੁਸੀਂ ਠੀਕ ਕਹਿ ਰਹੇ ਹੋ ਸਵਾਮੀ ਜੀ ਨਹੀਂ ਇਦਾਂ ਨਾ ਕਰੋ ਮੇਰਾ ਭਾਵ ਹੈ ਕਿ ਤੁਸੀਂ ਸ਼ਾਂਤੀ ਨਾਲ ਸੋਚ ਵਿਚਾਰ ਕੇ ਉਸ ਦਾ ਮਤਲਬ ਕਢੋ ਉਸੇ ਸਵਾਮੀ ਨੇ ਕਿਹਾ ਕਿ ਇੱਕ ਆਦਮੀ ਜੋ ਕਿਸੇ ਹੋਰ ਮੁਰਸ਼ਿਦ ਦਾ ਚੇਲਾ ਸੀ ਬੰਗਲੌਰ ਜਾਂ ਸ਼ਾਇਦ ਕਿਸੇ ਹੋਰ ਥਾਂ ਤੋਂ ਉਸ ਕੋਲ ਆਇਆ ਸੀ ਅਤੇ ਉਸਨੇ ਕਿਹਾ ਮੈਨੂੰ ਅਤੇ ਮੇਰੇ ਸਾਥੀ ਚੇਲਿਆਂ ਨੂੰ ਆਪਣੇ ਮੁਰਸ਼ਿਦ ਉੱਤੇ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਚੇਲਿਆਂ ਦਾ ਅਜਿਹਾ ਵਿਸ਼ਵਾਸ ਹੈ ਜੇ ਮੇਰੇ ਮੁਰਸ਼ਿਦ ਕਹਿਣ ਛੱਤ ਤੋਂ ਛਾਲ ਮਾਰ ਦਿਓ ਮੈਂ ਉਦਾਂ ਹੀ ਕਰਾਂਗਾ ਕੀ ਤੁਹਾਡਾ ਕੋਈ ਚੇਲਾ ਇਦਾਂ ਕਰ ਸਕਦਾ ਹੈ ਉਸ ਮੁਰਸ਼ਿਦ ਨੇ ਕਿਹਾ ਨਹੀਂ ਮੇਰੇ ਚੇਲੇ ਅਜੇ ਹਾਨੇ ਕਰਨਗੇ ਉਹ ਕਹਿਣਗੇ ਮੁਰਸ਼ਦ ਜੀ ਪਹਿਲਾਂ ਤੁਸੀਂ ਛਾਲ ਮਾਰੋ ਫਿਰ ਅਸੀਂ ਛਾਲ ਮਾਰਾਂਗੇ ਸਾਨੂੰ ਕਿਸੇ ਨੂੰ ਆਮ ਸਮਝਦਾਰੀ ਨਹੀਂ ਭੁੱਲਣੀ ਚਾਹੀਦੀ ਇਹ ਸਾਨੂੰ ਇੱਕ ਤੋਹਫੇ ਵਜੋਂ ਦਿੱਤੀ ਗਈ ਹੈ ਜਿਵੇਂ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਸੈਂਸਸਾਂ ਹਨ ਸਾਡੇ ਕੋਲ ਕੁੱਲ 8 ਸੈਂਸਸ ਹਨ 5 ਸੈਂਸਸ ਕੇਵਲ ਸੂਝ-ਬੂਝ ਦੀਆਂ ਹਨ ਇਹ ਗਿਆਨ ਇੰਦਰੀਆਂ ਇਸ ਸੰਸਾਰ ਵਿੱਚ ਸਾਡੇ ਲਈ ਅਨੁਭਵ ਪੈਦਾ ਕਰਦੀਆਂ ਹਨ ਫਿਰ ਇੱਕ ਛੇਵੀਂ ਸੈਂਸ ਹੁੰਦੀ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਉਹ ਔਰਤਾਂ ਕੋਲ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ ਉਹ ਹੈ ਇੰਟੂਇਸ਼ਨ ਜਾਂ ਸਹਿਜ ਗਿਆ ਅੰਤਰ ਆਤਮੇ ਦੀ ਆਵਾਜ਼ ਜੋ ਸਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਦੀ ਹੈ ਜਿਹੜੀਆਂ ਪੰਜ ਇੰਦਰੀਆਂ ਨਹੀਂ ਦੱਸ ਸਕਦੇਆਂ ਇਸ ਨੂੰ ਪੰਜ ਇੰਦਰੀਆਂ ਤੋਂ ਉੱਚਾ ਮੰਨਿਆ ਜਾਂਦਾ ਹੈ ਸੱਤਵੀਂ ਸੈਂਸ ਇਨ ਅ ਚੇ ਸੈਂਸਸ ਤੋਂ ਉੱਚੀ ਹੁੰਦੀ ਹੈ ਉਹ ਹੈ ਆਮ ਸਮਝਦਾਰੀ ਆਮ ਸਮਝਦਾਰੀ ਦਾ ਮਤਲਬ ਹੈ ਕਿ ਤੁਹਾਨੂੰ ਅਨਾਜ ਅਤੇ ਤੋੜੀ ਦੇ ਫਰਕ ਬਾਰੇ ਪਤਾ ਹੋਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਲ ਕੀ ਹੈ ਮਹੱਤਵਪੂਰਨ ਕੀ ਹੈ ਅਤੇ ਕੀ ਨਹੀਂ ਹੈ ਇਹ ਜ਼ਿੰਦਗੀ ਵਿੱਚ ਤੁਹਾਡੀਆਂ ਤਰਜੀਹਾਂ ਜਾਂ ਪ੍ਰਾਇੋਰਟੀਜ਼ ਸਥਾਪਿਤ ਕਰਦੀ ਹੈ ਜੇ ਤੁਹਾਡੇ ਕੋਲ ਆਮ ਸਮਝਦਾਰੀ ਹੈ ਤਾਂ ਤੁਸੀਂ ਹਮੇਸ਼ਾ ਜਾਣ ਸਕਦੇ ਹੋ ਕਿ ਜ਼ਿੰਦਗੀ ਵਿੱਚ ਕੀ ਮਹੱਤਵਪੂਰਨ ਹੈ ਕਿਸ ਚੀਜ਼ ਨੂੰ ਤਰਜੀਹ ਦੇ ਕੇ ਹੋਰਾਂ ਤੋਂ ਅੱਗੇ ਰੱਖਣਾ ਚਾਹੀਦਾ ਹੈ ਇਹ ਇੰਨਾ ਮਹੱਤਵਪੂਰਨ ਨਹੀਂ ਹੈ ਇਸ ਨੂੰ ਬਾਅਦ ਵਿੱਚ ਕੀਤਾ ਜਾ ਸਕਦਾ ਹੈ ਜ਼ਿੰਦਗੀ ਵਿੱਚ ਚੀਜ਼ਾਂ ਨੂੰ ਤਰਜੀਹ ਦੇਣ ਦੀ ਇਹ ਯੋਗਤਾ ਆਮ ਸਮਝਦਾਰੀ ਤੋਂ ਆਉਂਦੀ ਹੈ ਸਾਨੂੰ ਕਦੇ ਵੀ ਉਸ ਆਮ ਸੋਚ ਨੂੰ ਛੱਡਣਾ ਨਹੀਂ ਚਾਹੀਦਾ ਅਤੇ ਆਪਣੀ ਜ਼ਿੰਦਗੀ ਵਿੱਚ ਸਹੀ ਤਰਜੀਹਾਂ ਬਣਾਉਣੀਆਂ ਚਾਹੀਦੀਆਂ ਹਨ ਕਿਉਂਕਿ ਕੋਈ ਜਾਨਵਰ ਸਭ ਕੁਝ ਨਹੀਂ ਕਰ ਸਕਦਾ ਇਸ ਲਈ ਸਾਨੂੰ ਉਹਨਾਂ ਚੀਜ਼ਾਂ ਨੂੰ ਚੁਣਨਾ ਚਾਹੀਦਾ ਹੈ ਜੋ ਜ਼ਿਆਦਾ ਮਹੱਤਵਪੂਰਨ ਹਨ ਅਤੇ ਉਹਨਾਂ 'ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਪਰ ਸੱਤਵੀਂ ਸੱਤਵੀਂ ਸੈਂਸ ਸਾਵੇਂ ਬਹੁਤ ਮਹੱਤਵਪੂਰਨ ਹੈ ਪਰ ਅੱਠਵੀਂ ਸੈਂਸ ਉਸ ਨਾਲੋਂ ਵੀ ਵਧੇਰੇ ਮਹੱਤਵ ਰੱਖਦੀ ਹੈ ਉਹ ਹੈ ਖੁਸ਼ ਰਹਿਣ ਦੀ ਭਾਵਨਾ ਹੱਸਣ ਦੀ ਯੋਗਤਾ ਜੇ ਤੁਸੀਂ ਖੁਸ਼ ਹੋ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਤੇ ਹੱਸ ਸਕਦੇ ਹੋ ਤਾਂ ਤੁਸੀਂ ਜ਼ਿੰਦਗੀ ਨੂੰ ਇੱਕ ਗਵਾਹ ਦੇ ਰੂਪ ਵਿੱਚ ਇੱਕ ਦਰਸ਼ਕ ਵਜੋਂ ਦੇਖ ਸਕਦੇ ਹੋ ਅਤੇ ਉਸ ਦੇ ਹਰ ਹਿੱਸੇ ਤੇ ਹੱਸ ਸਕਦੇ ਹੋ ਤਾਂ ਤੁਸੀਂ ਆਪਣੀ 8ਵੀਂ ਸੈਂਸ ਦੀ ਵਰਤੋਂ ਕਰ ਰਹੇ ਹੋ ਕਿਉਂਕਿ ਅਜਿਹਾ ਸਿਰਫ ਉਹ ਵਿਅਕਤੀ ਹੀ ਕਰ ਸਕਦਾ ਹੈ ਜੋ ਇਸ ਜ਼ਿੰਦਗੀ ਨੂੰ ਇੱਕ ਨਾਟਕ ਜਾਂ ਪ੍ਰਦਰਸ਼ਨ ਸਮਝੇ ਸਿਰਫ ਉਹ ਵਿਅਕਤੀ ਜੋ ਜਾਣਦਾ ਹੈ ਕਿ ਇਹ ਸਿਰਫ ਇੱਕ ਨਾਟਕ ਹੈ ਜੋ ਅਸੀਂ ਖੇਡ ਰਹੇ ਹਾਂ ਅਤੇ ਇਸ ਦਾ ਹਰ ਹਿੱਸਾ ਚੰਗਾ ਜਾਂ ਮਾੜਾ ਉੱਚਾ ਜਾਂ ਨੀਵਾ ਕੇਵਲ ਇੱਕ ਪ੍ਰਦਰਸ਼ਨ ਦਾ ਹਿੱਸਾ ਹੈ ਤਾਂ ਹੀ ਤੁਸੀਂ ਇਸ ਤੇ ਮੁ ਦੇਖਣ ਲਈ 7 ਡਾਲਰ 10 ਡਾਲਰ ਦੀ ਟਿਕਟ ਖਰੀਦਦੇ ਹੱਗ ਕੁਝ ਫਿਲਮਾਂ ਭਿਆਨਕ ਅਤੇ ਡਰਾਉਣੀਆਂ ਹੁੰਦੀਆਂ ਹਨ ਅਸੀਂ ਉਹਨਾਂ ਲਈ ਪੈਸੇ ਖਰਚ ਕਰਨ ਲਈ ਤਿਆਰ ਹੋ ਜਾਂਦੇ ਹਾਂ ਕਿ ਜ਼ਿੰਦਗੀ ਦੀ ਇਸ ਫਿਲਮ ਨੂੰ ਦੇਖਣ ਲਈ ਅਸੀਂ ਥੋੜੀ ਜਿਹੀ ਕੀਮਤ ਅਦਾ ਕਰਨ ਲਈ ਤਿਆਰ ਨਹੀਂ ਹਾਂ ਕੀਮਤ ਇਹ ਹੈ ਕਿ ਤੁਸੀਂ ਸਹੀ ਜਗ੍ਹਾ ਤੇ ਬੈਠ ਕੇ ਇਹ ਫਿਲਮ ਦੇਖੋ ਇਹ ਸੱਚ ਹੈ ਕਿ ਸਾਡਾ ਸਰੀਰ ਸਾਡਾ ਸਤੂ ਸਰੀਰ ਵੀ ਇਸ ਡਰਾਮੇ ਦਾ ਇੱਕ ਅਭਨੇਤਾ ਹੈ ਇਹ ਇੱਕ ਬਹੁਤ ਵੱਡੀ 부ਜਾਰਤ ਹੈ ਕਿ ਇੱਕ ਫਿਲਮ ਦੌਰਾਨ ਅਸੀਂ ਫਿਲਮ ਵਿੱਚ ਨਹੀਂ ਬੈਠਦੇ ਬਲਕਿ ਬਾਹਰ ਬੈਠ ਕੇ ਫਿਲਮ ਨੂੰ ਸਕਰੀਨ ਤੇ ਵੇਖਦੇ ਹਾਂ ਇੱਥੇ ਇਹ ਇੱਕ ਸ਼ਾਨਦਾਰ ਨਾਟਕ ਹੈ ਪਰ ਅਸੀਂ ਮੰਨ ਲਿਆ ਹੈ ਕਿ ਅਸੀਂ ਇੱਕ ਅਭਨੇਤਾ ਹਾਂ ਅਤੇ ਇੱਕੋ ਸਮੇਂ ਫਿਲਮ ਵੀ ਵੇਖ ਰਹੇ ਹਾਂ ਅਤੇ ਇੱਕੋ ਸਮੇਂ ਫਿਲਮ ਵੀ ਵੇਖ ਰਹੇ ਹਾਂ ਅਤੇ ਉਸ ਵਿੱਚ ਅਦਾਕਾਰੀ ਵੀ ਕਰ ਰਹੇ ਹਾਂ ਅਸਲ ਵਿੱਚ ਅਜਿਹਾ ਨਹੀਂ ਹੈ ਦਰਸਾ ਸਾਡਾ ਸਤੂ ਸ਼ਰੀਰ ਅਭਨੇਤਾ ਹੈ ਸ਼ਰੀਰ ਕੰਮ ਕਰਦਾ ਹੈ ਅਸੀਂ ਅੱਖਾਂ ਦੇ ਪਿੱਛੇ ਬੈਠੇ ਹਾਂ ਉਹ ਜਿਹੜੇ ਅੱਖਾਂ ਦੇ ਪਿੱਛੇ ਬੈਠਣਾ ਸਿੱਖ ਜਾਂਦੇ ਹਨ ਉਹ ਕਦੇ ਨਹੀਂ ਮਹਿਸੂਸ ਕਰਨਗੇ ਕਿ ਉਹ ਇਸ ਜ਼ਿੰਦਗੀ ਵਿੱਚ ਹਿੱਸਾ ਲੈ ਰਹੇ ਹਨ ਉਹ ਜਾਣ ਜਾਣਗੇ ਕਿ ਉਹ ਇਸ ਜ਼ਿੰਦਗੀ ਦਾ ਗਵਾਹ ਹਨ ਉਹ ਇਸ ਜ਼ਿੰਦਗੀ ਦੇ ਸਰੋਤੇ ਹਨ ਜੇ ਤੁਸੀਂ ਆਪਣੀਆਂ ਅੱਖਾਂ ਪਿੱਛੇ ਬੈਠ ਕੇ ਜ਼ਿੰਦਗੀ ਨੂੰ ਵੇਖਣ ਦੀ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਪਣੇ ਆਲੇ ਦੁਆਲੇ ਬਹੁਤ ਸਾਰੇ ਅਦਾਕਾਰਾਂ ਨੂੰ ਦੇਖ ਸਕੋਗੇ ਉਹ ਅਦਾਕਾਰ ਜੋ ਤੁਹਾਡੇ ਆਲੇ ਦੁਆਲੇ ਹਨ ਇਹਨਾਂ ਵਿੱਚ ਤੁਹਾਡਾ ਆਪਣਾ ਸਰੀਰ ਵੀ ਹੋਵੇਗਾ ਜਦੋਂ ਤੁਸੀਂ ਇਹ ਦੇਖ ਸਕਦੇ ਹੋ ਤਾਂ ਤੁਸੀਂ ਇਸ ਦਾ ਆਨੰਦ ਲਵੋਗੇ ਜਦੋਂ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਤਾਂ ਤੁਸੀਂ ਆਪਣੇ ਅੱਠਵੇਂ ਇੰਦਰੀ ਨੂੰ ਵਰਤ ਅਤੇ ਉਸ ਦਾ ਆਨੰਦ ਲੈ ਰਹੇ ਹੋਵੋਗੇ ਸਾਨੂੰ ਹਮੇਸ਼ਾ ਮਨ ਦੇ ਡਰ ਅਤੇ ਸ਼ੰਕੇ ਨੂੰ ਨਹੀਂ ਸੁਣਨਾ ਚਾਹੀਦਾ ਮਨ ਨੂੰ ਇੱਕ ਚੰਗੇ ਕਾਰਨ ਕਰਕੇ ਸ਼ੱਕ ਅਤੇ ਡਰ ਪੈਦਾ ਕਰਨ ਲਈ ਬਣਾਇਆ ਗਿਆ ਹੈ ਮਨ ਦਾ ਸ਼ੱਕ ਕਰਨਾ ਅਤੇ ਡਰਨਾ ਤੁਹਾਡੀ ਸਚਾਈ ਲੱਭਣ ਵਿੱਚ ਸਹਾਇਤਾ ਕਰਦਾ ਹੈ ਨਹੀਂ ਤਾਂ ਤੁਸੀਂ ਹੋਰਾਂ ਦੁਆਰਾ ਗੁੰਮਰਾਹ ਹੋ ਜਾਵੋਗੇ ਤੁਹਾਨੂੰ ਫਰਕ ਦੇਖਣ ਲਈ ਕਿਸੇ ਚੀਜ਼ ਨੂੰ ਲੱਭਣ ਲਈ ਮਨ ਦੀ ਵਰਤੋਂ ਕਰਨੀ ਪਵੇਗੀ ਇਹ ਹੀ ਹੈ ਖੋਜਣ ਦਾ ਸਭ ਤੋਂ ਉੱਤਮ ਢੰਗ ਜਿਵੇਂ ਕਿਹਾ ਜਾਂਦਾ ਹੈ ਕਿ ਪੁੱਡਿੰਗ ਜਾਂ ਖੀਰ ਨੂੰ ਖਾ ਕੇ ਹੀ ਤੁਸੀਂ ਉਸ ਦੇ ਸਵਾਦ ਦਾ ਪਤਾ ਲਗਾ ਸਕਦੇ ਹੋ ਉਸ ਉੱਤੇ ਟਿੱਪਣੀ ਕਰ ਸਕਦੇ ਹੋ ਜੇ ਕੋਈ ਜਾਣਾ ਬਿਨਾਂ ਖਾਧੇ ਹੀ ਸਵਾਦ ਬਾਰੇ ਬਹਿਸ ਕਰੀ ਜਾਵੇ ਤਾਂ ਉਸ ਦਾ ਕੋਈ ਮਤਲਬ ਨਹੀਂ ਤੁਸੀਂ ਉਸ ਨੂੰ ਚੱਖੋ ਅਤੇ ਉਸ ਬਾਰੇ ਨਿਰਣਾ ਲਵੋ ਕਿ ਉਹ ਕਿੰਨਾ ਕੁ ਸਵਾਦੀ ਹੈ ਇਸ ਲਈ ਜਦੋਂ ਤੁਸੀਂ ਕਈ ਕਿਸਮਾਂ ਦੇ ਅਧਿਆਤਮਿਕ ਮੁਰਸ਼ਿਦਾ ਅਧਿਆਪਕਾਂ ਨੂੰ ਮਿਲਦੇ ਹੋ ਜੋ ਕਈ ਕਿਸਮ ਦੇ ਅਧਿਆਤਮਕ ਉਪਦੇਸ਼ ਕਰਦੇ ਹਨ ਤਾਂ ਤੁਸੀਂ ਉਲਝਣ ਵਿੱਚ ਪਏ ਜਾਂਦੇ ਹੋ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਅਸੀਂ ਕਿਸ ਨੂੰ ਮੰਨੀਏ ਆਪਣੀ ਆਮ ਸਮਝਦਾਰੀ ਜਾਂ ਕਾਮਨ ਸੈਂਸ ਨਾਲ ਕੰਮ ਲਗਾਓ ਫਰਕ ਦੇਖੋ ਤੁਹਾਨੂੰ ਸ਼ੱਕ ਤਾਂ ਜਰੂਰ ਹੋਵੇਗਾ ਆਪਣੀਆਂ ਸ਼ੰਕਾਵਾਂ ਨੂੰ ਸਿਰਫ ਇਸ ਕਰਕੇ ਨਜ਼ਰ ਅੰਦਾਜ਼ ਨਾ ਕਰੋ ਕਿਉਂਕਿ ਕੋਈ ਕੁਝ ਕਹਿ ਰਿਹਾ ਹੈ ਆਪਣੇ ਸ਼ੰਕਿਆ ਦੇ ਜਵਾਬ ਲਓ స్పష్టీకరణ પ્રાપ્ત ਕਰੋ ਆਪਣੇ ਮਨ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਹੀ ਤੁਸੀਂ ਅਸਲ ਤਰੱਕੀ ਕਰ ਸਕਦੇ ਹੋ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਸ਼ੱਕ ਹੋਣ ਦੇ ਬਾਵਜੂਦ ਕੁਝ ਕੋਸ਼ਿਸ਼ ਕਰ ਲਵੋਗੇ ਤਾਂ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕੋਗੇ ਇੱਕ ਆਦਮੀ ਇੱਕ ਸਵਾਮੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਣੀ ਤੇ ਚੱਲਣ ਵਿੱਚ ਮਾਹਿਰ ਸੀ ਉਸ ਨੇ ਇੱਕ ਅਜਿਹੀ ਕਲਾ ਦਾ ਅਭਿਆਸ ਕੀਤਾ ਹੋਇਆ ਸੀ ਜਿਸ ਨਾਲ ਉਹ ਧਰਤੀ ਦੀ ਖਿੱਚ ਨੂੰ ਉਲਟਾ ਸਕਦਾ ਸੀ ਅਤੇ ਪਾਣੀ ਤੇ ਤੁਰ ਸਕਦਾ ਸੀ ਉਹ ਇੱਕ ਬਹੁਤ ਹੀ ਛੋਟੇ ਦੂਰ ਦਰਾਡੇ ਪਿੰਡ ਵਿੱਚ ਹਰ ਰੋਜ਼ ਪਾਣੀ ਤੇ ਤੁਰਦਾ ਸੀ ਹਰ ਕੋਈ ਉਸ ਨੂੰ ਤੁਰਦਾ ਵੇਖਦਾ ਸੀ ਇੱਕ ਅਮਰੀਕੀ ਨੂੰ ਉਸ ਤੇ ਸ਼ੱਕ ਸੀ ਉਸ ਦਾ ਮੰਨਣਾ ਸੀ ਕੋਈ ਵੀ ਪਾਣੀ ਤੇ ਨਹੀਂ ਤੁਰ ਸਕਦਾ ਲੋਕ ਐਵੇਂ ਹੀ ਗੱਲਾਂ ਕਰਦੇ ਹਨ ਮੈਂ ਤਾਂ ਕਦੇ ਕਿਸੇ ਨੂੰ ਪਾਣੀ ਤੇ ਤੁਰਦਾ ਨਹੀਂ ਦੇਖਿਆ ਲੋਕਾਂ ਨੇ ਕਿਹਾ ਖੁਦ ਜਾ ਕੇ ਦੇਖ ਲਵੋ ਸੋ ਉਹ ਉੱਥੇ ਗਿਆ ਅਤੇ ਉਸਨੇ ਉਸ ਆਦਮੀ ਨੂੰ ਤੁਰਦੇ ਵੇਖਿਆ ਉਸਨੇ ਕਿਹਾ ਇਸ ਵਿੱਚ ਜ਼ਰੂਰ ਕੋਈ ਚਾਲ ਹੈ ਉਸਨੇ ਜ਼ਰੂਰ ਆਪਣੀਆਂ ਜੁੱਤੀਆਂ ਵਿੱਚ ਕੁਝ ਪਾਇਆ ਹੋਇਆ ਹੈ ਕੁਝ ਤਾਂ ਹੈ ਜਿਸ ਕਰਕੇ ਉਹ ਡੁੱਬ ਨਹੀਂ ਰਿਹਾ ਮੈਂ ਵੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ ਉਸਨੇ ਸਵਾਮੀ ਨੂੰ ਕਿਹਾ ਕਿ ਮੈਂ ਇਦਾਂ ਕਰ ਸਕਦਾ ਹਾਂ ਸਵਾਮੀ ਨੇ ਜਵਾਬ ਦਿੱਤਾ ਬੇਸ਼ੱਕ ਤੂੰ ਵੀ ਇਦਾਂ ਕਰ ਸਕਦਾ ਹੈ ਕਿਵਲ ਬਿਨਾਂ ਸ਼ੱਕ ਤੋਂ ਇਸ ਨੂੰ ਕਰੀ ਆਪਣੇ ਆਪ ਨੂੰ ਕਹ ਮੈਨੂੰ ਯਕੀਨ ਹੈ ਕਿ ਮੈਂ ਪਾਣੀ ਤੇ ਤੁਰ ਸਕਦਾ ਹਾਂ ਜ਼ਰੂਰ ਤੂੰ ਕੱਲ ਸਵੇਰੇ ਮੇਰੇ ਨਾਲ ਪਾਣੀ ਤੇ ਤੁਰ ਸਕੇਗਾ ਉਸ ਆਦਮੀ ਨੇ ਸੋਚਿਆ ਇਹ ਤਾਂ ਬਹੁਤ ਵਧੀਆ ਹੈ ਉਸ ਨੇ ਮੈਨੂੰ ਚੁਣੌਤੀ ਦਿੱਤੀ ਹੈ ਮੈਂ ਕੱਲ ਉਸ ਦੇ ਨਾਲ ਪਾਣੀ ਉੱਤੇ ਤੁਰਾਂਗਾ ਅਗਲੇ ਸਵੇਰ ਦੋਵੇਂ ਨਦੀ ਵੱਲ ਚੱਲ ਪਏ ਸਵਾਮੀ ਨੇ ਕਿਹਾ ਆਓ ਚੱਲੀਏ ਉਸ ਨੇ ਕਿਹਾ ਸਵਾਮੀ ਇੱਕ ਮਿੰਟ ਰੁਕੋ ਜੇ ਮੈਂ ਪਾਣੀ ਤੇ ਚੱਲ ਨਹੀਂ ਸਕਿਆ ਤਾਂ ਮੈਨੂੰ ਆਪਣੇ ਦੁਆਲੇ ਇੱਕ ਰੱਸੀ ਬੰਨਣ ਦਿਓ ਮੈਂ ਕਿਸੇ ਨੂੰ ਰੱਸੀ ਫੜਨ ਨੂੰ ਕਹਿ ਦੰਦਾ ਹਾਂ ਤਾਂ ਕਿ ਜੇਕਰ ਮੈਂ ਡੁੱਬਣ ਲੱਗਾ ਤਾਂ ਮੈਨੂੰ ਬਾਹਰ ਕੱਢ ਲਿਆ ਜਾਵੇ ਸਵਾਮੀ ਹੱਸ ਪਿਆ ਜਦੋਂ ਉਹਨਾਂ ਦੋਵਾਂ ਨੇ ਨਦੀ ਅੰਦਰ ਪੈਰ ਰਖੇ ਤਾਂ ਉਹ ਆਗਲੇ ਪਾਣੀ ਵਿੱਚ ਗਿਰ ਗਿਆ ਅਤੇ ਸਵਾਮੀ ਨਦੀ ਪਾਰ ਚਲਾ ਗਿਆ ਉਸ ਬੰਦੇ ਨੂੰ ਬਾਹਰ ਖਿੱਚਿਆ ਗਿਆ ਜੇ ਉਹ ਬੰਦਾ ਆਪਣੇ ਦੁਆਲੇ ਰੱਸੀ ਬੰਨਣੀ ਚਾਹੁੰਦਾ ਸੀ ਤਾਂ ਉਸ ਨੂੰ ਪਹਿਲਾ ਤੋਂ ਹੀ ਸ਼ੱਕ ਸੀ ਸ਼ੱਕ ਨਾਲ ਤੁਸੀਂ ਪਾਣੀ ਤੇ ਕਿਵੇਂ ਚੱਲ ਸਕਦੇ ਹੋ ਸ਼ੱਕ ਨਾਲ ਤੁਸੀਂ ਕਿਸ ਤਰ੍ਹਾਂ ਕੋਈ ਚੀਜ਼ ਕਰ ਸਕਦੇ ਹੋ ਜਦੋਂ ਸ਼ੰਕਾਵਾਂ ਹੁੰਦੀਆਂ ਹਨ ਤਾਂ ਉਹ ਸਾਨੂੰ ਅਭਿਆਸ ਵਿੱਚ ਅਸਲ ਸਫਲਤਾ ਪ੍ਰਾਪਤ ਕਰਨ ਤੋਂ ਰੋਕਦੀਆਂ ਹਨ ਇਸ ਲਈ ਪਹਿਲਾਂ ਸਾਨੂੰ ਆਪਣੀਆਂ ਸ਼ੰਕਾਵਾਂ ਦੂਰ ਕਰਨੀਆਂ ਪੈਂਦੀਆਂ ਹਨ ਇਹੀ ਕਾਰਨ ਹੈ ਕਿ ਇਹਨਾਂ ਪਰਮ ਸੰਤ ਸਤਿਗੁਰੂਆਂ ਦੇ ਬਹੁਤ ਸਾਰੇ ਜਵਾਬ ਸਾਡੀਆਂ ਸ਼ੰਕਾਵਾਂ ਦੂਰ ਕਰਨ ਲਈ ਬਣੇ ਹੁੰਦੇ ਹਨ ਜਿਸ ਤੋਂ ਬਾਅਦ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਅਤੇ ਸ਼ੰਕੇ ਸਾਡੇ ਰਸਤੇ ਵਿੱਚ ਨਹੀਂ ਆਉਂਦੇ ਅਤੇ ਜਿਉਂ-ਜਿਉਂ ਸ਼ੰਕੇ ਪੈਦਾ ਹੁੰਦੇ ਹਨ ਅਸੀਂ ਇਹਨਾਂ ਸ਼ੰਕਿਆਂ ਨੂੰ ਜਿਠੰਦੇ ਕਾਬੂ ਪਾਣ ਜਾਂਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸ਼ੰਕੇ ਸਾਨੂੰ ਪ੍ਰੇਸ਼ਾਨ ਕਰਨ ਲਈ ਆ ਰਹੇ ਹਨ ਅਤੇ ਅਸੀਂ ਇਹਨਾਂ ਨੂੰ ਕਾਰਜ ਕਰਨ ਦੇ ਕਾਬੂ ਪਾਣ ਜਾਂਦੇ ਹਾਂ ਜਦੋਂ ਸਾਡੇ ਕੋਲ ਉਹ ਫਰਕ ਕਰਨ ਦੀ ਸ਼ਕਤੀ ਨਿਰਣਾ ਕਰਨ ਦੀ ਸ਼ਕਤੀ ਆ ਜਾਂਦੇ ਹੈ ਜਿਸ ਨਾਲ ਅਸੀਂ ਇਹ ਕਹਿ ਸਕੀਏ ਕਿ ਉਹ ਸ਼ੰਕਾ ਮੈਨੂੰ ਵਿਚਲਤ ਕਰਨ ਲਈ ਆ ਰਿਹਾ ਹੈ ਅਤੇ ਮੈਂ ਉਸ ਨੂੰ ਇੱਕ ਪਾਸੇ ਰੱਖ ਸਕਦਾ ਹਾਂ ਫਿਰ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ ਇਸ ਲਈ ਤਾਂ ਮੈਂ ਅਜਿਹੇ ਨੁਕਤੇ ਦੱਸ ਰਿਹਾ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਚੀਜ਼ਾਂ ਵਿੱਚ ਫਸ ਜਾਂਦੇ ਹਨ ਉਹਨਾਂ ਨੂੰ ਬਹੁਤ ਲੰਬੇ ਅਰਸੇ ਤੋਂ ਨਾਮਦਾਨ ਦੀ ਦਿਖਿਆ ਮਿਲੀ ਹੋਈ ਹੁੰਦੀ ਹੈ ਪਰ ਉਹਨਾਂ ਨੇ ਕੋਈ ਤਰੱਕੀ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਜੇ ਹੱਕ ਕਿਉਂ ਹੋ ਰਿਹਾ ਹੈ ਕੋਈ ਜਾਣਾ ਵੀ ਦੱਸਣ ਲਈ ਨਹੀਂ ਹੁੰਦਾ ਕਿ ਉਹ ਤਰੱਕੀ ਕਿਉਂ ਨਹੀਂ ਕਰ ਰਹੇ ਉਹਨਾਂ ਦੇ ਪ੍ਰਸ਼ਨਾਂ ਦਾ ਇਹ ਜਵਾਬ ਹੈ ਕਿ ਇਹ ਸ਼ੰਕੇ ਉਹਨਾਂ ਦੀ ਰਾਹ ਵਿੱਚ ਰੁਕਾਵਟ ਹਨ ਪਹਿਲਾਂ ਆਪਣੇ ਸ਼ੰਕੇ ਦੂਰ ਕਰੋ ਮੇਰੇ ਆਪਣੇ ਮੁਰਸ਼ਿਦ ਵੱਡੇ ਮਹਾਰਾਜ ਬਾਬਾ 사ਵਨ ਸਿੰਘ ਜੀ ਕਹਿੰਦੇ ਸਨ ਕਿ ਜੋ ਲੋਕ ਬਹੁਤ ਬੁੱਧੀਮਾਨ ਹੁੰਦੇ ਹਨ ਜਿਨ੍ਹਾਂ ਦੇ ਸਿਰ ਵਿੱਚ ਬਹੁਤ ਸਾਰੇ ਫਲਸਫੇ ਭਰੇ ਹੁੰਦੇ ਹਨ ਜਿਨ੍ਹਾਂ ਨੇ ਬਹੁਤ ਕੁਝ ਪੜ੍ਹਿਆ ਹੁੰਦਾ ਹੈ ਅਤੇ ਜਿਨ੍ਹਾਂ ਦੇ ਮਨ ਵਿੱਚ ਬਹੁਤ ਸਾਰੇ ਬૌਧਿਕ ਪ੍ਰਸ਼ਨ ਹੁੰਦੇ ਹਨ ਉਹਨਾਂ ਨੂੰ ਰੋਹਾਨੀ ਮਾਰਗ ਉੱਤੇ ਤਰੱਕੀ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ ਕਿਉਂਕਿ ਉਹਨਾਂ ਨੂੰ ਇਹ ਸਮਝਣ ਵਿੱਚ ਲੰਬਾ ਸਮਾਂ ਲੱਗਦਾ ਹੈ ਕਿ ਉਹਨਾਂ ਦੇ ਸ਼ੱਕ ਕਿਵੇਂ ਪੈਦਾ ਹੋ ਰਹੇ ਹਨ ਅਤੇ ਡਰ ਕਿੱਥੋਂ ਆ ਰਿਹਾ ਹੈ ਉਹ ਬਹੁਤਾ ਸਮਾਂ ਇਨਾ ਬੋਧਿਕ ਮਸਲਿਆਂ ਵਿੱਚ ਹੀ ਉਲਝੇ ਰਹਿੰਦੇ ਹਨ ਉਹ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਬੋਧਿਕ ਤਰੀਕੇ ਨਾਲ ਸਮਝਣ ਤੋਂ ਬਾਅਦ ਹੀ ਅਧਿਆਤਮਿਕ ਤਰੱਕੀ ਕਰ ਸਕਦੇ ਹਨ ਦੂਜੇ ਪਾਸੇ ਇੱਕ ਸੁਧਾਰਨ ਇਨਸਾਨ ਜਿਸ ਨੇ ਕਦੇ ਵੀ ਕੋਈ ਕਿਤਾਬਾਂ ਨਹੀਂ ਪੜੀਆਂ ਜੋ ਇੱਕ ਪਿੰਡ ਤੋਂ ਹੈ ਜਿਸ ਦੇ ਦਿਲ ਵਿੱਚ ਪਿਆਰ ਤੋਂ ਇਲਾਵਾ ਕੁਝ ਨਹੀਂ ਹੁੰਦਾ ਜਿਸ ਦੇ ਦੇਲ ਵਿੱਚ ਕੁਰਪਕਤੀ ਹੈ ਪਹਿਲੇ ਦਿਨ ਹੀ ਉਹ ਉੱਚ ਪੜਾਵਾ ਦੇ ਅਨੁਭਵ ਪ੍ਰਾਪਤ ਕਰ ਲੈਂਦਾ ਹੈ ਇਹ ਇਸ ਲਈ ਨਹੀਂ ਕਿਉਂਕਿ ਉਸ ਦੇ ਕਰਮ ਬਿਹਤਰ ਹਨ ਜਾਂ ਅਜਿਹਾ ਕੁਝ ਹੈ ਫਰਕ ਇਹ ਹੈ ਕਿ ਬੁੱਧੀਮਾਨ ਦੀ ਸਥਿਤੀ ਵੱਖਰੀ ਹੁੰਦੀ ਹੈ ਉਹ ਬૌਧਿਕ ਪ੍ਰਸ਼ਨਾਂ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਦੇ ਉੱਤਰ ਪ੍ਰਾਪਤ ਕੀਤੇ ਬਿਨਾ ਉਹ ਤਰੱਕੀ ਨਹੀਂ ਕਰ ਸਕਦਾ ਉਹ ਵਿਅਕਤੀ ਜਿਸ ਕੋਲ ਕੋਈ ਪ੍ਰਸ਼ਨ ਨਹੀਂ ਹੁੰਦਾ ਉਹ ਜਲਦੀ ਤਰੱਕੀ ਕਰਦਾ ਹੈ ਪਰ ਵੱਡੇ ਮਹਾਰਾਜ ਨੇ ਇਹ ਵੀ ਕਿਹਾ ਕਿ ਬੁੱਧੀ ਜੀਵੀਆਂ ਨੂੰ ਸੁਧਾਰਨ ਵਿਅਕਤੀਆਂ ਨਾਲੋਂ ਇੱਕ ਗੱਲ ਦਾ ਫਾਇਦਾ ਵੀ ਹੈ ਕੀ ਫਾਇਦਾ ਹੈ ਫਾਇਦਾ ਇਹ ਹੈ ਕਿਉਂਕਿ ਉਹਨਾਂ ਨੂੰ ਸਾਰੇ ਪ੍ਰਸ਼ਨਾਂ ਦੇ ਜਵਾਬ ਮਿਲ ਗਏ ਹੁੰਦੇ ਹਨ ਉਹਨਾਂ ਨੇ ਆਪਣੇ ਮਨ ਨੂੰ ਸੰਤੁਸ਼ਟ ਕਰ ਲਿਆ ਹੁੰਦਾ ਹੈ ਉਸ ਤੋਂ ਬਾਅਦ ਮਨ ਉਸ ਵਿਅਕਤੀ ਨੂੰ ਪਰੇਸ਼ਾਨ ਨਹੀਂ ਕਰਦਾ ਅਤੇ ਉਹ ਲਗਾਤਾਰ ਸਫਲਤਾ ਹਾਸਲ ਕਰਦਾ ਹੈ। ਸਧਾਰਨ ਵਿਅਕਤੀ ਨੂੰ ਅਨੁਭਵਤਾ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ ਪਰ ਫਿਰ ਉਸ ਦੀ ਕਿਸਮਤ ਅਨਸਾਰ ਜੇਕਰ ਉਸ ਦੇ ਜੀਵਨ ਵਿੱਚ ਕੁਝ ਅਜੀਹਾ ਵਾਪਰੇ ਜੋ ਉਸ ਨੂੰ ਪਸੰਦ ਨਹੀਂ ਆਉਂਦਾ ਜਿਵੇਂ ਕਿ ਕੋਈ ਦੁਰਘਟਨਾ ਕਿਸੇ ਨੇੜਲੇ ਵਿਅਕਤੀ ਜਾਂ ਬੱਚੇ ਦੀ ਮੌਤ ਉਸ ਦੀ ਜ਼ਿੰਦਗੀ ਵਿੱਚ ਕੋਈ ਮਾੜੀ ਘਟਨਾ ਤਾਂ ਉਸ ਦਾ ਵਿਸ਼ਵਾਸ ਹਿਲ ਜਾਂਦਾ ਹੈ ਬੋਧਿਕ ਵਿਅਕਤੀ ਦਾ ਵਿਸ਼ਵਾਸ ਉਸ ਦੇ ਮਨ ਦੀ ਸੰਤੁਸ਼ਟੀ ਹੋਣ ਤੋਂ ਬਾਅਦ ਨਿਰਮਤ ਹੁੰਦਾ ਹੈ ਪਰ ਇਹ ਲੰਬੇ ਸਮੇਂ ਤੱਕ ਬਰਕਰਾਰ ਰਹਿੰਦਾ ਹੈ ਦੂਸਰੇ ਵਿਅਕਤੀ ਜਿਸ ਨੂੰ ਬਹੁਤ ਜਲਦੀ ਕਿਸੇ ਕਿਸਮ ਦਾ ਅਨੁਭਵ ਹੁੰਦਾ ਹੈ ਉਸ ਦਾ ਵਿਸ਼ਵਾਸ ਉਸ ਅਨੁਭਵ ਤੇ ਆਧਾਰਿਤ ਹੁੰਦਾ ਹੈ ਨਾ ਕਿ ਕਿਸੇ ਅਸਲ ਅਧਿਆਨ ਜਾਂ ਮਨ ਦੀ ਅਸਲ ਸੰਤੁਸ਼ਟੀ ਤੇ ਜੇਕਰ ਕੋਈ ਖਰਾਬ ਘਟਨਾ ਵਾਪਰ ਜਾਵੇ ਤਾਂ ਉਸ ਦਾ ਨਿਸ਼ਚਾ ਦਗਮਗਾ ਜਾਂਦਾ ਹੈ ਇਸ ਲਈ ਇਹਨਾਂ ਦੋਹਾਂ ਦੇ ਅਨੁਭਵਾ ਵਿੱਚ ਥੋੜਾ ਸੰਤੁਲਨ ਹੁੰਦਾ ਹੈ ਇੱਕ ਵਿੱਚ ਥੋੜੀ ਦੇਰੀ ਹੁੰਦੀ ਹੈ ਪਰ ਇਹ ਚੰਗਾ ਹੁੰਦਾ ਹੈ ਇੱਕ ਤੇਜ਼ੀ ਨਾਲ ਹੁੰਦਾ ਹੈ ਪਰ ਜਦੋਂ ਤੱਕ ਉਸ ਨੂੰ ਅੰਦਰਲੇ ਰੋਹਾਨੀ ਅਨੁਭਵ ਨਾ ਹੋਣ ਉਹ ਦਗਮਗਾ ਸਕਦਾ ਹੈ ਅੰਤਮ ਜਵਾਬ ਇਹ ਹੈ ਕੀ ਪੁੱਢਿੰਗ ਜਾਂ ਖੀਰ ਦਾ ਪਰਮਾਨ ਉਸ ਦੇ ਖਾਨ ਵਿੱਚ ਹੈ ਇਸ ਦਾ ਅਰਥ ਹੈ ਕਿ ਸिखर ਲਈ ਪਰਮਾਨ ਲਈ ਇਹ ਲਾਜ਼ਮੀ ਹੈ ਕਿ ਤੁਹਾਨੂੰ ਆਪਣੇ ਅੰਦਰ ਜਾ ਕੇ ਉਹਨਾਂ ਚੀਜ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਕਿਹਾ ਗਿਆ ਹੈ ਜੇ ਤੁਸੀਂ ਆਪਣੇ ਆਪ ਤਸਦੀਕ ਨਹੀਂ ਕਰਦੇ ਤਾਂ ਤੁਹਾਡਾ ਵਿਸ਼ਵਾਸ ਅੰਨਾ ਹੈ ਵੱਡੇ ਮਹਾਰਾਜ ਦੀਆਂ ਸਖਿਆਵਾਂ ਕਿਸੇ ਅੰਧ ਵਿਸ਼ਵਾਸ ਦੀ ਆਗਿਆ ਨਹੀਂ ਦਿੰਦੀਆਂ ਕਿਸੇ ਵੀ ਅਨੁਸ਼ਵਾਸ ਦੀ ਆਗਿਆ ਨਹੀਂ ਹੈ ਕਿਉਂਕਿ ਕੋਈ ਵਿਅਕਤੀ ਕੁਝ ਕਹਿ ਰਿਹਾ ਹੈ ਤੁਹਾਨੂੰ ਉਸ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਸ ਹੱਦ ਤੱਕ ਵਿਸ਼ਵਾਸ ਕਰੋ ਜਿਸ ਦਾ ਤੁਸੀਂ ਅਨੁਭਵ ਕੀਤਾ ਹੈ ਜਿਵੇਂ ਜਿਵੇਂ ਤੁਹਾਡਾ ਅਨੁਭਵ ਵਧੇਗਾ ਉਸੇ ਤਰ੍ਹਾਂ ਤੁਸੀਂ ਆਪਣੇ ਵਿਸ਼ਵਾਸ ਨੂੰ ਵਧਾ ਸਕਦੇ ਹੋ ਪਰ ਸਿਰਫ ਕਿਸੇ ਦੇ ਕੁਝ ਕਹਿਣ ਤੇ ਯਕੀਨ ਨਾ ਕਰੋ ਮੈਂ ਇਹ ਇਸ ਲਈ ਸਪਸ਼ਟ ਕਰ ਰਿਹਾ ਹਾਂ ਇਹ ਕਿ ਇਹ ਇੱਕ ਆਮ ਪ੍ਰਸ਼ਨ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਬਹੁਤ ਸਾਰੇ ਮੁਰਸ਼ਿਦ ਹਨ ਉਹ ਸਾਨੂੰ ਉਲਝਾ ਰਹੇ ਹਨ ਅਸੀਂ ਨਹੀਂ ਜਾਣਦੇ ਕਿ ਕਿਸ ਦੇ ਪਿੱਛੇ ਲੱਗਣਾ ਹੈ ਆਪਣੇ ਦਿਲ ਦੀ ਸੁਣੋ ਉਸ ਦੇ ਪਿੱਛੇ ਲੱਗੋ ਜਿੱਥੇ ਤੁਸੀਂ ਖਿੱਚੇ ਜਾ ਰਹੇ ਹੋ ਉਸ ਨੂੰ ਚੰਗਾ ਮੌਕਾ ਦਿਓ ਹੋ ਸਕਦਾ ਹੈ ਕਿ ਉਹ ਇੱਕ ਪਰਮ ਸੰਤ ਸਤਿਗੁਰੂ ਨਾ ਹੋਵੇ ਪਰ ਉਹ ਗੁਰੂ ਹੋ ਸਕਦਾ ਹੈ ਜੋ ਤੁਹਾਨੂੰ ਤੁਹਾਡੀ ਅੰਦਰਲੀ ਰੋਹਾਨੀ ਅਵਸਥਾ ਤੋਂ ਜਾਣੂ ਕਰਵਾਵੇ ਸ਼ਾਇਦ ਉਹ ਤੁਹਾਨੂੰ ਸਿਰਫ ਪਹਿਲੇ ਪੜਾਅ ਤੱਕ ਹੀ ਲੈ ਜਾਵੇ ਪਰ ਉਸ ਨੇ ਆਪਣਾ ਕੰਮ ਕਰ ਦਿੱਤਾ ਉਸ ਦਾ ਕੰਮ ਤੁਹਾਨੂੰ ਉੱਥੇ ਤੱਕ ਲੈ ਜਾਣ ਦਾ ਹੀ ਸੀ ਪਰ ਤੁਹਾਡੀ ਜਿਗਿਆਸਾ ਅਜੇ ਖਤਮ ਨਹੀਂ ਹੁੰਦੀ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਭਾਲ ਜਾਰੀ ਰਹਿੰਦੀ ਹੈ ਫਿਰ ਜਰੂਰ ਕੋਈ ਹੋਰ ਮੁਰਸ਼ਿਦ ਤੁਹਾਨੂੰ ਲੱਭੇਗਾ ਰਾਜ ਤੁਹਾਡੇ ਦਿਲ ਵਿੱਚ ਚੜ ਰਹੀ ਜਿਗਿਆਸਾ ਹੈ ਉਹ ਰਾਜ ਜਾਨਾ ਜੇ ਤੁਸੀਂ ਜਿਗਿਆਸਾ ਜਾਰੀ ਰੱਖੋਗੇ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਮੁਰਸ਼ਿਦ ਨੂੰ ਮਿਲਦੇ ਹੋ ਉਹ ਤੁਹਾਨੂੰ ਉਨੀ ਦੂਰੀ ਤੱਕ ਲੈ ਜਾਵੇਗਾ ਜਿੱਥੇ ਤੱਕ ਉਹ ਲਿਜਾ ਸਕਦਾ ਸੀ ਜੇ ਤੁਹਾਡੀ ਜਿਗਿਆਸਾ ਉਸ ਤੋਂ ਵੀ ਪਰੇ ਦੀ ਹੈ ਤਾਂ ਤੁਹਾਨੂੰ ਕੋਈ ਸਹੀ ਮੁਰਸ਼ਿਦ ਮਿਲੇਗਾ ਅਸਲ ਵਿੱਚ ਇਹ ਸਹੀ ਕਾਮਨ ਮੁਰਸ਼ਿਦ ਤੁਹਾਨੂੰ ਲੱਭੇਗਾ ਚਾਹੇ ਤੁਸੀਂ ਜਿੱਥੇ ਵੀ ਹੋਵੋ ਫਿਕਰ ਨਾ ਕਰੋ ਉਹ ਵਿਅਕਤੀ ਜੋ ਸੱਚਾ ਜਗਿਆਸੂ ਹੈ ਉਸ ਨੂੰ ਫਿਕਰ ਕਰਨ ਦੀ ਕੋਈ ਵੀ ਲੋੜ ਨਹੀਂ ਜੇਕਰ ਉਹ ਆਪਣੇ ਦਿਲ ਵਿੱਚ ਭਾਲ ਕਰਦਾ ਰਹਿੰਦਾ ਹੈ ਉਸ ਨੂੰ ਇੱਕ ਪਰਮ ਸੰਤ ਸਤਿਗੁਰੂ ਜ਼ਰੂਰ ਮਿਲੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਮੇਰੇ ਜੀਵਨ ਦਾ ਮੇਰੇ ਸਾਰੇ ਜੀਵਨ ਦਾ ਅਨੁਭਵ ਹੈ ਮੈਂ ਸਾਰੀ ਦੁਨੀਆ ਵਿੱਚ ਦੇਖਿਆ ਜਿੱਥੇ ਕਿਤੇ ਵੀ ਕੋਈ ਜਗਿਆਸੂ ਹੈ ਅਤੇ ਜਗਿਆਸੂ ਸਾਰੇ ਸੰਸਾਰ ਵਿੱਚ ਹਨ ये ना सोचो वो सिर्फ एक जगह पर हैं वो सारे संसार इसे तरह मुर्शद भी उन्हें जगह आसूआ जो सारे संसार वाल तवजो दे रहे हैं इसलिए जे ती भाल करोगे तो तीस लभ लब लवोगे इस बारे कोई शक नहीं है आओ वापस अभ्यास के विषय से चलीए ਅਸੀਂ ਥੋੜੀ ਜਹੀ ਮੰਤਰ ਦੀ ਵਰਤੋਂ ਦੀ ਪ੍ਰੈਕਟਿਸ ਕਰ ਚੁੱਕੇ ਹਾਂ ਹੁਣ ਅਸੀਂ ਅੱਗੇ ਕੁਝ ਹੋਰ ਕਰਨਾ ਚਾਹੁੰਦੇ ਹਾਂ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸ਼ਬਦਾ ਦੇ ਦੌਰਾਨ ਨਾਲ ਕੋਈ ਤੁਣੀ ਵੀ ਸੁਣਦੀ ਹੈ ਅਤੇ ਸਾਨੂੰ ਸਿੱਖਣਾ ਪਵੇਗਾ ਕਿ ਸ਼ਬਦਾ ਦੇ ਦੌਰਾਨ ਤੋਂ ਆਵਾਜ਼ ਸੁਣਨ ਵਿੱਚ ਕਿਸ ਤਰ੍ਹਾਂ ਸਵਿਚ ਹੋਣਾ ਹੈ ਅਸੀਂ ਸ਼ਬਦਾਂ ਨੂੰ ਦੁਹਰਾਉਣ ਦਾ ਅਤੇ ਉਹਨਾਂ ਸ਼ਬਦਾਂ ਨੂੰ ਸੁਣਨ ਦੀ ਪ੍ਰੈਕਟਿਸ ਕਰ ਰਹੇ ਹਾਂ ਇਹ ਸ਼ਬਦਾਂ ਨੂੰ ਦੁਹਰਾਉਣ ਦੀ ਪ੍ਰੈਕਟਿਸ ਨਹੀਂ ਬਲਕਿ ਦੁਹਰਾਉਂਦੇ ਹੋਏ ਸ਼ਬਦਾਂ ਨੂੰ ਸੁਣਨ ਦੀ ਪ੍ਰੈਕਟਿਸ ਹੈ ਹੁਣ ਅਸੀਂ ਸੁਣਨ ਵੱਲ ਜਾਂਦੇ ਹਾਂ ਅਸੀਂ ਇਹਨਾਂ ਸ਼ਬਦਾਂ ਨੂੰ ਉਦੋਂ ਤੱਕ ਸੁਣਦੇ ਹਾਂ ਜਦੋਂ ਤੱਕ ਸੰਗੀਤ ਸੁਣਾਈ ਦੇਣਾ ਸ਼ੁਰੂ ਨਹੀਂ ਹੋ ਜਾਂਦਾ ਜੇ ਸੰਗੀਤ ਸੁਣਾਈ ਨਹੀਂ ਦਿੰਦਾ ਤਾਂ ਸ਼ਬਦ ਸੁਣਦੇ ਰਹੋ ਜੇ ਸੰਗੀਤ ਸੁਣਾਈ ਦਿੰਦਾ ਹੈ ਤਾਂ ਉਸ ਨੂੰ ਸੁਣਨਾ ਆਰੰਭ ਕਰੋ ਜੇ ਆਵਾਜ਼ ਧੀਮੀ ਹੋ ਜਾਵੇ ਜਾ ਗਾਇਬ ਹੋ ਜਾਵੇ ਤਾਂ ਸ਼ਬਦਾਂ ਨੂੰ ਸੁਣਨਾ ਸ਼ੁਰੂ ਕਰ ਦੇਵੋ ਜੇ ਆਵਾਜ਼ ਆਂਦੀ ਹੋਵੇ ਤਾਂ ਸ਼ਬਦਾਂ ਨੂੰ ਭੁੱਲ ਕੇ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਵੋ ਚਲੋ ਹੁਣ ਇਸ ਦੀ ਕਿਰਿਆ ਕਰਦੇ ਹਾਂ ਆਪਣੀਆਂ ਅੱਖਾਂ ਬੰਦ ਕਰੋ ਅੱਖਾਂ ਦੇ ਪਿੱਛੇ ਜਿੱਜੀ ਅੱਖ ਦੇ ਕੇਂਦਰ ਤੇ ਜਾਓ ਅਤੇ ਆਪਣੇ ਆਪ ਨੂੰ ਉੱਥੇ ਸਥਾਪਿਤ ਕਰੋ ਇਹ ਪੱਕੀ ਤਰ੍ਹਾਂ ਮਹਿਸੂਸ ਕਰੋ ਕਿ ਤੁਸੀਂ ਉੱਥੇ ਹੋ ਸ਼ਬਦਾਂ ਨੂੰ ਦੁਹਰਾਉਣਾ ਸ਼ੁਰੂ ਕਰੋ ਤੁਹਾਡੇ ਵਿੱਚੋਂ ਕਿੰਨੇ ਸਫਲਤਾਪੂਰਵਕ ਇਸ ਨੂੰ ਕਰ ਸਕੈ ਚੰਗੀ ਗਿਣਤੀ ਹੈ ਔਰ ਪ੍ਰੈਕਟਿਸ ਦੀ ਜ਼ਰੂਰਤ ਹੈ ਥੋੜੀ ਹੋਰ ਪ੍ਰੈਕਟਿਸ ਤੁਹਾਨੂੰ ਯਾਦ ਹੈ ਕਿ ਦੋ ਕਿਸਮ ਦੀਆਂ ਕਾਰਾਂ ਹੁੰਦੀਆਂ ਹਨ ਇੱਕ ਨੂੰ ਰੀਅਲ 휠 ਡਰਾਈਵ ਕਿਹਾ ਜਾਂਦਾ ਹੈ ਇੱਕ ਨੂੰ ਫਰੰਟ 휠 ਡਰਾਈਵ ਕਿਹਾ ਜਾਂਦਾ ਹੈ ਦੋਹਾਂ ਕਾਰਾਂ ਵਿੱਚ ਕੀ ਅੰਤਰ ਹੈ ਰੀਅਲ 휠 ਡਰਾਈਵ ਵਿੱਚ ਕਾਰ ਦਾ ਇੰਜਣ ਪਿਛਲੇ ਪਾਸੇ ਤੋਂ ਕਾਰ ਨੂੰ ਧੱਕਦਾ ਹੈ ਪੂਰੀ ਕਾਰ ਇੰਜਨ ਦੇ ਤੱਕੇ ਦੀ ਸ਼ਕਤੀ ਜੋ ਪਿਛਲੇ ਪਹੀਆਂ ਰਾਹੀਂ ਆਉਂਦੀ ਹੈ ਉਸ ਨਾਲ ਚੱਲਦੀ ਹੈ ਫਰੰਟ 휠 ਡਰਾਈਵ ਵਾਲੀ ਕਾਰ ਵਿੱਚ ਇੰਜਨ ਕਾਰ ਨੂੰ ਅੱਗੇ ਤੋਂ ਖਿੱਚਦਾ ਹੈ ਸੋ ਇੱਕ ਇਸ ਨੂੰ ਤੱਕਦਾ ਹੈ ਅਤੇ ਦੂਜਾ ਇਸ ਨੂੰ ਖਿੱਚਦਾ ਹੈ ਇਹ ਦੋ ਤਰੀਕੇ ਵੀ ਇਹੋ ਜਿਹੇ ਹਨ ਸਿਮਰਨ ਰੀਅਰ 휠 ਵਾਲੀ ਕਾਰ ਹੈ ਸਿਮਰਨ ਤੁਹਾਨੂੰ ਅੱਗੇ ਵੱਲ ਤੱਕਦਾ ਹੈ ਤੁਨੀ ਇੱਕ ਫਰੰਟ 휠 ਵਾਲੀ ਕਾਰ ਹੈ ਉਹ ਤੁਹਾਨੂੰ ਆਪਣੀ ਸ਼ਕਤੀ ਨਾਲ ਖਿੱਚਦੀ ਹੈ ਇਹਨਾਂ ਦੋਨਾਂ ਵਿੱਚੋਂ ਜਿਹੜਾ ਤੁਹਾਨੂੰ ਲੱਗੇ ਕਿ ਇਹ ਇਸ ਸਮੇਂ ਕੰਮ ਕਰ ਰਿਹਾ ਹੈ ਉਸ ਦਾ ਇਸਤੇਮਾਲ ਕਰੋ ਮੰਤਰ ਸਿਮਰਨ ਦੀ ਵਰਤੋਂ ਕਰੋ ਤਾਂ ਜੋ ਉਹ ਤੁਹਾਨੂੰ ਤੁਨੀ ਵੱਲ ਅੱਗੇ ਤੱਕੇ ਤੁਨੀ ਤਾਂ ਹੀ ਤੁਹਾਨੂੰ ਖਿੱਚੇਗੀ ਜੇ ਇਹ ਅਸਲ ਸੂਖਸ਼ਮ ਮੰਡਲ ਦੀ ਆਵਾਜ਼ ਹੈ ਇਹ ਇੱਕ ਅਸਲੀ ਸੂਖਮ ਮੰਡਲ ਦੇ ਤੋਂ ਨਹੀਂ ਹੈ ਜੋ ਸੂਖਮ ਮੰਡਲ ਤੋਂ ਉੱਠਦੀ ਹੈ ਅਤੇ ਸੂਖਮ ਮੰਡਲ ਵਿੱਚ ਹਮੇਸ਼ਾ ਮੌਜੂਦ ਰਹਿੰਦੀ ਹੈ ਹਮੇਸ਼ਾ ਉਹੀ ਇੱਕੋ ਇੱਕ ਆਵਾਜ਼ ਹੈ ਜੋ ਖਿੱਚਦੀ ਹੈ ਦੂਜੀਆਂ ਆਵਾਜ਼ਾਂ ਪ੍ਰੈਕਟਿਸ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ ਮੈਂ ਉਹਨਾਂ ਨੂੰ ਪ੍ਰੈਕਟਿਸ ਸਾਊਂਡਸ ਕਹਿੰਦਾ ਹਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਪ੍ਰੈਕਟਿਸ ਸਾਊਂਡਸ ਦਾ ਨਾਮ ਨਹੀਂ ਦਿੱਤਾ ਮੈਂ ਕਈ ਵਾਰੀ ऐसे ਲੋਕਾਂ ਨੂੰ ਮਿਲਦਾ ਹਾਂ ਜੋ ਸਾਰੀ ਜ਼ਿੰਦਗੀ ਪ੍ਰੈਕਟਿਸ ਸਾਊਂਡਸ ਨੂੰ ਹੀ ਸੁਣਦੇ ਰਹੇ ਹਨ ਅਤੇ ਸਮਝਦੇ ਹਨ ਉਹ ਧੁਨ ਨੂੰ ਸੁਣ ਰਹੇ ਹਨ ਉਹ ਤੋਂ ਨਹੀਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚੇ ਇਹ ਪ੍ਰੈਕਟਿਸ ਸਾਊਂਡਸ ਅਕਸਰ ਸਥੂਲ ਸਰੀਰ ਦੀਆਂ ਸਧਾਰਨ ਕਿਰਿਆਵਾਂ ਦੁਆਰਾ ਬਣਦੀਆਂ ਹਨ ਜਿਵੇਂ ਖੂਨ ਦਾ ਪ੍ਰਵਾਹ ਦਿਲ ਦੀ ਧੜਕਣ ਸਾਹ ਲੈਣ ਦੀ ਅਤੇ ਕਈ ਹੋਰ ਆਵਾਜ਼ਾਂ ਜੋ ਸਰੀਰ ਵਿੱਚ ਉਪਜਦੀਆਂ ਹਨ ਅਤੇ ਕਈ ਹੋਰ ਆਵਾਜ਼ਾਂ ਜਿਹੜੀਆਂ ਇਕਾਗਰਤਾ ਨਾਲ ਸੁਣਾਈ ਦੇ ਸਕਦੀਆਂ ਹਨ ਇਹ ਸਭ ਸਥੂਲ ਆਵਾਜ਼ਾਂ ਹਨ ਸਰੀਰਿਕ ਆਵਾਜ਼ਾਂ ਇਸ ਕਰਕੇ ਹਨ ਕਿਉਂਕਿ ਤੁਸੀਂ ਉਹਨਾਂ ਵੱਲ ਤਵੱਜੂ ਦਿੰਦੇ ਅਤੇ ਉਹਨਾਂ ਨੂੰ ਸੁਣਦੇ ਹੋ ਖਾਸ ਕਰ ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਬਹੁਤ ਸ਼ਾਂਤ ਜਗ੍ਹਾ ਤੇ ਹੁੰਦੇ ਹੋ ਅਤੇ ਇਹ ਆਵਾਜ਼ਾਂ ਬਹੁਤ ਉੱਚੀਆਂ ਹੋ ਜਾਂਦੀਆਂ ਹਨ ਅਸਲ ਵਿੱਚ ਇਹ ਇੰਨੀਆਂ ਉੱਚੀਆਂ ਹੋ ਜਾਂਦੀਆਂ ਹਨ ਕਿ ਇਹ ਇੱਕ ਪਰੇਸ਼ਾਨੀ ਪੈਦਾ ਕਰ ਸਕਦੀਆਂ ਹਨ ਇੱਕ ਵਾਰ ਮੈਂ ਇੱਕ ਜਾਪਾਨੀ ਅਭਿਆਸਕ ਨੂੰ ਮਿਲਿਆ ਉਸਨੇ ਮੈਨੂੰ ਟੋਕਿਓ ਜਾਪਾਨ ਦੇ ਨੇੜੇ ਆਪਣੇ ਪ੍ਰਯੋਗਾਤਮਕ ਆਸ਼ਰਮ ਵਿੱਚ ਬੁਲਾਇਆ ਕਿਉਂਕਿ ਉਹ ਅਨੁਭਵ ਕਰਨਾ ਚਾਹੁੰਦਾ ਸੀ ਕਿ ਜੇਕਰ ਆਲੇ-ਦੁਆਲੇ ਪੂਰੀ ਤਰ੍ਹਾਂ ਚੁੱਪ ਹੋਵੇ ਅਤੇ ਬਾਹਰੋਂ ਸਾਨੂੰ ਕੋਈ ਵੀ ਆਵਾਜ਼ ਨਾ ਸੁਣੇ ਤਾਂ ਕਿ ਸਾਡੀ ਆਤਮਾ ਆਪਣੇ ਆਪ ਉਚੇਰੇ ਪੜਾਵਾਂ ਤੇ ਪਹੁੰਚ ਸਕੇਗੀ ਉਹ ਜਾਣਨਾ ਚਾਹੁੰਦਾ ਸੀ ਕਿ ਸੱਚਮੁੱਚ ਇਹ ਬਾਹਰਲੀਆਂ ਆਵਾਜ਼ਾਂ ਸਾਡਾ ਧਿਆਨ ਭੰਗ ਕਰਦੀਆਂ ਹਨ ਅਤੇ ਸਾਨੂੰ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ ਉਸ ਦਾ ਕਹਿਣਾ ਸੀ ਕਿ ਪੁਰਾਣੇ ਸਮੇਂ ਦੇ ਲੋਕ ਗੁਫਾਵਾਂ ਬਣਾ ਕੇ ਗੁਫਾਵਾਂ ਵਿੱਚ ਅਭਿਆਸ ਕਰਦੇ ਸਨ ਉੱਥੇ ਪੂਰੀ ਤਰ੍ਹਾਂ ਸ਼ਾਂਤੀ ਹੁੰਦੀ ਸੀ ਅਤੇ ਇਸ ਤਰ੍ਹਾਂ ਉਹਨਾਂ ਨੂੰ ਮੁਕਤੀ ਅਤੇ ਗਿਆਨ ਪ੍ਰਾਪਤ ਹੁੰਦਾ ਸੀ ਅਸੀਂ ਇਦਾਂ ਕਿਉਂ ਨਹੀਂ ਕਰ ਸਕਦੇ ਇਸ ਆਧੁਨਿਕ ਯੁੱਗ ਵਿੱਚ ਉਸਨੇ ਸ਼ੀਸ਼ੇ ਦੀ ਇੱਕ ਆਧੁਨਿਕ ਗੁਫਾ ਦੀ ਉਸਾਰੀ ਕੀਤੀ ਜਿਸ ਵਿੱਚ ਕੋਈ ਵੀ ਬਾਹਰ ਦੀ ਆਵਾਜ਼ ਨਹੀਂ ਸੀ ਜਾ ਸਕਦੀ ਸਿਰਫ ਸਾਹ ਲੈ ਲੈ ਆਕਸੀਜਨ ਹੀ ਅੰਦਰ ਆ ਸਕਦੀ ਸੀ ਉਹ ਵੀ ਮਾਪੀ ਗਈ ਮਾਤਰਾ ਵਿੱਚ ਬਹੁਤ ਤਰੀਕੇ ਨਾਲ ਅੰਦਰ ਆਉਂਦੀ ਸੀ ਤਾਂ ਜੋ ਕੋਈ ਆਵਾਜ਼ ਨਾ ਹੋਵੇ ਉਹ ਇਸ ਆਵਾਜ਼ ਰਹਿਤ ਖੋਖਲੇ ਛੋਟੇ ਜਿਹੇ ਸ਼ੀਸ਼ੇ ਦੇ ਚੈਂਬਰ ਵਰਗੇ ਗੁਫਾ ਵਿੱਚ ਅਭਿਆਸ ਕਰਨ ਦੀ ਕੋਸ਼ਿਸ਼ ਕਰਦਾ ਸੀ ਉਸ ਨੇ ਮੈਨੂੰ ਬੁਲਾਇਆ ਮੈਂ ਵੀ ਉਸ ਵਿੱਚ ਬੈਠਾ ਜੇ ਤੁਸੀਂ ਉਸ ਵਿੱਚ ਬੈਠੋ ਤਾਂ ਬਾਹਰ ਤੋਂ ਕੋਈ ਆਵਾਜ਼ ਨਹੀਂ ਆਉਂਦੀ ਪਰ ਤੁਸੀਂ ਆਪਣੇ ਦਿਲ ਦੀ ਧੜਕਣ ਨੂੰ ਸੁਣ ਸਕਦੇ ਸੀ ਤੁਸੀਂ ਆਪਣੇ ਸਾਹ ਲੈਣ ਦੀ ਆਵਾਜ਼ ਨੂੰ ਪਹਿਲਾਂ ਨਾਲੋਂ ਵੀ ਉੱਚਾ ਸੁਣ ਸਕਦੇ ਸੀ ਤੁਸੀਂ ਆਪਣੇ ਸਰੀਰ ਦੀਆਂ ਅਜੇਹੀਆਂ ਅੰਦਰੂਨੀ ਆਵਾਜ਼ਾਂ ਵੀ ਸੁਣ ਸਕਦੇ ਸੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੀ ਸੁਣੀਆ ਇਸ ਲਈ ਤੁਸੀਂ ਇਹ ਨਾ ਸਾਂਵੇਂ ਲਵੋ ਕਿ ਸਿਰਫ ਅਜਿਹੀ ਇਕਾਂਤ ਵਾਲੀ ਜਗ੍ਹਾ ਤੇ ਚੁੱਪੀ ਵਾਲੀ ਜਗ੍ਹਾ ਤੇ ਜਾ ਕੇ ਤੁਸੀਂ ਅੰਦਰ ਵੱਲ ਖਿੱਚੇ ਜਾ ਸਕਦੇ ਹੋ ਇਸ ਤਰ੍ਹਾਂ ਨਹੀਂ ਹੁੰਦਾ ਉਸ ਦੇ ਇਸ ਪ੍ਰਯੋਗ ਤੋਂ ਬਾਅਦ ਉਸ ਨੂੰ ਪਤਾ ਲੱਗ ਗਿਆ ਕਿ ਉਸ ਸ਼ੀਸ਼ੇ ਦੀ ਗੁਫਾ ਨਵੀਂ ਕਿਸਮ ਦੀ 22ਵੀਂ ਸਦੀ ਦੀ ਗੁਫਾ ਕਿਸੇ ਕੰਮ ਦੀ ਨਹੀਂ ਹੈ ਸੋ ਆਉਟੋਨੀ ਜਿਹੜੀ ਸਾਨੂੰ ਖਿੱਚਦੀ ਹੈ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਉਹ ਸਰੀਰ ਦੀਆਂ ਆਵਾਜ਼ਾਂ ਦੇ ਪਿੱਛੇ ਹੁੰਦੀ ਹੈ ਅਭਿਆਸ ਦੌਰਾਨ ਸੁਣਨ ਵਾਲੀਆਂ ਸਾਰੀਆਂ ਆਵਾਜ਼ਾਂ ਇੱਕ ਤੋਂ ਬਾਅਦ ਇੱਕ ਦੇ ਪਿੱਛੇ ਹੁੰਦੀਆਂ ਹਨ ਘਟੋ-ਘਟ ਅਜਿਹਾ ਮਹਿਸੂਸ ਹੁੰਦਾ ਹੈ ਸਾਨੂੰ ਲੱਗੇਗਾ ਕਿ ਅਸੀਂ ਜਿਸ ਕਿਸਮ ਦੀ ਆਵਾਜ਼ ਵੀ ਸੁਣੀਏ ਉਸ ਦੇ ਨਾਲ-ਨਾਲ ਹੋਰ ਆਵਾਜ਼ਾਂ ਵੀ ਮਹਿਸੂਸ ਹੋਣਗੀਆਂ ਜੋ ਇਸ ਆਵਾਜ਼ ਦੇ ਨਾਲ ਲੁਕੀਆਂ ਹੋਈਆਂ ਹੁੰਦੀਆਂ ਹਨ ਜੇ ਅਸੀਂ ਇੱਕ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੀਏ ਤਾਂ ਉਹ ਇੰਨੀ ਉੱਚੀ ਹੋ ਜਾਵੇਗੀ ਜਿੰਨੀ ਅਸੀਂ ਉਸ ਉੱਤੇ ਤਵੱਜਹ ਲਗਾਉਂਦੇ ਹਾਂ ਜੇਕਰ ਅਸੀਂ ਉਸ ਆਵਾਜ਼ ਤੇ ਪਿੱਛੇ ਆ ਰਹੀ ਆਵਾਜ਼ ਤੇ ਤਵੱਜਹ ਲਗਾਉਂਦੇ ਹਾਂ ਤਾਂ ਉਹ ਪਿੱਛੇ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ਅਤੇ ਅਸੀਂ ਉਸ ਨੂੰ ਫੜ ਲੈਂਦੇ ਹਾਂ ਆਵਾਜ਼ ਸੁਣਦੇ ਹੋਏ ਇਹ ਇੱਕ ਬਹੁਤ ਹੀ ਚੌਣਵੀਂ ਖੇਰਿਆ ਹੈ ਜਿਸ ਵਿੱਚ ਅਸੀਂ ਤਵੱਜ ਨੂੰ ਵਰਤਦੇ ਹਾਂ। ਦ ਫੈਟ ਦੇ ਅਭਿਆਸ ਦੇ ਸੈਸ਼ਨ ਵੇਲੇ ਮੈਂ ਇਸ ਤੇ ਹੋਰ ਚਰਚਾ ਕਰਾਂਗਾ। ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਹਨ ਜੋ ਸਾਡੇ ਅਭਿਆਸ ਵਿੱਚ ਆਉਂਦੀਆਂ ਹਨ। ਜਿਵੇਂ-ਜਿਵੇਂ ਉਹ ਰੁਕਾਵਟਾਂ ਆਉਂਦੀਆਂ ਹਨ ਸਾਨੂੰ ਉਹਨਾਂ ਦਾ ਹੱਲ ਕਰਨਾ ਚਾਹੀਦਾ ਹੈ। ਨਾ ਕਿ ਅੰਨੇ ਵਾਂਗ ਉਸੇ ਤਰ੍ਹਾਂ ਕਰੀ ਚੱਲੀਏ। ਅਤੇ ਇਸ ਤਰ੍ਹਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਰੋਹਾਨੀ ਮਾਰਗ ਤੇ ਚੱਲ ਰਹੇ ਹਾਂ ਰੋਹਾਨੀ ਮਾਰਗ ਇੱਕ ਅਨੁਭਵ ਦਾ ਮਾਰਗ ਹੈ ਇਹ ਅਨੁਭਵ ਹੈ ਕਿਸੇ ਹੋਰ ਟ੍ਰੇਨਿੰਗ ਜਾਂ ਸਿਖਲਾਈ ਵਾਂਗ ਇਹ ਵੀ ਇੱਕ ਟ੍ਰੇਨਿੰਗ ਹੈ ਜੇ ਕੋਈ ਤਰੱਕੀ ਨਹੀਂ ਹੁੰਦੀ ਤਾਂ ਤੁਸੀਂ ਫੇਲ ਹੋ ਜਾਂਦੇ ਹੋ ਕਿਸੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਤੁਸੀਂ ਰੁਕੇ ਨਹੀਂ रह ਸਕਦੇ ਇਸ ਤਰ੍ਹਾਂ ਰੋਹਾਨੀ ਮਾਰਗ ਵਿੱਚ ਦਿਨ ਬਾ ਦਿਨ ਨਿਰੰਤਰ ਤਰੱਕੀ ਹੋਣੀ ਚਾਹੀਦੀ ਹੈ ਮਾਪਣਯੋਗ ਤਰੱਕੀ ਤਾਂ ਕਿ ਤੁਹਾਨੂੰ ਮਹਿਸੂਸ ਹੋਵੇ ਹੁਣ ਤੁਸੀਂ ਇੱਕ ਕਦਮ ਅੱਗੇ ਵਧ ਗਏ ਹੋ ਬੇਸ਼ੱਕ ਇੱਥੇ ਇੱਕ ਖਾਸ ਤਰ੍ਹਾਂ ਦਾ ਵਰਤਾਰਾ ਹੈ ਇਸ ਨੂੰ ਉਤਰਾਵ ਚੜਾਵ ਦਾ ਵਰਤਾਰਾ ਕਿਹਾ ਜਾਂਦਾ ਹੈ ਇਹ ਉਤਰਾਵ ਚੜਾਵ ਦਾ ਵਰਤਾਰਾ ਸਾਡੀ ਪ੍ਰਲਬਧ ਸਾਡੀ ਕਿਸਮਤ ਦੇ ਕਾਰਨ ਬਣਿਆ ਹੈ ਜਦੋਂ ਮਨੁੱਖੀ ਕਿਸਮਤ ਬੜਾਈ ਜਾਂਦੀ ਹੈ ਤਾ ਇਸ ਤਰ੍ਹਾਂ ਦੇ ਕਈ ਚੰਗੇ ਅਤੇ ਕਈ ਮਾੜੇ ਹਿੱਸੇ ਹੁੰਦੇ ਹਨ ਉੱਚੇ ਨੀਚੇ ਦੇ ਹਿੱਸੇ ਹੁੰਦੇ ਹਨ ਚੰਗੇ ਹਿੱਸਿਆਂ ਵਿੱਚ ਸਾਡਾ ਸਮਾਂ ਚੰਗਾ ਆਉਂਦਾ ਹੈ ਅਸੀਂ ਆਨੰਦ ਲੈਂਦੇ ਹਾਂ ਮਾੜੇ ਸਮਿਆਂ ਵਿੱਚ ਅਸੀਂ ਉਦਾਸ ਹੁੰਦੇ ਹਾਂ ਦੁਖੀ ਹੁੰਦੇ ਹਾਂ ਬਿਮਾਰ ਹੁੰਦੇ ਹਾਂ ਜਾਂ ਕੁਝ ਹੋਰ ਵਾਪਰਦਾ ਹੈ ਜ਼ਿੰਦਗੀ ਵਿੱਚ ਚੰਗੇ ਤੋਂ ਬਾਅਦ ਮਾੜਾ ਅਤੇ ਫਿਰ ਚੰਗਾ ਅਤੇ ਫਿਰ ਮਾੜਾ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਇਹ ਸਾਈਨ ਕਰავਾਂਗੇ ਹੁੰਦੇ ਹਨ ਲੋਕ ਚਿੱਤਰਾਂ ਦੀ ਵਾਰਤੋ ਕਰਦੇ ਹਨ ਕਿ ਸਾਡੇ ਵਿੱਚ ਇਹ ਬਾਇਓ ਰਿਦਮ ਕਿਵੇਂ ਕੰਮ ਕਰਦਾ ਹੈ ਮਾਰਕ ਤੁਹਾਨੂੰ ਕਈ ਕਿਸਮ ਦੇ ਬਾਇਓ ਰਿਦਮਾਂ ਬਾਰੇ ਦੱਸ ਸਕਦਾ ਹੈ ਉਸ ਨੂੰ ਇਹਨਾਂ ਬਾਰੇ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਇਹ ਬਾਇਓ ਰਿਦਮਸ ਸਾਡੀ ਜ਼ਿੰਦਗੀ ਨੂੰ ਕੰਟਰੋਲ ਕਰਦੇ ਹਨ ਜਨਮ ਤੋਂ ਲੈ ਕੇ ਪੂਰੀ ਜ਼ਿੰਦਗੀ ਵਿੱਚ ਇਹ ਉੱਪਰ ਅਤੇ ਹੇਠਾਂ ਦੀਆਂ ਸਥਿਤੀਆਂ ਸਾਈਨ ਕਰਵ ਵਾਂਗੂੰ ਆਉਂਦੀਆਂ ਰਹਿੰਦੀਆਂ ਹਨ ਸਾਈਨ ਕਰਵ ਦਾ ਮਤਲਬ ਹੈ ਇਸ ਨੂੰ ਧੁਰੇ ਜਾਂ ਐਕਸਿਸ ਤੇ ਬਣੀ ਲਕੀਰ ਵਾਂਗ ਸਮਝਿਆ ਜਾ ਸਕਦਾ ਹੈ ਇਹ ਲਕੀਰ ਕਈ ਵਾਰ ਧੁਰੇ ਤੋਂ ਉੱਪਰ ਜਾਂਦੀ ਹੈ ਅਤੇ ਕਈ ਵਾਰ ਹੇਠਾਂ ਆਉਂਦੀ ਹੈ ਜ਼ਿੰਦਗੀ ਵੀ ਇਸੇ ਤਰ੍ਹਾਂ ਚੱਲਦੀ ਹੈ ਸਾਰੀਆਂ ਘਟਨਾਵਾਂ ਇਸੇ ਤਰ੍ਹਾਂ ਘਟਦੀਆਂ ਹਨ ਇਸੇ ਕਰਕੇ ਕਈ ਵਾਰ ਅਸੀਂ ਖੁਸ਼ ਹੁੰਦੇ ਹਾਂ ਅਤੇ ਕਈ ਵਾਰ ਅਸੀਂ ਖੁਸ਼ ਨਹੀਂ ਹੁੰਦੇ ਕਈ ਵਾਰ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅਤੇ ਕਈ ਵਾਰ ਅਸੀਂ ਘੱਟ ਖੁਸ਼ ਹੁੰਦੇ ਹਾਂ ਕਈ ਵਾਰ ਸਾਨੂੰ ਲੱਗਦਾ ਹੈ ਕਿ ਉਹ ਵਿਅਕਤੀ ਹਮੇਸ਼ਾ ਖੁਸ਼ ਰਹਿੰਦਾ ਹੈ ਕਿਉਂਕਿ ਸਾਨੂੰ ਉਸ ਵਿਅਕਤੀ ਬਾਰੇ ਪਤਾ ਨਹੀਂ ਹੁੰਦਾ ਕਈ ਵਾਰੀ ਲੋਕੀ ਸੋਚਦੇ ਹਨ ਕਿ ਉਹ ਜੋੜਾ ਬਹੁਤ ਸੋਹਣਾ ਲੱਗ ਰਿਹਾ ਹੈ ਤਿੰਨ ਚਾਰ ਦਿਨ ਉਹਨਾਂ ਦੇ ਘਰ ਰਹੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿੰਨੇ ਨਾਖੁਸ਼ ਹਨ ਅਸੀਂ ਸਾਰੇ ਕੁਛ ਵੀ ਹੁੰਦੇ ਹਾਂ ਅਤੇ ਦੁਖੀ ਵੀ ਹੁੰਦੇ ਹਾਂ ਇਹ ਸੁੱਖ-ਦੁੱਖ ਦਾ ਸੁਮੇਲ ਕਿਉਂ ਹੁੰਦਾ ਹੈ ਅਸੀਂ ساری ਜ਼ਿੰਦਗੀ ਖੁਸ਼ ਕਿਉਂ ਨਹੀਂ ਰਹਿ ਸਕਦੇ ਜੇ ਅਸੀਂ ਦੁਖੀ ਹੋਣ ਲਈ ਆਏ ਹਾਂ ਜਿਵੇਂ ਬੁੱਧ ਨੇ ਕਿਹਾ ਅਸੀਂ ਇੱਥੇ ਦੁਖੀ ਹੋਣ ਲਈ ਆਏ ਹਾਂ ਜੇ ਅਸੀਂ ਦੁਖੀ ਹੋਣ ਲਈ ਆਏ ਹਾਂ ਤਾਂ ਸਾਨੂੰ ਹਰ ਸਮੇਂ ਦੁੱਖ ਹੋਣਾ ਚਾਹੀਦਾ ਸੀ ਫਿਰ ਸਾਡੇ ਕੋਲ ਕੁਝ ਆਨੰਦ ਅਤੇ ਕੁਸ਼ਹਾਲੀ ਦੇ ਪਲ ਕਿਵੇਂ ਹੁੰਦੇ ਹਨ ਅਸੀਂ ਚੰਗੇ ਦੋਸਤਾਂ ਨੂੰ ਮਿਲਦੇ ਹਾਂ ਤਾਂ ਚੰਗਾ ਸਮਾਂ ਬਿਤਾਉਂਦੇ ਹਾਂ ਅਜਿਹਾ ਕਿਵੇਂ ਹੁੰਦਾ ਹੈ ਕਾਰਨ ਬਹੁਤ ਸੋਖਾ ਹੈ ਜੇ ਸਾਡੇ ਕੋਲ ਸਾਦੇ ਚੰਗੇ ਕਰਮ ਹੀ ਹੁੰਦੇ ਜੋ ਸਾਨੂੰ ਹਮੇਸ਼ਾ ਖੁਸ਼ੀਆਂ ਹੀ ਦਿੰਦੇ ਤਾਂ ਅਸੀਂ ਸੰਤੁਲਿਤ ਸੰਸਾਰ ਵਿੱਚ ਮਨੁੱਖ ਦੇ ਸਰੀਰ ਵਿੱਚ ਨਹੀਂ ਹੁੰਦੇ ਉਸ ਸਥਿਤੀ ਲਈ ਬਹੁਤ ਸਾਰੇ ਸਵਰਗਾ ਦਾ ਨਿਰਮਾਣ ਕੀਤਾ ਹੋਇਆ ਹੈ ਤੁਸੀਂ ਉਸ ਸਵਰਗ ਵਿੱਚ ਹੁੰਦੇ ਹੈ ਜੇ ਸਾਡੇ ਸਾਰੇ ਹੀ ਕਰਮ ਮਾੜੇ ਹੁੰਦੇ ਜੋ ਸਾਨੂੰ ਹਮੇਸ਼ਾ ਦੁਖੀ ਰੱਖਦੇ ਤਾਂ ਵੀ ਅਸੀਂ ਇੱਥੇ ਨਹੀਂ ਸੀ ਹੋ ਸਕਦੇ ਉਸ ਲਈ ਕਈ ਨਰਕ ਬਣੇ ਹਨ ਜੋ ਸੂਖਮ ਮੰਡਲ ਦੇ ਹੇਠਲੇ ਹਿੱਸੇ ਵਿੱਚ ਹਨ ਅਤੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਉੱਥੇ ਹੁੰਦੇ ਮਨੁੱਖੀ ਜੀਵਨ ਪ੍ਰਾਪਤ ਕਰਨ ਲਈ ਉਤਰਾ ਚੜਾਅ ਦਾ ਸੰਯੋਗ ਹੋਣਾ ਜ਼ਰੂਰੀ ਹੈ ਮਨੁੱਖ ਜੂਨ ਦੋਹਾਂ ਦਾ ਸੰਬੇਲ ਹੈ ਜੋ ਸਾਈਨ ਕਰਾਂ ਵਾਂਗੂ ਉੱਤੇ-ਨੀਚੇ ਚੱਲਦਾ ਹੈ ਕਿਉਂਕਿ ਕਿਸਮਤ ਵਿੱਚ ਉਤਰਾਵ-ਚੜਾਵ ਹੁੰਦਾ ਹੈ ਅਤੇ ਅਸੀਂ ਇਸ ਕਿਸਮ ਦੀ ਕਿਸਮਤ ਦੌਰਾਨ ਹੀ ਅਭਿਆਸ ਕਰਦੇ ਹਾਂ ਇਸ ਲਈ ਸਾਡਾ ਅਭਿਆਸ ਵੀ ਇਸੇ ਤਰ੍ਹਾਂ ਉੱਚੇ-ਨੀਚੇ ਹੁੰਦਾ ਹੈ ਅਭਿਆਸ ਵਿੱਚ ਕੁਝ ਦਿਨ ਵਧੀਆ ਹੁੰਦੇ ਹਨ ਅਤੇ ਤੁਸੀਂ ਮਹਿਸੂਸ ਕਰਦੇ ਹੋ ਵਾਹ ਇਹ ਬਹੁਤ ਸੋਖਾ ਹੈ ਮੈਂ ਇਹ ਕਰ ਸਕਦਾ ਹਾਂ ਕਈ ਹੋਰ ਦਿਨਾਂ ਵਿੱਚ ਤੁਸੀਂ ਬਹੁਤ ਸਖਤ ਕੋਸ਼ਿਸ਼ ਕਰਦੇ ਹੋ ਪਰ ਕੁਝ ਨਹੀਂ ਹੁੰਦਾ ਇਸ ਲਈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਤਰੱਕੀ ਨਹੀਂ ਕਰ ਰਹੇ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਕਿਸਮਤ ਦੇ ਅਨਸਾਰ ਚੱਲ ਰਹੇ ਹੋ ਕਿਸਮਤ ਉਤਰਾ ਚੜਾਵ ਦਾ ਨਿਯਮ ਤੁਹਾਡੇ ਅਭਿਆਸ ਵਿੱਚ ਵੀ ਚੱਲ ਰਿਹਾ ਹੈ ਨਿਰਾਸ਼ ਨਾ ਹੋ ਪਰ ਅਭਿਆਸ ਦੀ ਪ੍ਰਗਤੀ ਨੂੰ ਨਾਪਣ ਦਾ ਇੱਕ ਤਰੀਕਾ ਹੈ ਤਰਾਵ ਚੜਾਵ ਦੇ ਨਿਯਮਾਂ ਦੇ ਬਾਵਜੂਦ ਅਸੀਂ ਆਪਣੀ ਪ੍ਰਗਤੀ ਨੂੰ ਨਾਪ ਸਕਦੇ ਹਾਂ ਕਿ ਸਭ ਕੁਝ ਕਿਵੇਂ ਚੱਲ ਰਿਹਾ ਹੈ ਜੇ ਧੁਰਾ ਬਰਾਬਰ ਰਹਿੰਦਾ ਹੈ ਤਾਂ ਅਸੀਂ ਕਦੇ ਵੀ ਤਰੱਕੀ ਨਹੀਂ ਕਰਦੇ ਤਰੱਕੀ ਉਦੋਂ ਹੁੰਦੀ ਹੈ ਜਦੋਂ ਧੁਰਾ ਉੱਪਰ ਵੱਲ ਜਾਣ ਲੱਗ ਪੈਂਦਾ ਹੈ ਸਾਡਾ ਅਭਿਆਸ ਉੱਤੇ-ਨੀਚੇ ਚੱਲਦਾ ਹੈ ਜੇ ਨਵਾਂ ਉੱਚ ਪਿਛਲੇ ਉੱਚ ਨਾਲੋਂ ਜ਼ਿਆਦਾ ਉੱਚਾ ਹੁੰਦਾ ਹੈ ਨਵਾਂ ਨੀਵਾਂ ਇਕਲੇ ਨੀਵੇਂ ਨਾਲੋਂ ਘੱਟ ਨੀਵਾ ਹੁੰਦਾ ਹੈ ਤਾਂ ਇਹ ਅਭਿਆਸ ਦੀ ਤਰੱਕੀ ਹੈ ਉੱਚੇ ਅਤੇ ਨੀਵੇਂ ਅਜੇ ਵੀ ਹੁੰਦੇ ਹਨ ਉੱਚੇ ਅਤੇ ਨੀਵੇਂ ਤੋਂ ਪਛਿਆ ਨਹੀਂ ਜਾ ਸਕਦਾ ਪਰ ਤੁਰਾ ਤੁਹਾਡੀ ਤਰੱਕੀ ਅਨੁਸਾਰ ਬਦਲਦਾ ਹੈ ਇਸ ਕਰਕੇ ਅਭਿਆਸ ਦੀ ਤਰੱਕੀ ਨੂੰ ਮਾਪਿਆ ਜਾ ਸਕਦਾ ਹੈ ਇਸ ਦੇ ਬਾਵਜੂਦ ਕਿ ਤੁਸੀਂ ਕਈ ਵਾਰ ਸਮਝਦੇ ਹੋ ਕਿ ਅਭਿਆਸ ਵਧੀਆ ਹੈ ਅਤੇ ਕਈ ਵਾਰ ਮਾੜਾ ਸਮਝਦੇ ਹੋ ਪਰ ਜੇ ਚੰਗਾ ਪਿਛਲੇ ਨਾਲੋਂ ਉੱਚਾ ਹੁੰਦਾ ਹੈ ਤਾਂ ਇਹ ਵਧੀਆ ਹੈ ਤੁਸੀਂ ਤਰੱਕੀ ਕਰ ਰਹੇ ਹੋ ਜੇ ਮਾੜਾ ਪਿਛਲੇ ਮਾੜੇ ਨਾਲੋਂ ਘੱਟ ਮਾੜਾ ਹੈ ਤਾਂ ਤੁਸੀਂ ਤਰੱਕੀ ਕਰ ਰਹੇ ਹੋ ਕਈ ਵਾਰ ਲੋਕ ਇਸ ਤੱਤ ਨੂੰ ਨਹੀਂ ਸਮਝਦੇ ਕਿ ਉਤਰਾਵ ਚੜਾਵ ਆਉਂਦੇ ਜਾਂਦੇ ਰਹਿੰਦੇ ਹਨ ਉਹ ਸਮਝਦੇ ਹਨ ਕਿ ਅਭਿਆਸ ਚੰਗਾ ਨਹੀਂ ਚੱਲ ਰਿਹਾ ਅਭਿਆਸ ਵੀ ਜੀਵਨ ਦੇ ਹੋਰ అనుభవਾਂ ਵਾਂਗ ਕਿਸਮਤ ਦਾ ਹਿੱਸਾ ਹੁੰਦਾ ਹੈ ਇਸ ਲਈ ਅਜਿਹਾ ਹੁੰਦਾ ਹੈ ਅਗਲੇ ਕੁਝ ਮਿੰਟਾਂ ਲਈ ਮੈਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਵਾਂਗਾ ਅਸੀਂ ਬਾਅਦ ਵਿੱਚ ਹੋਰ ਜ਼ਿਆਦਾ ਪ੍ਰਸ਼ਨਾਂ ਨੂੰ ਲਵਾਂਗੇ ਅਗਰ ਤੁਹਾਡੇ ਕੋਲ ਕੋਈ ਅਜਿਹੇ ਪ੍ਰਸ਼ਨ ਹਨ ਜੋ ਅੱਜ ਦੇ ਬਚਨਾਂ ਨਾਲ ਸੰਬੰਧਿਤ ਜਿਸ ਵਿਸ਼ੇ ਤੇ ਅਸੀਂ ਗੱਲਾਂ ਕੀਤੀਆਂ ਜੇ ਤੁਹਾਡੇ ਕੋਲ ਕੋਈ ਪ੍ਰਸ਼ਨ ਨਹੀਂ ਹੈ ਬਲਕਿ ਕੋਈ ਜਵਾਬ ਹੈ ਤਾਂ ਮੈਨੂੰ ਉਹ ਸੁਣ ਕੇ ਵੀ ਖੁਸ਼ੀ ਹੋਵੇਗੀ ਜੇ ਕੋਈ ਟਿੱਪਣੀਆਂ ਹਨ ਤਾਂ ਉਹ ਵੀ ਜਰੂਰ ਦੱਸੋ ਪ੍ਰਸ਼ਨ ਕੀ ਕਿਸੇ ਜਗਿਆਸੂ ਨੂੰ ਇੱਕ ਹੀ ਜੀਵਨ ਵਿੱਚ ਦੋ ਪਰਮ ਸੰਤ ਸਤਿਗੁਰੂਆਂ ਤੋਂ ਆਨੰਦ ਮਿਲ ਸਕਦਾ ਹੈ ਹਾਂ ਇਹ ਸੰਭਵ ਹੈ ਪ੍ਰਸ਼ਨ ਮੈਂ ਜਾਣਨਾ ਚਾਹੁੰਦਾ ਹਾਂ ਕਿ ਜੇ ਅੰਦਰ ਜਾ ਕੇ ਕੋਈ ਸ਼ਬਦ ਭਾਸ਼ਾ ਜਾਂ ਅੰਦਰੂਨੀ ਆਵਾਜ਼ ਨਹੀਂ ਸੁਣਾਈ ਦਿੰਦੀ ਅਤੇ ਤੁਸੀਂ ਸਿਰਫ ਦੇਖਦੇ ਹੋ ਅਤੇ ਉਹਨਾਂ ਚਿੱਤਰਾਂ ਦੀ ਬਾਅਦ ਵਿੱਚ ਸ਼ਬਦਾ ਵਿੱਚ ਅਨੁਵਾਦ ਕਰਦੇ ਹੋ ਦੂਜੇ ਮਤਲਬ ਵਿੱਚ ਸ਼ਬਦ ਬੋਲੇ ਨਹੀਂ ਜਾਂਦੇ ਪਰ ਤਸਵੀਰਾਂ ਦੇ ਰੂਪ ਵਿੱਚ ਹਨ ਪਰ ਉਹ ਸ਼ਬਦ ਨਹੀਂ ਹਨ ਪ੍ਰਸ਼ਨ ਉਹ ਸ਼ਬਦ ਨਹੀਂ ਹਨ ਪਰ ਅਸੀਂ ਉਹਨਾਂ ਦੁਆਰਾ ਸਿਮਰਨ ਕਰ ਰਹੇ ਹਾਂ ਕਿ ਇਹ ਅਸਧਾਰਨ ਅਤੇ ਚਿੰਤਾ ਜਨਕ ਹੈ ਉੱਤਰ ਹੈ ਕਿ ਇਹ ਅਸਧਾਰਨ ਹੈ ਅਤੇ ਇਹ ਸਿਰਫ ਕਲਾਕਾਰਾਂ ਵਿੱਚ ਹੁੰਦਾ ਹੈ ਠੀਕ ਹੈ ਕੋਈ ਹੋਰ ਸਵਾਲ ਮੈਂ ਇਸ ਦਾ ਦੁਪਹਿਰ ਦੇ ਖਾਣੇ ਤੋਂ ਬਾਅਦ ਜਵਾਬ ਦੇਵਾਂਗਾ ਇਹ ਹਰ ਇੱਕ ਲਈ ਹੈ ਧਿਆਨ ਦੀ ਮਹੱਤਤਾ ਪਰਮ ਸੰਤ ਸਤਗੁਰੂ ਦੇ ਸਰੂਪ ਦੇ ਚਿੰਤਨ ਦੀ ਮਹੱਤਤਾ ਅਸੀਂ ਅੱਜ ਇਸ ਬਾਰੇ ਗੱਲ ਨਹੀਂ ਕੀਤੀ ਪਰ ਮੈਂ ਇਸ ਉੱਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਗੱਲ ਕਰਾਂਗਾ ਕੋਈ ਹੋਰ ਸਵਾਲ ਤੁਹਾਡਾ ਧੰਨਵਾਦ